ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੀਕਮ ਆਦਾਬ ਅਰਜ਼, ਮੈਂ ਹਾਂ ਤੁਹਾਡੀ ਹੋਸਟ ਅਨਿਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜੁੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 9 ਮਾਰਚ 2023, 26 ਫਗਣ ਨਾਨਕ ਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਹਾਂ, ਦਰਸ਼ਕੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ਼ ਦੀ ਜਿਹੜੀ ਆਵਾਜ਼ ਉਹ ਬੁਲੰਦ ਕਰ ਰਿਹਾ ਹੈ, ਸੋ ਜਿਸ ਤਰ੍ਹਾਂ ਕਿ ਅਸੀਂ ਐਵਰੀ ਡੇ ਜਿਹੜੇ ਆ ਕਰੰਟ ਇਸ਼ੂ ਦੇ ਹਵਾਲੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ, ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ, ਸੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਆਦੀ ਸਪੋਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪੋਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਬਚਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਸਪੋਂਸਰ ਕੀਤਾ ਹੈ, ਔਰ ਅੱਜ ਦੀ ਸਪੋਂਸਰਸ਼ਿਪ ਇਹਨਾਂ ਨੇ ਆਪਣੇ ਪੜਪੋਤਰੇ ਕੇਰ ਸਿੰਘ ਦੀ ਆਮਦ ਦੀ ਖੁਸ਼ੀ ਵਿੱਚ ਜਿਹੜੀ ਭੇਜੀ ਹੈ। ਸੋ ਪੰਥਕ ਅਤੇ ਸੇਵਾ ਭਾਵਨਾ ਨਾਲ ਲੈਸ ਸਰਦਾਰ ਬਚਨ ਸਿੰਘ ਅਤੇ ਸਮੂਹ ਪਰਿਵਾਰ ਨੂੰ ਕੇਰ ਸਿੰਘ ਦੇ ਜਨਮ ਤੇ ਅਦਾਰਾ ਟੀਵੀ 84 ਅਤੇ ਸਮੂਹ ਟੀਵੀ 84 ਪਰਿਵਾਰ ਵੱਲੋਂ ਲੱਖ ਲੱਖ ਵਧਾਈ। ਸੋ ਅੱਜ ਦੀ ਸਪੋਂਸਰਸ਼ਿਪ ਲਈ ਬਹੁਤ ਬਹੁਤ ਧੰਨਵਾਦ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪੋਂਸਰ ਕਰੋ। ਸਪੋਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619984, ਸੇਮ ਨੰਬਰ ਤੇ ਵਟਸਐਪ ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਹਿਸਟੋਰੀਕਲ ਡੇ ਦੇ ਹਵਾਲੇ ਨਾਲ ਕਿ 9 ਮਾਰਚ ਦਾ ਦਿਨ ਸਿੱਖ ਇਤਿਹਾਸ ਵਿੱਚ ਜਿੱਤ ਅਤੇ ਹਾਰ ਦੇ ਦੋਵੇਂ ਮੌਕਿਆਂ ਦੀ ਇੱਕ ਅਜਬ ਦਾਸਤਾਨ ਪੇਸ਼ ਕਰਦਾ ਹੈ। ਸੋ 1783 ਵਿੱਚ ਇਸ ਦਿਨ ਦਿੱਲੀ ਫਤਿਹ ਵੱਲ ਕਦਮ ਵੀ ਵਧਦੇ ਹਨ, ਪਰ 1846 ਵਿੱਚ ਇਸੇ ਦਿਨ ਅੰਗਰੇਜ਼ਾਂ ਨਾਲ ਗੁਲਾਮੀ ਦੀ ਸੰਧੀ ਤੇ ਵੀ ਦਸਤਕ ਕੀਤੇ ਜਾਂਦੇ ਹਨ। ਸੋ 1946 ਵਿੱਚ ਇਸ ਦਿਨ ਸ਼੍ਰੋਮਣੀ ਕਮੇਟੀ ਖਾਲਿਸਤਾਨ ਦਾ ਮਤਾ ਵੀ ਪਾਸ ਕਰਦੀ ਹੈ, ਪਰ ਕਾਂਗਰਸ ਦੇ ਢਏ ਚੜ੍ਹ ਕੇ ਇਸ ਸੰਬੰਧੀ ਅਮਲੀ ਕਦਮ ਨਹੀਂ ਪੁੱਟੇ ਜਾਂਦੇ, ਔਰ ਨਤੀਜਾ ਫਰੰਗੀ ਦੀ ਗੁਲਾਮੀ ਤੋਂ ਹਿੰਦੂ ਤਵੀ ਦੀ ਗੁਲਾਮੀ ਦੇ ਰੂਪ ਵਿੱਚ ਨਿਕਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਅਸੀਂ ਆਪਣੇ ਬਜ਼ੁਰਗਵਾਰ ਸਰ ਬਚਨ ਸਿੰਘ ਜੀ, ਜਿਹਨਾਂ ਦੀ ਹੁਣ ਚੌਥੀ ਪੀੜ੍ਹੀ ਹੈ, ਪੜਪੋਤਾ ਉਹਨਾਂ ਦੇ ਘਰ ਆਇਆ, ਨਾਂ ਵੀ ਕੇਰ ਸਿੰਘ ਰੱਖਿਆ, ਕਿਉਂਕਿ ਉਹਨਾਂ ਦੇ ਸਮੁੱਚੇ ਪਰਿਵਾਰ ਦੇ ਵਿੱਚ ਜਿਵੇਂ ਡਾਕਟਰ ਰਵੀ ਔਰ ਉਹਨਾਂ ਦੇ ਬੱਚੇ ਨੇ, ਉਹਨਾਂ ਨੇ ਵੀ ਹਮੇਸ਼ਾ ਬੱਚਿਆਂ ਦੇ ਨਾਂ ਹਿਸਟੋਰੀਕਲ ਚੁਣੇ ਨੇ। ਬੱਚੀ ਦਾ ਨਾਂ ਭਾਗ ਕੌਰ ਹੈ, ਸਿੰਘ ਦਾ ਨਾਂ ਤਾਰੂ ਸਿੰਘ ਹੈ, ਔਰ ਇਸੇ ਤਰ੍ਹਾਂ ਮੈਂ ਸਮਝਦਾ ਵੀ ਜਦੋਂ ਕੱਕੇ ਤੋਂ ਕੇਰ ਸਿੰਘ ਦੀ ਚੋਣ ਕੀਤੀ ਪਰਿਵਾਰ ਨੇ, ਉਹਨਾਂ ਦੇ ਸਾਹਮਣੇ ਨਵੰਬਰ 84 ਦੇ ਵਿੱਚ, 31 ਅਕਤੂਬਰ 84 'ਚ, ਜੂਨ 84 ਦੇ ਘੱਲੂਘਾਰੇ ਦਾ ਬਦਲਾ ਲੈਣ ਵਾਲੇ ਯੋਧਿਆਂ ਦੇ ਨਾਂ, ਜਿਨ੍ਹਾਂ ਨੂੰ ਅਸੀਂ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਔਰ ਸ਼ਹੀਦ ਬੇਅੰਤ ਸਿੰਘ ਦੀ ਵੱਡੀ ਪ੍ਰੇਰਨਾ ਉਹਨਾਂ ਦੇ ਫੁੱਫੜ ਸਰ ਕੇਰ ਸਿੰਘ, ਉਹਨਾਂ ਦੇ ਨਾਂ ਤੇ ਉਹਨਾਂ ਨੇ ਜਿਹੜਾ ਬੱਚੇ ਦਾ ਨਾਂ ਚੁਣਿਆ, ਹਾਲਾਂ ਪਿਛਲੇ ਮਹੀਨੇ ਹੀ ਬੱਚੇ ਦਾ ਬਰਥ ਹੋਇਆ। ਔਰ ਇਹ ਸਮੁੱਚਾ ਪਰਿਵਾਰ, ਕਿਉਂਕਿ ਇਹਨੂੰ ਹੁਣ ਤਾਂ ਰਾਜੂ ਕਰਕੇ ਮੈਨੂੰ ਨਾਂ ਯਾਦ ਹੈ ਜਿਹਦੇ ਬੇਟਾ ਹੋਇਆ, ਉਹਨਾਂ ਦੇ ਅਨੰਦਕਾਰੀ ਦੇ ਵਿੱਚ ਵੀ ਅਸੀਂ ਸ਼ਾਮਿਲ ਹੋਏ, ਔਰ ਉਹਨਾਂ ਦੇ ਫਾਦਰ ਰਣਜੀਤ ਸਿੰਘ, ਯਾਨੀ ਕਿ ਬੇਟੇ ਦੇ ਕੇਰ ਸਿੰਘ ਦੇ ਦਾਦਾ ਜੀ, ਔਰ ਇਹ ਦੋਵੇਂ ਭਰਾ ਰਣਜੀਤ ਸਿੰਘ, ਬਖਸ਼ੀਸ਼ ਸਿੰਘ, ਇਹਨਾਂ ਦੇ ਵੱਡੇ ਭਰਾ ਮਲਕੀਤ ਸਿੰਘ, ਜਦੋਂ ਮੈਂ 90ਵਿਆਂ 'ਚ ਮੁੱਢਲੇ ਦਿਨਾਂ 'ਚ ਗਿਆ ਵਾਸ਼ਿੰਗਟਨ DC, ਇਹ ਪਹਿਲੇ ਪਰਿਵਾਰ ਸੀ ਜਿਨ੍ਹਾਂ ਦੀ ਅਸੀਂ ਸੇਵਾ ਦਾ ਵੀ ਆਨੰਦ ਮਾਣਿਆ, ਪੰਥਕ ਰੰਗ ਦੇ ਵਿੱਚ ਵੀ ਰੰਗੇ ਹੋਏ ਨੇ, ਔਰ ਲਗਾਤਾਰਤਾ ਨਾਲ ਜਿਹੜਾ ਹਰ ਜਿਹੜਾ ਵੀ ਪੰਥ ਲਈ ਕੰਮ ਕਰਨ ਵਾਲਾ ਉਸ ਦੇ ਮਦਦਗਾਰ ਹੁੰਦੇ ਨੇ। ਮਹਿਮਾਨ ਨਵਾਜ਼ੀ ਤਾਂ ਮਜੈਲਾਂ ਦੇ ਉੱਤੇ ਖਤਮ ਹੁੰਦੀ ਹੈ ਆ ਕੇ, ਇਹਨਾਂ ਦਾ ਸੰਬੰਧ ਤਰਨ ਤਾਰਨ ਜ਼ਿਲ੍ਹੇ ਨਾਲ ਹੈ, ਔਰ ਸਾਡੀਆਂ ਦੋਹਰੀਆਂ ਸਾਂਝਾਂ ਨੇ, ਪਹਿਲਾਂ ਸਿੱਧੇ ਤੌਰ 'ਤੇ ਤਾਂ ਹੈ ਹੀ ਸੀ, ਫਿਰ ਡਾਕਟਰ ਪਿਤਪਾਲ ਸਿੰਘ ਹੋਰਾਂ ਦਾ ਬੇਟਾ ਰਵੀ, ਉਹਨਾਂ ਦਾ ਆਨੰਦ ਕਾਰਜ ਵੀ ਇਸ ਪਰਿਵਾਰ ਦੀ ਬੱਚੀ ਸੋਨੂ ਦੇ ਨਾਲ ਹੋਇਆ, ਨਵਨੀਤ, ਔਰ ਨਵਨੀਤ ਸਾਡੇ ਨਾਲ
ਜਦੋਂ ਅਸੀਂ ਡੈਲੀਗੇਸ਼ਨ ਲੈ ਕੇ ਜਾਂਦੇ ਸੀ ਸਟੇਟ ਡਿਪਾਰਟਮੈਂਟ ਜਾਂ ਹੈਲਸਿੰਕੀ ਕਮਿਸ਼ਨ ਜਾਂ ਦੂਸਰੇ ਅਜੇ ਕਾਲਜ ਗੋਅਰ ਸੀ ਸਾਡਾ ਹਿੱਸਾ ਹੁੰਦੀ ਸੀ ਉਸ ਡੈਲੀਗੇਸ਼ਨ ਦਾ ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਵੈਸੇ ਤਾਂ ਰੱਬ ਦੀ ਦਾਤ ਹੁੰਦਾ ਹੈ ਬੱਚਾ ਹੋਏ ਬੱਚੀ ਹੋਏ ਲੇਕਿਨ ਜਦੋਂ ਅਸੀਂ ਗੁਰਸਿੱਖ ਪਰਿਵਾਰਾਂ 'ਚ ਜਿੱਥੇ ਪੰਥ ਦੀ ਗੱਲ ਇੱਕ ਤੋਂ ਬਾਅਦ ਅਗਲੀ ਜਨਰੇਸ਼ਨ ਵੱਲ ਤੁਰਦੀ ਹੈ ਔਰ ਬਜ਼ੁਰਗ ਸਰਬਚਨ ਸਿੰਘ ਜਿਨ੍ਹਾਂ ਨੇ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਕਾਰ ਸੇਵਾ ਵਾਲੇ ਬਾਬਿਆਂ ਦੇ ਨਾਲ ਹੈ ਹੁਣ ਵੀ ਉਹਨਾਂ ਦੀ ਉਮਰ 100 ਸਾਲ ਦੇ ਨੇੜੇ ਤੇੜੇ ਹੈ ਔਰ ਉਹੀ ਪੂਰੇ ਫਿੱਟ ਹੁੰਦੇ ਨੇ ਪੂਰਾ ਚੌਕੜਾ ਮਾਰ ਕੇ ਬੈਠੇ ਹੁੰਦੇ ਨੇ ਪੂਰਾ ਜਦੋਂ ਵੀ ਮਿਲੋ ਔਰ ਉਹਨਾਂ ਦੀ ਜਿਹੜੀ ਹੈ ਉਹ ਪਿਆਰ ਗੱਲ ਵੱਖਰੀ ਜਿਹੜੀ ਹੈ ਔਰ ਉਸੇ ਤਰ੍ਹਾਂ ਸਾਧ ਮੁਰਾਦਾ ਜਿਹੜਾ ਇੱਕ ਫਕੀਰਾਨਾ ਸੁਭਾਅ ਹੁੰਦਾ ਸੋ ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਪਰਿਵਾਰਾਂ ਦੇ ਵਿੱਚ ਜਿੱਥੇ ਗੁਰੂ ਦੀ ਬਾਣੀ ਹੈ ਗੁਰੂ ਦਾ ਨਾਂ ਹੈ ਗੁਰੂ ਦੀਆਂ ਰਹਿਮਤਾਂ ਵੀ ਹੁੰਦੀਆਂ ਨੇ ਔਰ ਅਸੀਂ ਸਮੁੱਚੇ ਪਰਿਵਾਰ ਦਾ ਬਜ਼ੁਰਗਵਾਰ ਔਰ ਤਿੰਨ ਜਨਰੇਸ਼ਨਾਂ ਦਾ ਸਭ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਗੱਲ ਬੇਸ਼ੱਕ ਪ੍ਰੋਗਰਾਮ ਸਾਡਾ ਸੱਚੋ ਸੱਚ ਕਰੰਟ ਇਵੈਂਟਸ ਦੇ ਉੱਤੇ ਹੁੰਦਾ ਜੋ 24 ਘੰਟੇ 'ਚ ਵਾਪਰਿਆ ਹੁੰਦਾ ਹੈ ਅਸੀਂ ਇਧਰੋਂ ਉਧਰੋਂ ਜੋੜ ਤੋੜ ਕਰਕੇ ਥਾਲੀ 'ਚ ਪਰੋਸ ਕੇ ਰੱਖ ਦਿੰਦੇ ਪਰ ਕੋਈ ਨਾ ਕੋਈ ਦਿਨ ਐਸਾ ਵੀ ਹੁੰਦਾ ਹੈ ਕਿਉਂਕਿ ਮੇਰਾ ਹਮੇਸ਼ਾ ਇੱਕ ਹਿਸਟਰੀ ਦਾ ਵਿਦਿਆਰਥੀ ਹੋਣ ਦੇ ਨਾਤੇ ਤਾਰੀਖ ਦੇ ਸਟੂਡੈਂਟ ਦੇ ਨਾਤੇ ਇਹ ਧਿਆਨ ਵੀ ਰਹਿੰਦਾ ਹੈ ਕਿ ਜਦੋਂ ਕੁਛ ਕੋਈ ਦਿਨ ਆਉਂਦਾ ਹੈ ਕਿ ਵੀ ਵਰਲਡ ਹਿਸਟਰੀ 'ਚ ਇਸ ਦੀ ਕੀ ਅਹਿਮੀਅਤ ਹੈ ਔਰ ਸਿੱਖ ਹਿਸਟਰੀ ਦੇ ਹਵਾਲੇ ਨਾਲ ਤਾਂ ਜ਼ਾਹਰ ਹੈ ਹੁਣ ਬਹੁਤ ਸਾਰੀ ਜਾਣਕਾਰੀ ਅਵੇਲੇਬਲ ਹੁੰਦੀ ਹੈ ਤੁਸੀਂ ਥੋੜ੍ਹੀ ਬਹੁਤ ਮਿਹਨਤ ਕਰੋ ਅਤੇ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਔਰ ਹਾਲਾਂ ਕੋਈ ਦਿਨ ਨਾਲ ਕੋਈ ਗੱਲ ਤਾਂ ਨਹੀਂ ਜੁੜੀ ਹੁੰਦੀ ਕੋਈ ਗੁੱਡ ਓਮਨ ਜਾਂ ਬੈਡ ਓਮਨ ਦਾ ਤਾਂ ਕੋਈ ਐਸਾ ਨਹੀਂ ਹੈ ਲੇਕਿਨ ਕੁਛ ਚੀਜ਼ਾਂ ਜਿਹਨੂੰ ਤੁਸੀਂ ਉਹਨਾਂ ਅਪਰਚੁਨਿਟੀਜ਼ ਨੂੰ ਗਵਾਉਣ ਦੇ ਤੌਰ 'ਤੇ ਦੇਖਦੇ ਹੋ ਕੁਛ ਤਰੀਕਾ ਕੁਛ ਮੌਕੇ ਜਿਹੜੇ ਤੁਹਾਡੇ ਰਾਹ 'ਚ ਆਏ ਤੁਸੀਂ ਉਹਨਾਂ ਦਾ ਫਾਇਦਾ ਚੁੱਕਿਆ ਜਾਂ ਉਹਨਾਂ ਮੌਕਿਆਂ ਨੂੰ ਸੰਭਾਲਿਆ ਕਿਉਂਕਿ ਇਹ ਸੰਭਾਲਣਾ ਅਤੇ ਗਵਾਉਣਾ ਇਹ ਨਾਲ ਨਾਲ ਹੀ ਹੁੰਦੇ ਨੇ ਜਦੋਂ ਤੁਸੀਂ ਮੌਕਾ ਸਾਂਭ ਲੈਂਦੇ ਹੋ ਅਤੇ ਇੱਕ ਡਾਇਰੈਕਸ਼ਨ ਜਿਹੜੀ ਤੁਹਾਡੇ ਲਈ ਉਸਾਰੂ ਹੁੰਦੀ ਹੈ ਤੁਸੀਂ ਉੱਧਰ ਤੁਰ ਪੈਂਦੇ ਹੋ ਅਤੇ ਜਦੋਂ ਮੌਕਾ ਤੁਸੀਂ ਗਵਾ ਦਿੰਦੇ ਹੋ ਫਿਰ ਤਾਂ ਗੁਆਚੇ ਮੌਕਿਆਂ ਦਾ ਤਾਂ ਜਿਹੜਾ ਉਰਦੂ ਦਾ ਸ਼ੇਅਰ ਮੈਂ ਸੁਣਾ ਸੁਣਾ ਕੇ ਘਸਾ ਦਿੱਤਾ ਪਰ ਉਹਦੀ ਅੱਜ ਵੀ ਉਨੀ ਅਹਿਮੀਅਤ ਹੀ ਹੁੰਦੀ ਹੈ ਕਿਉਂਕਿ ਜਦੋਂ ਵੀ ਮੈਂ ਪਿੱਛੇ ਮੁੜ ਕੇ ਦੇਖਦਾ ਅਤੇ ਫਿਰ ਆਪਣੇ ਇਤਿਹਾਸ ਦੇ ਉਹ ਗਵਾਚੇ ਮੌਕਿਆਂ ਨੂੰ ਦੇਖ ਕੇ ਇਹੀ ਸ਼ੇਅਰ ਵਾਰ ਵਾਰ ਜ਼ਬਾਨ 'ਤੇ ਆਉਂਦਾ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਓਂ ਨੇ ਜਬ ਲਮਹੋਂ ਨੇ ਖਤਾ ਕੀ ਸਦੀਓਂ ਨੇ ਸਜ਼ਾ ਪਾਈ 9 ਮਾਰਚ ਦਾ ਦਿਨ ਇਸ ਕਿਸਮ ਦਾ ਹੀ ਜੇ ਅਸੀਂ 18ਵੀਂ 19ਵੀਂ 20ਵੀਂ ਸਦੀ ਤੱਕ ਦਾ ਦੇਖੀਏ ਤਾਂ ਇਸ ਕਿਸਮ ਦੇ ਜਿਹੜੇ ਐਕਸਪੀਰੀਅੰਸਿਸ ਨੇ ਕੌਮ ਦੇ ਸਾਹਮਣੇ ਚੈਲੰਜਸ ਉਹਨੂੰ ਅਸੀਂ ਅਵੇਲ ਨਹੀਂ ਕਰ ਸਕੇ ਹੁਣ ਬੇਸ਼ੱਕ ਅਸੀਂ ਜਦੋਂ 1710 ਦੇ ਵਿੱਚ ਪਹਿਲੇ ਸਿੱਖ ਰਾਜ ਦੀ ਗੱਲ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਫਤਿਹਗੜ੍ਹ ਸਾਹਿਬ ਦੇ ਮੁਕਾਮ 'ਤੇ ਕਾਇਮ ਕਰਦੇ ਨੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਨੂੰ ਹੀ ਨਹੀਂ ਸਮਰਪਿਤ ਉਹਨਾਂ ਦੇ ਉਪਦੇਸ਼ਾਂ ਉਹਨਾਂ ਦੀਆਂ ਟੀਚਿੰਗਸ ਉਹਨਾਂ ਵੱਲੋਂ ਸੱਚ ਦੇ ਕਿਲੇ ਦੇ ਉੱਤੇ ਉਸਾਰੇ ਗਏ ਇਸ ਰਾਜ ਦਾ ਜਿਵੇਂ ਅਸੀਂ ਇਹ ਬਿਆਨ ਕਰਦੇ ਹਾਂ ਕਿ ਭਾਈ ਰੋਇਲ ਸਟੈਂਪ ਜਿਸ ਦੇ ਥੱਲੇ ਹੁਕਮ ਨਿਕਲਦੇ ਨੇ ਪਹਿਲਾ ਹੁਕਮ 1710 'ਚ ਹੈ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ ਔਰ ਜ਼ਾਹਰ ਹੈ ਕਿ ਸਾਡੀ ਸ਼ਾਹੀ ਸਟੈਂਪ ਦੇ ਥੱਲੇ ਆਰਡਰ ਨਿਕਲਦਾ ਔਰ ਉਹ ਸ਼ਾਹੀ ਸਟੈਂਪ ਹੈ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਕਿ ਦੇਗ ਤੇਗ ਫਤਿਹ ਅਤੇ ਅਤੁੱਟ ਬਖਸ਼ਿਸ਼ਾਂ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ ਥੋੜ੍ਹ ਚਿਰਾ ਇਹ ਰਾਜ ਹੈ ਲੇਕਿਨ ਇਸ ਨੇ ਸਿੱਖਾਂ ਨੂੰ ਇਹ ਰਿਅਲਾਈਜ਼ ਕਰਵਾ ਦਿੱਤਾ ਕਿ ਮੁਗਲ ਅਜਿੱਤ ਨਹੀਂ ਨੇ ਅਸੀਂ ਜਿੱਤ ਸਕਦੇ ਹਾਂ ਔਰ ਆਮ ਜਨਤਾ ਜਾਂ ਪ੍ਰਜਾ ਨੇ ਵੀ ਥੋੜ੍ਹੇ ਵਕਤ ਦੇ ਵਿੱਚ ਹੀ ਦੇਖਿਆ ਕਿ ਜਿਹੜੀਆਂ ਰਾਜਸ਼ਾਹੀਆਂ ਜਗੀਰਦਾਰੂ ਜਾਂ ਜਗੀਰੂ ਨਿਜ਼ਾਮ ਵਾਲੀਆਂ ਨੇ ਉਹਨਾਂ ਦੇ ਵਿੱਚ ਅਤੇ ਜਿਹੜੇ ਸੱਚਮੁੱਚ ਲੋਕਾਂ ਦਾ ਰੈਵੋਲਿਊਸ਼ਨ ਹੈ ਕਿਉਂਕਿ ਸਿੱਖ ਰੈਵੋਲਿਊਸ਼ਨ ਲੋਕਾਂ 'ਚੋਂ ਉਭਰਿਆ ਸੀ ਆਮ ਕਿਰਤੀਆਂ ਕਿਸਾਨਾਂ ਜਿਸ ਪ੍ਰਥਾਏ ਫਿਰ ਅਸੀਂ ਅਕਸਰ ਬਾਬਾ ਬੁੱਲੇ ਸ਼ਾਹ ਜਾਂ ਸ਼ਾਹ ਹੁਸੈਨ ਜਾਂ ਵਾਰਸ ਸ਼ਾਹ ਉਹਨਾਂ ਨੂੰ ਅਸੀਂ ਕੋਟ ਕਰਦੇ ਹਾਂ ਕਿ ਉਹਨਾਂ ਨੇ ਉਸ ਦੌਰ ਨੂੰ ਕਿਵੇਂ ਬਿਆਨਿਆ ਕਿ ਭਾਈ ਜਿਹੜੇ ਨੇ ਭੂਰੀਆਂ ਵਾਲੇ
राजे कीते मुगलां जहर प्याले पीते। ए चेंज जिहड़ी उस धरती दे उत्ते हुंदी है खमीर दे बदलण दी उस दा अहसास सी, पर जिहड़े साम्राज दो ढाई सदी तों जिहड़ा मुगलिया सल्तनत कायम सी उह इन्ने शॉर्ट पीरियड तां उस दा कब्जा मुक्कण वाला नहीं सी। फिर 1715 च गुरदास नंगल दी लड़ाई तों बाद बाबा बंदा सिंह बहादुर और 700 तों ज़्यादा सिख गिरफ्तार कर ले जांदे ने, टॉर्चर करके शहीद किए जाते हैं। सारे पंजाब दे विच आदम बो हुंदी है। और अगले फिर असी देखते हैं कि लगभग 15 साल तो ज़्यादा वक्त पंजाब सिखां दा सफाया हो जाता है। फिर 1730 का पीरियड दरबारा सिंह पहले दल खालसा दे जथेदार नवाब कपूर सिंह जिन्हां नूं नवाबी दी खिलत मुगलिया सल्तनत वालों खालसा पंथ दे नां आंदी है, पर वह भी 2-2.5 साल का शॉर्ट पीरियड। फिर परसीक्यूशन का दौर जिस पीरियड दे विच भाई मनी सिंह, भाई तारू सिंह, ये सारिया नखास चौंक लाहौर दे विच लखपत दी जेल और सवा सवा मन दे पीसने, ये सारा उही दौर है परसीक्यूशन दा। फिर असी छोटा घल्लूघारा 1746-47 दे उस पीरियड च देखदे हैं, एक दिन दे विच 15-20 हज़ार सिंघां दा शहीद होना। फिर उस चो असी उभरदे हैं जदों तक असी 1761-62 तक पहुँचते हैं जदों के 12 मिसलां जिहड़ियां ने उह 1740 तों बाद कायम हो चुकियां ने, इंडस तों लै के जमुना तक दा एक वड्डा इलाका, लेकिन अबदाली जिहड़ा लगातारता नाल आंदा हर साल उस दे लई उदों खाली करना पैंदा जदों आंदा, फिर वह जदों जांदा फिर खो लैंदे ने। फिर अबदाली दे हत्थां च वड्डा घल्लूघारा 1761-62 दा पीरियड जिदन एक दिन च 40-50 हज़ार सिंघणी है जिहड़ी उस वेले दी लगभग अद्धी सिख कौम है वह डिस्ट्रॉय हो जाती है। लेकिन उस चों भी जिहड़ी कोई स्पिरिट डैम्पन नहीं हुंदी, ऐसी गुरु की कला गुरु की प्रोग्रामिंग सी कि यही स्पिरिट जिहड़ी है उस धरती दे उत्ते आंदी है कि भाई मनू साडी दातरी असी मनू दे सोए ज्यों ज्यों मनू वढ़दा असी दूणे चौणे होए जां दूण सवाए होए, ये अड्ड अड्ड लफज ने। और फिर घल्लूघारे तो बाद किवें सिंह बड़ी भावें थोड़ी गिणती च ने दोबारा अपने आप नू जथेबंद करदे ने और 1762 तक पहुँचते हैं लाहौर दे उत्ते काबज़ हो जाते हैं। फिर हुण टिकण वाले नहीं ने, फिर ये कदम जड़े ने उधर दरिया सिंध तक तो पहुँचते ही पहुँचते हैं, पर इधर भी जड़ा फिर जमुना दे नाल नाल पहुँच के दिल्ली दे उत्ते जड़ा धावा 1783 जो असीं अज दे दिन की गल कर रहे हैं, ये तीनों चारों दिन ही ने 11 मार्च तो लैके, क्योंकि 11 मार्च में मुढ़ला हल्ला दिल्ली दियाँ आउटस्कर्ट्स के उत्ते जिदे हौज खास मोरी गेट सब्जी मंडी मलका सब्जी मंडी मलका कुंज या मलका गंज कुछ थावां ते लिखे, इस दे विच 30 हज़ार खालसे की फौज और दिल्ली दे विच जिहड़ा 30 हज़ारी कोर्ट अज है उत्ते उन्हां दा मुकाम हुंदा है जिस नूं लीड कर रहे ने सर जस्सा सिंह आलूवालिया दल खालसा दे मुखी जस्सा सिंह रामगढ़िया और बड़े पावरफुल बहादुर सिख जरनैल मिसल करोड़ सिंघिया दे मुखी सरदार बघेल सिंह और महाराजा रणजीत सिंह दा दादा चढ़त सिंह और दा नाम भी उन्हां दे विच आंदा है। और बड़ी जिहड़ी है उन्हां दियां मुढ़लियां जिहड़ियां जित्तां तों बाद एक वड्डी जित सी, 2-3 दिन इस आउटस्कर्ट्स तों पहुँचते पहुँचते अगले 2-3 दिन दे विच विच दिल्ली दे लाल किले दे उत्ते खालसे दा केसरी झंडा झूलदा और ये विक्टरी 1762 दे विच 62 तो बाद लाहौर दी फतह और 1783 दे विच दिल्ली फतह। और यही कारण है कि जदों 26 जनवरी 2022-2023 नूं दिल्ली दे लाल किले दे उत्ते दीप सिद्धू जिहड़े ने वो और उन्होंने नाल वां पिंड दे जिहड़े उन्होंने नाम जुगराज सिंह झंडा चलाउंदे ने, ते एक पासे भाजी मोड़ना सी जून 84 दा, पर जिहड़े साइको हिस्ट्री नूं समझदे ने उन्होंने कहा भी सरदार बघेल सिंह दा दिल्ली ते झंडा फहराउण तों बाद जे 1783 च उन्होंने फहराया ते ये फिर एक इतिहास दोहराया गया। सो इस जित दी वड्डी जिहड़ी है बेशक
बाद दे विच मुगलिया जिहड़ा सी बादशाह उस दे नाल समझौता हुंदा है गुरद्वारा साहिबान दे निर्माण दे लई खालसे दे जिहड़े ने 4-5 हज़ार जवान रुकदे ने मजनू का टिल्ला जिहड़ा गुरु नानक साहब नाल जुड़िया होया और फिर छेवें पातशाह नाल जुड़िया होया भी हिस्टोरिकल थां है उत्थे खालसे दी फौज मुकाम करदी है तलवारां म्याना दे विच जांदियां ने और जिहड़े अज असी गुरद्वारा साहिबान दिल्ली च गुरद्वारा सीसगंज बंगला साहब रकाबगंज मोती बाग बाला साहब नानक प्याऊ मजनू टिल्ला ये 9 दे करीब इतिहासक गुरद्वारे ने इन्हां दा निर्माण सिख करदे ने और दिल्ली दरबार तो 3 लाख का जुर्माना लिया जाता है और उस जिहड़ी ट्रीटे भी हुंदी है उहदे थले जिन्नी दिल्ली दी ऑक्ट्रॉय चुंगी जिहनूं असीं कहिंदे मसूल उहदा 33% क्योंकि सर बघेल सिंह दी मिसल करनाल दे नेड़े तक उहनां दा इलाका उहनां दी जद च सी कि उह 33% दिल्ली दा जिहड़ी मसूल है उह जिहड़ा सर बघेल सिंह तक पहुंचदा करनगे सो इह जिहड़ी है इक वड्डी विक्टरी सी और जाहिर है कि इस नूं असीं जिहड़ा कदे गुरु दा ए फरमान सी कि इन गरीब सिखन को देऊं पातशाही ये याद करे हमरी गुरियाई और उस नूं उस दा मुकम्मल होना सी और ईवन इस दा एक खूबसूरत इतिहासक पक्ष भी है क्योंकि जस्सा सिंह आलूवाली है उन्हां दे पिता बड़े छोटी उम्र दे विच चढ़ाई कर गए सी मदर जिहड़ी है उन्होंने इन्हां दी पहलां ये माता सुंदरी जी दे कोल उन्हां दी सरप्रस्ती थले रहे और दिल्ली क्योंकि रहिंदे सी माता सुंदरी जी और बाद दे विच नवाब कपूर सिंह नूं उन्होंने उन्हां दी बांह फड़ा दित्ती जदों कि उन्होंने उन्हां दी मंग कीती कीर्तन करदे सी और क्योंकि दिल्ली च रहे सी उन्हां दी बोली दे विच जिहड़ा उह हिंदको नहीं हिंदी जबान दे वी लफ़ज़ सी हमको तुमको लफ़ज़ इस्तेमाल करदे सी जदों क्योंकि 12-13 साल दी उम्र च खालसे दे जथे च आए और इन्होंने जाके शिकायत करनी कई बार नवाब कपूर सिंह नूं कि सिंह मैनूं इन्हां दी जिम्मेवारी लग्या कि भाई घोड़ियां दे दाने वंडने ने जां जो भी इस किस्म दा तां उन्होंने कहना भी सिंह मैनूं मजाक करदे ने मेरा नां ही हम की तुम की रख्या है मैनूं इवें कहंदे ने तो उन्होंने कहा भी जस्सा सिंह फिक्र ना कर पंथ बड़ा मेहरबान है की पता है तैनूं कदे जिहड़े अज तू हम की तुम की कहंदे ने तू दिल्लियों आया तैनूं दिल्ली दा ही बादशाह बना दे और ये गल सिखां नूं बहुत चंगी तरह याद सी और यही जदों लाहौर दे उत्ते भी फतह हुई तो जस्सा सिंह आलूवालिया दी कमांड थले सी और उन्हां नूं खिताब पंथ ने दिता सुल्तान उल कौम के कौम दे सुल्तान और दिल्ली जदों लाल किले दे उत्ते कब्जा होया तो सर जस्सा सिंह आलूवालिया जिहड़े ने उन्हां नूं दिल्ली तख्त दे उत्ते खालसे ने कहा भी ये जिहड़ा नवाब कपूर सिंह दा दे मुखारबिन चों निकले लफज सी और ये एक बार इस तख्त ते जिहड़ा असी बैठे हैं और जस्सा सिंह आलूवालिया बैठे हैं और ये क्योंकि जदों तुहाडे लई एक पूरी सदी तुसी परसीक्यूशन चों गुजरे हो तो ये पल तुहाडे लई फिर फखर वाले हुंदे ने पर हुण जदों असी इसे 9 मार्च 1783 नूं उह पूरी जिहड़ी है कलॉक घूम जांदी है ते 9 मार्च 1846 ते असी पहुंच जांदे हां हुण इस दे विच तुसी देखदे हो कि भाई आलमोस्ट 70 साल दा पीरियड है जी हुण कल्ला यही नहीं उह तां 1783 गुजर गया 12 मिसलां दा टाइम ओवर होया है चढ़त सिंह दा बेटा महां सिंह दा महाराजा रणजीत सिंह और महाराजा रणजीत सिंह ने जिहड़ा है फिर मिसलां दे इलाके नूं भी फतह कीता और दूर दुराडे जा के कश्मीर पेशावर लद्दाख ये सारा करके एक वड्डा 1.5 लाख मरबा मील तो ज़्यादा दा सिख एम्पायर कायम कीता और 40 साल जो इस नूं शाह मुहम्मद ने कहा कि महाबली रणजीत सिंह होया पैदा नाल जोर दे मुल्क हिलाए गया कि शाह मुहम्मद दा जान 50 बरसा अच्छा रज के राज कमाए गया हुण उह जिहड़ा एक सदी दे खालसे दे संघर्ष और लगभग अद्धी सदी 40 साल महाराजा रणजीत सिंह दे पीरियड तो बाद उह पीरियड भी आया 1846 दे विच जदों के 4-5 जंगा एक वक्री कहानी है कि अंग्रेज़ां ने किवें लाहौर दरबार दे विच इंट्रीक करवाई किवें
ध्यान सिंह, गुलाब सिंह, सुचेत सिंह डोगरे और लाल सिंह तेज सिंह जिहड़े यूपी दे ब्राह्मण, उन्हां दी गद्दारी नाल जिस नूं शाह मुहम्मद ने कहा कि शाह मुहम्मद दा इक सरकार बाजों फौजां जित के अंत नूं हारियां ने, इह मिस्ड ओपरचुनिटी और गद्दारियां दी कहानी। और अज दे दिन ही जिहड़ा 9 मार्च 1846 नूं ਭਰੋਵਾਲ ਦੀ ਸੰਧੀ, ਜਿਹਨੂੰ ਬਾਅਦ ਚ ਅੰਮ੍ਰਿਤਸਰ ਦੀ ਸੰਧੀ ਵੀ ਕਿਹਾ ਜਾਂਦਾ ਹੈ, ਸੰਧੀ 2, ਇਸ ਦੇ ਥੱਲੇ ਇਹ ਅੰਗਰੇਜ਼ਾਂ ਦੇ ਸਾਹਮਣੇ ਗੋਡੇ ਟੇਕਣਾ ਸੀ। ਇਸ ਸੰਧੀ ਦੇ ਤਹਿਤ ਜਿਹੜੀਆਂ ਸ਼ਰਤਾਂ ਸੀ, ਕਿਉਂਕਿ ਜਿਹੜੀਆਂ ਜੰਗਾਂ ਮੁਦਕੀ, ਅਲੀਵਾਲ, ਫਿਰੋਜ਼ ਸ਼ਾਹ ਔਰ ਸਭਰਾਵਾਂ ਇਹ ਲੂਜ਼ ਕੀਤੀਆਂ ਸਿੱਖਾਂ ਨੇ ਔਰ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੰਗਰੇਜ਼ ਜਿਹੜੇ ਨੇ ਸਤਲੁਜ ਕਰਾਸ ਕਰਕੇ ਦੂਸਰੇ ਪਾਸਿਓਂ ਜਾ ਕੇ ਲਾਹੌਰ ਬੈਠ ਗਏ, ਉਹਨਾਂ ਦੇ ਡਰਹੌਜ਼ੀ ਦੀ ਕਮਾਂਡ ਉੱਪਰ ਔਰ ਥੱਲੇ ਜਿਹੜਾ ਹੈਰੀ ਲਾਰੈਂਸ ਨੂੰ ਉਹਨਾਂ ਨੇ ਰੈਜ਼ੀਡੈਂਟ ਲਾ ਦਿੱਤਾ ਲਾਹੌਰ 'ਚ। ਔਰ ਜਿਹੜੇ ਸਿੱਖਾਂ ਦੇ ਉੱਤੇ ਸ਼ਰਤਾਂ ਆਇਤ ਕੀਤੀਆਂ ਕਿ ਸਤਲੁਜ ਦੇ ਪਾਰ ਜਿੰਨੀ ਸਿੱਖ ਟੈਰੀਟਰੀ ਸੀ ਉਹਦੇ 'ਤੇ ਬ੍ਰਿਟਿਸ਼ ਨੇ ਸਿੱਧਾ ਕਬਜ਼ਾ ਕਰ ਲਿਆ। ਜਲੰਧਰ ਦੁਆਬ ਦੇ ਵਿੱਚ ਜਲੰਧਰ ਹੁਸ਼ਿਆਰਪੁਰ ਦੀ ਸਾਰੀ ਟੈਰੀਟਰੀ ਸਤਲੁਜ ਤੋਂ ਲੈ ਕੇ ਜਿਹੜਾ ਇਹ ਫਲੌਰ ਦਾ ਕਿਲ੍ਹਾ, ਔਰ ਕਿਉਂਕਿ ਕਪੂਰਥਲਾ ਵਾਲੇ ਨੇ ਜਿਹੜਾ ਇਸ ਪੀਰੀਅਡ ਦੇ ਵਿੱਚ ਨਿਊਟਰਲ ਜਿਹਾ ਰੋਲ ਹੀ ਰੱਖਿਆ ਸੀ, ਉਹਦਾ ਰਿਆਸਤ ਕਪੂਰਥਲਾ ਦੀ ਮਹਾਰਾਜਗੀ ਰਹੀ, ਲੇਕਿਨ ਬਾਕੀ ਜਲੰਧਰ ਦੁਆਬ ਦਾ ਸਾਰਾ ਏਰੀਆ ਉਹਨਾਂ ਨੇ ਅੰਗਰੇਜ਼ਾਂ ਦੇ ਕਬਜ਼ੇ 'ਚ ਆ ਗਿਆ। ਔਰ ਨਾਲ ਹੀ ਉਹਨਾਂ ਨੇ ਸਿੱਖਾਂ ਦੇ ਉੱਤੇ ਲਾਹੌਰ ਦਰਬਾਰ 'ਤੇ 1.5 ਕਰੋੜ ਦਾ ਜੁਰਮਾਨਾ ਠੋਕਿਆ ਕਿ ਜੀ ਤੁਸੀਂ ਅੰਮ੍ਰਿਤਸਰ ਦੀ ਟ੍ਰੀਟੀ 1809 ਦੀ ਵਾਇਲੇਟ ਕੀਤੀ ਹੈ। ਔਰ ਉਹ 1.5 ਕਰੋੜ ਪਹਿਲਾਂ ਹੀ ਖਜ਼ਾਨਾ ਤਾਂ ਖਾਲੀ ਹੋ ਚੁੱਕਾ ਸੀ। ਔਰ ਇਹ ਜੰਮੂ ਕਸ਼ਮੀਰ ਦਾ ਡੋਗਰਾ ਗੁਲਾਬ ਸਿੰਘ ਜਿਹਨੇ ਇੱਕ ਵੱਡੀ ਗਦਾਰੀ ਕੀਤੀ ਸੀ, ਔਰ ਲਾਹੌਰ ਦਾ ਖਜ਼ਾਨਾ ਤੇ ਉਹ ਮਹਾਰਾਣੀ ਚੰਦ ਕੌਰ ਰਾਹੀਂ ਉੱਥੇ ਲੈ ਗਿਆ ਸੀ ਚੁੱਕ ਕੇ ਜੰਮੂ। ਉਹਨੇ ਦੇਖ ਕੇ ਜੀ ਮੈਂ 72 ਲੱਖ ਦਿੰਦਾ ਤੇ ਇਹ ਉਹਨੇ ਜਿਹੜਾ ਜੰਮੂ ਕਸ਼ਮੀਰ ਦਾ ਸਾਰਾ ਇਲਾਕਾ ਉਹ ਉਹਨੂੰ ਉਹਨਾਂ ਨੇ ਉਹਦੀ ਗਦਾਰੀ ਦਾ ਇਨਾਮ ਦਿੱਤਾ। ਪਰ ਕਹਾਣੀ ਇਵੇਂ ਜੋੜੀ ਜਾਂਦੀ ਆ ਜੀ ਕਿ ਉਹਨੇ 72 ਲੱਖ ਦੇ ਵਿੱਚ ਉਸ ਟੈਰੀਟਰੀ ਨੂੰ ਖਰੀਦਿਆ। ਔਰ ਇਸੇ ਤਰ੍ਹਾਂ ਫੌਜ ਮਹਾਰਾਜਾ ਰਣਜੀਤ ਸਿੰਘ ਦੀ ਆਲਮੋਸਟ ਡਿਸਮੈਂਟਲ ਕਰਨ ਤੱਕ ਪਹੁੰਚ ਗਏ। ਸਿਰਫ 12,000 ਦੇ ਕਰੀਬ ਘੋੜ ਸਵਾਰ ਜਿਹੜੇ ਨੇ ਉਹ ਲਾਹੌਰ ਦਰਬਾਰ 'ਚ ਰਹਿਣੇ ਸੀ, ਔਰ 20,000 ਦੇ ਕਰੀਬ ਪੈਦਲ। ਸੋ ਇਹ ਉਹਦੇ 'ਚ ਇਹ ਮੰਨ ਲਿਆ ਗਿਆ ਕਿ ਦਲੀਪ ਸਿੰਘ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਬੇਟਾ, ਸਭ ਤੋਂ ਯੰਗੈਸਟ, ਬਾਕੀ ਤਾਂ ਮਾਰ ਦਿੱਤੇ ਸਾਰੇ ਇੱਕ ਦੂਜੇ ਦੀ ਫ੍ਰੈਟਰੀਸਾਈਡਲ ਵਾਰ ਨੇ ਕਿ ਬਈ ਅਸੀਂ ਇਹਦੇ ਗਾਰਡੀਅਨ ਬਣ ਗਏ। ਅੰਗਰੇਜ਼ਾਂ ਨੇ ਕਿਹਾ ਜਦੋਂ ਤੱਕ ਇਹ ਮੇਜਰ ਨਹੀਂ ਹੋ ਜਾਂਦਾ, ਜਵਾਨ ਨਹੀਂ ਹੋ ਜਾਂਦਾ, ਅਸੀਂ ਇਸ ਦੇ ਗਾਰਡੀਅਨ ਬਣ ਕੇ ਬੈਠਾਂਗੇ। ਔਰ ਮਦਰ ਮਹਾਰਾਣੀ ਜਿੰਦਾ ਜ਼ਾਹਰ ਹੈ ਕਿ ਬਈ ਉਹਦੀ ਗਾਈਡੈਂਸ ਹੋਏਗੀ। ਇਹ ਜਿਹੜਾ ਪਹਿਲਾ ਸਰੈਂਡਰ ਸੀ, ਔਰ ਅਸੀਂ ਦੇਖਦੇ ਹਾਂ ਕਿ 1846 ਦੀ ਇਸ ਟ੍ਰੀਟੀ ਦਾ ਵੀ ਅੰਗਰੇਜ਼ਾਂ ਨੇ ਬਹੁਤ ਜਲਦੀ ਜਿਹੜਾ ਇਸ ਦੀ ਮਾਚਸ ਦੀ ਤੀਲੀ ਬਣਾ ਦਿੱਤਾ ਹੈ। ਔਰ 1849 ਤੱਕ ਪਹੁੰਚਦਿਆਂ ਖੁਦ ਹੀ ਕਿਵੇਂ ਉਹਨਾਂ ਨੇ ਫਿਰ ਜਿਹਨੂੰ ਦੂਸਰੀ ਐਂਗਲੋ ਸਿੱਖ ਵਾਰ ਕਿਹਾ ਜਾਂਦਾ ਹੈ, ਮੁਲਤਾਨ ਦੇ ਵਿੱਚ ਬਗਾਵਤ ਔਰ ਦੂਸਰੀ, ਔਰ 1849 ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਉਹਨਾਂ ਨੇ ਸਿੱਖ ਰਾਜ ਆਪਣੇ ਪੇਟੇ ਪਾ ਲਿਆ। ਔਰ ਦਲੀਪ ਸਿੰਘ ਨੂੰ ਜਿਹੜਾ ਉਹ ਮਾਂ ਤੋਂ ਵੀ ਅੱਡ ਕੀਤਾ ਹੈ, ਤੋਂ ਪਹਿਲਾਂ ਹੀ ਅੱਡ ਕਰ ਦਿੱਤਾ ਸੀ, ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਹੈ। ਔਰ ਪਹਿਲਾਂ ਰੱਖਿਆ 2-3 ਸਾਲ ਈਸਾਈ ਬਣਾਇਆ, ਇੰਗਲੈਂਡ ਭੇਜਿਆ, ਔਰ ਮੁੜ ਕੇ ਕਦੇ ਵੀ ਪੰਜਾਬ ਦੀ ਧਰਤੀ 'ਤੇ ਉਹਨੂੰ ਵਾਪਸ ਨਹੀਂ ਆਉਣ ਦਿੱਤਾ ਗਿਆ। ਸੋ ਇਹ ਇੱਕ ਬਹੁਤ ਵੱਡੀ ਟ੍ਰੈਜਡੀ ਇੱਕ ਪਾਸੇ ਸੀ 1783 'ਚ ਇਹ ਦੇਖਦੇ ਹਾਂ, ਅਤੇ ਇੱਧਰ ਫਿਰ 1846 ਦੇ ਵਿੱਚ ਪਹਿਲੀ ਗੁਲਾਮੀ ਦਾ ਸੰਗਲ ਪੈ ਜਾਂਦਾ, 1849 'ਚ ਮੁਕੰਮਲ ਤੌਰ 'ਤੇ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ। ਹੁਣ ਅਸੀਂ ਮਿਸਡ ਓਪਰਚੁਨਿਟੀ ਦੀ ਗੱਲ, ਇਹ ਵੀ ਹਿਸਟਰੀ ਦਾ ਫੈਕਟ ਹੈ ਕਿ 9 ਮਾਰਚ 1946 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ 1925 ਦੇ ਗੁਰਦੁਆਰਾ ਲਾਅ, ਜਿਸ ਨੂੰ ਗੁਰਦੁਆਰਾ ਗੈਜ਼ਟ ਦੇ ਥੱਲੇ ਕੀਤਾ ਗਿਆ, ਗੁਰਦੁਆਰਾ ਐਕਟ ਹੋਣ ਦੇ ਵਿੱਚ ਆਈ, ਕਿਉਂਕਿ ਇਹ ਉਹ ਪੀਰੀਅਡ ਸੀ ਕਿ ਆਲਰੇਡੀ 23 ਮਾਰਚ 1940 ਨੂੰ ਕਾਇਦੇ ਆਜ਼ਮ ਨੇ ਲਾਹੌਰ ਡੈਕਲਰੇਸ਼ਨ ਕੀਤੀ ਹੋਈ ਸੀ, ਜਿਹੜਾ ਪਾਕਿਸਤਾਨ ਦੀ ਕਾਇਮੀ ਦੀ ਬੁਨਿਆਦ ਬਣਿਆ। ਦੂਸਰੇ ਪਾਸੇ ਗਾਂਧੀ, ਨਹਿਰੂ, ਪਟੇਲ ਉਹ ਆਪਣੀ ਖੇਡ ਖੇਡ ਰਹੇ ਸੀ, ਔਰ ਸਿੱਖਾਂ ਦੇ ਵਿੱਚ ਇੱਕ ਭੰਬਲ ਭੂਸਾ ਕਨਫਿਊਜ਼ਨ ਸੀ, ਲੇਕਿਨ ਇਹਦੇ ਬਾਵਜੂਦ ਸਿੱਖ ਇਹ ਸਮਝਦੇ ਸੀ ਕਿ ਭਾਈ ਅਸੀਂ ਰਾਜ ਭਾਗ ਦੇ ਮਾਲਕ ਰਹੇ, ਅਸੀਂ ਤੀਸਰੀ ਧਿਰ ਵੀ ਹੈ, ਪਰ ਉਹਨਾਂ ਦੇ ਕੋਲ ਕੋਈ ਕਾਇਦੇ ਆਜ਼ਮ ਵਾਂਗ ਕੋਈ ਲੀਡਰਸ਼ਿਪ ਨਹੀਂ ਸੀ ਜਿਹੜੀ ਕਿ ਉਸ ਸਾਰੇ ਦੌਰ ਦੇ ਵਿੱਚ ਸਿੱਖ ਕੇਸ ਨੂੰ ਪ੍ਰੈਜੈਂਟ ਕਰਦੀ। ਪਰ ਜਿਹੜੀਆਂ ਚੀਜ਼ਾਂ ਇਤਿਹਾਸਕ ਨੇ ਕਿ 9 ਮਾਰਚ 1946 ਨੂੰ
श्रोमणी गुरुद्वारा प्रबंधक कमेटी ने खालिस्तान के हक में मता पास किया। उस वेले जड़ा है ये मता बसंत सिंह सन कुकड़ पिंड है जलंधर के नेड़े उत्थों दे रहन वाले और ये रेजोल्यूशन सी द प्रेजेंट पोलिटिकल स्टेट ऑफ अफेयरस इन द कंट्री होल्ड आउट ओमिनस पोर्टेंट्स फॉर ऑल नेशंस इंक्लूडिंग द सिक्स इन व्यू ऑफ रेवोल्यूशनरी चेंजेस विच आर अकरिंग इन द कंट्री एंड रियलाइजिंग द नीड टू प्रोटेक्ट सिख आइडेंटिटी द श्रोमणी गुरुद्वारा प्रबंधक कमेटी डिक्लेयर्स दैट सिक्स आर ए नेशन। This General House of SGPC considers it imperative to have a Sikh state to preserve the main Sikh shrines, Sikh social practices, Sikh self-respect and pride, Sikh sovereignty and the future prosperity of the Sikh people. Therefore, this house appeals to Sikh people to endeavor to achieve the goal of a Sikh state. So, koi ye kahe ke ji ye Jhoon 84 ch ja Pindranwalian to ja je हमला ना कर दे नहीं एक क्लेम उदों भी सी क्योंकि तीसरी धिर सी राउंड टेबल कॉन्फ्रेंसिस दे विच भी सिखां दा दी जड़ी है बराबर दी नुमाइंदगी सी एज ए थर्ड पार्टी और ये हिस्टोरिकल रेजोल्यूशन सी श्रोमणी कमेटी दा सिर्फ बदकिस्मती दा आलम है और इहदे च फिर अगे पूरियां दे नां ने कि किवें इहनूं सोहण सिंह जलाल उस्मा ज्ञानी करतार सिंह जे और करतार जथेदार करतार सिंह झब्बर इन्हां सारिआं ने इस नूं किवें सपोर्ट कीता पर इहदे च भी कोई शक नहीं कि मैं यह मता ही रहा साड़ी उस दौर की लीडरशिप मास्टर तारा सिंह जां ज्ञानी करतार सिंह जां बलदेव सिंह उन्होंने कोई भी ऐसा सीरियस एफर्ट नहीं किया कि जिथे तुसी अपना केस प्रॉपर बिल्ट करो भाई उहदे च साडा इनहेरिटेंस भी सी महाराजा दलीप सिंह दे पीरियड तो बेशक सिख 12-12.5% सी उस वेले दे पंजाब दी पॉपुलेशन दे और स्कैटर्ड सी लेकिन उन्हां दे कोल 35-40% ओह लैंड ऑनर सी फिर जिहड़ियां 5-6 सिख रियासतां इह पंजाब दे उस आबादी तों अडरियां सी पटियाला नाभा जींद फरीदकोट कलसियां कपूरथला मलेरकोटला ओह विचकार सी बेशक लेकिन सिखां दे पिंड सी 84 पिंड सी मलेरकोटला रियासत दे नवाब मुसलमान सन। सो ये भी फिर ब्रिटिश अंपायर दे विच गुडविल सी सिखां लई क्योंकि सैकंड वर्ल्ड वॉर सिखां दी जिहड़ी कंट्रीब्यूशन है उसने जिहड़े चार चफेरे धुम्मां पाईआं होईआं सी और इहदे च भी कोई शक नहीं कि ब्रिटिशर्स किते ना किते इह तां नहीं सी भी उहनां ने कोई तुहानूं कुछ परोस के देणा सी हुण कायदे आजम नूं पाकिस्तान किसे ने परोस के तां नहीं दित्ता उहनां ने ब्रिटिशर्स भी और हिंदू तवियां दे भी गांधी दे उस सैकुलर लबादे थले लुके हिंदू नूं पछाणदे आ उसनूं क्रिएट कीता तुसीं अपना केस प्रेजेंट कर दिओ मता कर दिता है दीवाना च भी जरूर इह कहिंदे होणगे पर इस नूं इस किस्म दा इन्हां ने कंडीशनल बना दिता जिहनूं कि कांग्रेस ने बड़ी कामयाबी नाल सिखां दा भी कुछ नहीं बणन दिता लेकिन पाकिस्तान जां मुसलमानां दे नाल भी उलझा दिता सिद्धे तौर ते इह सी कि जे असीं भारत दी डिवीजन नहीं चाहुंदे असीं अनडिवाइडेड इंडिया अंग्रेज इथों निकल जाण पर जे पाकिस्तान बनाउणा है फिर खालिस्तान भी जरूर बने। सो जे दा तां कोई मतलब नहीं तुसीं अपना केस प्रेजेंट नहीं कीता रादर कांग्रेस दे ढे चढ़ के पाकिस्तान नूं रोकण दी कोशिश च अपना भी जानी माली नुकसान करवाया और अपना जिहड़ा है ओह सब कुछ गवाया। सो मैं जदों कहा वी 1783 इक पासे है ओह साडी उस क्लाइमैक्स दी गल है जदों कि असीं मौके नूं संभालदे आं किवें इक सदी दे संघर्ष चों राज भाग कढ़िया पर 1846 9 मार्च ते फिर 9 मार्च 1946 इक सदी बाद जदों इक वार फिर मौका मिलदा है कि तुसीं अंडू कर सकदे हो 1846 दी फरंगी दी गुलामी चों निकल के उदों असीं फिर इक स्टैप जरूर लिया पर जे हुण इह कहना होए कि उस तों बाद दे किन्ने मौके इन्हां 75 सालां च गिणाए जा सकदे ने और अज भी जिस मुकाम दे उत्ते कौम खड़ी है एक पासे टोटल डायस्पोरा दे विच खालिस्तान रेफरेंडम और इस सारे नूं लै के उत्साह है पंजाब दी धरती दे उत्ते भाई अमृतपाल सिंह दी आमद ने उह जिहड़ा संत पिंडरांवालिआं दा और किसान मूवमेंट और दीप सिद्धू उह सारे फिनोमिने चों निकली जिहड़ी अवेयरनैस है पर अज भी तुसीं इक तबका वड्डा देखोगे जिन्हां दा काम सिर्फ लत्तां खिंचणा है उहनां नूं खालिस्तान तक ही सवालो होणा है
उन्होंने सिखां दी चढ़त दी कोई गल भी सवालों नहीं हुंदी। और शायद इसे लई किसी ने साडे बारे कहा सी, भावें वह फेवरिंग चो कहा जां अनफेवरिंग चो कहा, कि सिक्स डोंट मिस एन ओपरचुनिटी टू मिस एन ओपरचुनिटी। बिल्कुल, कि असीं मौका गवाउण दा कोई भी मौका हथों नहीं जान दिंदे। होपफुली असीं इस वार गलत साबित करिए इस गल नूं, कि मौका संभालिए ते दरियाए जमुना तो वाघा तक इवें ही इंडिपेंडेंट सॉवरन नेशन कायम करिए, जिवें साडे पुरखियां ने 1783 च दिल्ली दे लाल किले दे उत्ते केसरी चलाया सी, और साडे योधियां ने अजे कुछ समा पहला ही दिल्ली दे लाल किले दे उत्ते केसरी, बेशक सिंबोलिज्म सी वो असली सी, ए सिंबोलिज्म सी, पर ए जरूर दस दिता है ਕਿ ਵੀ ਕੈਨ ਡੂ ਇਟ ਡੂ ਇਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪੰਦਰਸ਼ਕਾਂ ਦੀ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 ਲੌਂਗ ਆਇਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਇਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਇਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਮਾਰਕੀਟ ਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟ੍ਰਸਟ, 701 North Oak Road, ਸੁਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ। ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਜੱਗੀ ਜੋਲ ਦੇ ਹਵਾਲੇ ਨਾਲ, ਕਿ ਬ੍ਰਿਟਿਸ਼ ਸਿਟੀਜ਼ਨ ਜੱਗੀ ਜੋਲ ਨੂੰ ਭਾਰਤੀ ਕੈਦ ਵਿੱਚ ਲਗਭਗ 5 ਸਾਲ ਹੋ ਚੁੱਕੇ ਹਨ। ਯੂਕੇ ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਅਨੁਸਾਰ ਬ੍ਰਿਟਿਸ਼ ਹਕੂਮਤ ਵੱਲੋਂ ਇਸ ਸਬੰਧੀ ਕਦਮ ਹੋਰ ਵੀ ਪਿੱਛੇ ਖਿੱਚ ਲਿਆ ਗਿਆ ਹੈ, ਯਾਨੀ ਕਿ ਉਹ ਜੱਗੀ ਜੋਲ ਦੀ ਰਿਹਾਈ ਲਈ ਭਾਰਤ ਸਰਕਾਰ ਤੇ ਦਬਾਅ ਜਿਹੜਾ ਬਣਾਉਣ ਲਈ ਤਿਆਰ ਨਹੀਂ ਹਨ। ਸੋ ਬ੍ਰਿਟਿਸ਼ ਗੱਦਾਰੀਆਂ ਵੀ ਦੀ ਜਿਹੜੀ ਹੈਗੀ ਆ ਲੰਬੀ ਕਹਾਣੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਕਿ ਕਿਵੇਂ ਬ੍ਰਿਟਿਸ਼ਰਜ਼ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨਾਲ ਕੀਤੀ ਟ੍ਰੀਟੀ, ਅੰਮ੍ਰਿਤਸਰ ਦੀ ਸੰਧੀ 1809 ਦੀ, ਉਹਨੂੰ ਵਾਇਲੇਟ ਕੀਤਾ। ਕਿਵੇਂ ਲਾਹੌਰ ਦੇ ਵਿੱਚ ਉਹਨਾਂ ਨੇ ਡੋਗਰਿਆਂ ਔਰ ਮਿਸਰਾਂ ਰਾਹੀਂ ਜਿਹੜਾ ਉਹ ਗੱਦਾਰੀਆਂ ਦਾ ਔਰ ਭਰਾ ਮਾਰੂ ਜੰਗ ਦਾ ਮੁੱਢ ਬੰਨੇ, ਔਰ ਇਸ ਨੂੰ ਉਹਨਾਂ ਨੇ ਖੁਦ ਵੀ ਫਿਰ ਕਬੂਲ ਕੀਤਾ ਜਦੋਂ ਉਹਨਾਂ ਦੇ ਜਨਰਲ ਨੇ ਕਿਹਾ ਕਿ ਵੀ ਦਾ ਰਿਜ਼ਲਟਸ ਆਫ ਦਾ ਵਾਰਸ ਵੁੱਡ ਹੈਡ ਬਿਨ ਬੀ ਡਿਫਰੈਂਟ ਇਫ ਦਾ ਕਮਿਊਨਿਟੀ ਆਫ ਲਾਇੰਸ ਵੁਡਨਟ ਹੈਵ ਬਿਨ ਬੀ ਲੈਡ ਬਾਈ ਟ੍ਰੇਟਰਸ, ਕਿ ਇਹਨਾਂ ਜੰਗਾਂ ਦੇ ਨਤੀਜੇ ਹੋਰ ਹੁੰਦੇ ਜੇ ਸ਼ੇਰਾਂ ਦੀ ਕੌਮ ਦੀ ਅਗਵਾਈ ਗੱਦਾਰ ਨਾ ਕਰ ਰਹੇ ਹੁੰਦੇ। ਔਰ ਹੁਣ ਤਾਂ ਬਹੁਤ ਕੁਛ ਐਸਾ ਉਹਨਾਂ ਦੇ ਸੀਕਰੇਟ ਡਾਕੂਮੈਂਟਸ ਔਰ ਦੂਸਰੇ 'ਚੋਂ ਹੈ ਕਿ ਕਿਵੇਂ ਉਹਨਾਂ ਨੇ ਕਿਸ ਕਿਸਮ ਦੇ ਜ਼ੁਲਮ ਕੀਤੇ। ਬੇਸ਼ੱਕ ਅਸੀਂ 1947 ਦੇ ਦੌਰ 'ਚ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਇਸ ਲਿਹਾਜ਼ ਨਾਲ ਦਿੱਤਾ
कि भाई साड़ी लीडरशिप इनकैपेबल सी वो कोई नहीं कर सकी, लेकिन इस भी कोई शक नहीं है कि जेडे 1 मिलियन के लगभग हिंदू सिख मुसलमान मारे गए और 10 मिलियन तो ज्यादा दोवें पासे जेडे ने वो उजड़े जिन्हों साडे पंजाब दे लोग कहंदे ही उजाड़ा पिया, उस दे लई जे कोई जिम्मेवार है तो वो ब्रिटिशर्स ने, क्योंकि उन्होंने कोई जेड़ा 1948 च उन्होंने जाना सी उन्होंने एडवांस किया जाण दा, और बिल्कुल कोई भी यही माइग्रेशन ऑफ पॉपुलेशन पीसफुली भी हो सकती सी, पर उन्होंने कोई जेड़ा इहदे च दिलचस्पी नहीं लई, उन्होंने भाणे जे मरदे सी तां मरदे रहण, और किन्ना वड्डा नुकसान ह्यूमन हिस्टरी दा एक वड्डा दुखांत है उहदे लई उह जिम्मेवार। पर असीं इह देखदे हां कि कंट्री ऑफ शॉपकीपर्स इन्हां ने पोस्ट 47 जिन्हां ब्राह्मण बाणियां दे नाल समझौता कीता सी उन्हां नूं पूरा पजीराई दित्ती इंटरनेशनल लैवल ते, उन्हां नाल सब तो ज्यादा कुछ अरसा पहलां तक यूके दा व्यापार रहा, और उन्हां दीआं गलत नीतियां दे वी, और पहलां तां 1 साल लगभग उन्हां दा ही जिहड़ा फौजी जनरल है 1948 तक भारतीय फौज दा वी रहा, गवर्नर जनरल वी, हालांकि पाकिस्तान दे कायदे आजम ने जो माउंटबेटन ने कहा, क्योंकि इंडिया ने तो मान लिया उन्हें कि भी ये रहेगा 47, उन्होंने कहा भी नो, और पहले गवर्नर जनरल पाकिस्तान दे मुहम्मद अली जिन्ना बनते हैं। सो वो जरा सारा इंपैक्ट सी अंग्रेजा ने अपने इंटरस्ट का सुरक्षित रखे, और किमें क्योंकि असी सिख परस्पैक्टिव तो गल कर रहे हैं, ओवरऑल ब्रिटिशर्स की कि काली लैगेसी है ज काला इन्हों का रिकॉर्ड है, वो गल असी इस वे नहीं करा, लेकिन फिर साढ़े सामने ब्रिटिशर्स का क्योंकि सिखा दे नाल की पेचा रहा है, उसकी जो गल करिए फिर डीकलासीफाइड डॉक्यूमेंट सानू दसते हैं कि फरवरी 1984 दे विच जदों मार्गरेट थैचर प्राइम मिनिस्टर है, इंदिरा गांधी चिट्ठी लिखती है, उन्हां दी खुफिया एजेंसी MI6 दे दो आला ऑफिसर जाते हैं दरबार साहब की रेकी करते हैं, फिर वो डीकलासीफाइड डॉक्यूमेंट उत्थे रोक दिते जांदे ने अगों उन्हां दी डीकलासीफिकेशन, और सानू अज तक नहीं हुण कदे लेबर दी गवर्नमेंट बनी कोई इंडिपेंडेंट कमीशन उत्थे बणिया ते सामने आएगा कि June 84 दे सिख घल्लूघारे दे विच की रोल मार्गरेट थैचर दी हकूमत ने जां बरतानिया ने अदा कीता, और इस सारे दे नाल सानू इह वी पता है कि किवें खालिस्तान दी पीसफुल अंदाज दे विच यूके च जिहड़ी लहर सी उहनू खत्म करन दे लई फिर जदों राजीव गांधी प्राइम मिनिस्टर बणिया और उहने PC अलैगजेंडर नूं हाई कमिश्नर लाया भारत दा यूके दे विच, और उहदे च उहनां ने किवें थर्ड रेट जहाज़ जिन्हां नूं पहलां इंडियन एयरफोर्स दे अपने जनरल रिजैक्ट कर चुके सी जगुआर जहाज़ वो लै के उन्होंने सिख मूवमेंट नूं जिहड़ा उन्होंने किवें सुप्रैस किया, ਕਿਵੇਂ ਈਵਨ ਜੇ ਸਿੱਖ ਹਾਈਡ ਪਾਰਕ ਦੇ ਵਿੱਚ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਪੀਸਫੁਲੀ ਉਹਨੂੰ ਕਿਵੇਂ ਡਿਨਾਈ ਕੀਤਾ, ਉਹਦੇ ਲਈ ਅੱਜ ਕੁਦਰਤੀ ਸਾਨੂੰ ਉੱਥੋਂ UK ਤੋਂ ਬੀਬੀ ਵਿਨੀ ਕੌਰ ਜੀ ਨੇ ਉਹ ਪੂਰੇ ਦਾ ਪੂਰਾ ਪਲੰਦਾ ਜਿਹੜੇ ਉਹਨਾਂ ਦਾ ਕੌਨਫੀਡੈਂਸ਼ੀਅਲ ਡਾਕੂਮੈਂਟ ਦੇ ਥੱਲੇ ਡੀਕਲਾਸੀਫਾਈ ਹੋਇਆ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ, ਲੇਕਿਨ ਇਹ ਜਿਹੜਾ ਖਾਸ ਤੌਰ 'ਤੇ ਸਿੱਖ ਡੈਮੋਨਸਟ੍ਰੇਸ਼ਨ ਇਨ ਹਾਈਡ ਪਾਰਕ ਦੇ ਥੱਲੇ ਕੌਨਫੀਡੈਂਸ਼ੀਅਲ ਡਾਕੂਮੈਂਟ ਦਾ ਇਹ ਹਿੱਸਾ ਡੀਕਲਾਸੀਫਾਈ ਕੀਤਾ ਗਿਆ, ਔਰ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਭਾਈ ਮਿਸਟਰ ਖਹਿਰਾ ਨੇ 19 ਤਰੀਕ ਨੂੰ ਜਿਹੜਾ ਉਹ ਮੰਗ ਕੀਤੀ ਹੈ ਕਿ ਉਹ ਹਾਈਡ ਪਾਰਕ ਦੇ ਵਿੱਚ ਪ੍ਰੋਟੈਸਟ ਕਰਨਾ ਚਾਹੁੰਦੇ ਨੇ, ਇਹ ਜਿਹੜਾ ਉਸ ਤੋਂ 8 ਅਪ੍ਰੈਲ 1984 ਹੋ ਚੁੱਕਾ ਸੀ, ਕਿਵੇਂ ਇਹਦੀ ਪਰਮਿਸ਼ਨ ਡਿਨਾਈ ਕੀਤੀ ਗਈ, ਕਿਵੇਂ ਇਹ ਕਿਹਾ ਗਿਆ ਕਿ ਜੀ ਇਹ ਇਹਦੇ ਨਾਲ ਬੇਸ਼ੱਕ ਔਰ ਜਿਹੜੀ ਉਹਨਾਂ ਦੀ ਹਾਈਡ ਪਾਰਕ ਨੂੰ ਜਿਹੜਾ ਮੈਨੇਜ ਕਰਦੇ ਨੇ ਉਹਨਾਂ ਦੀ ਰਿਪੋਰਟ ਸੀ ਵੀ ਸਿੱਖਾਂ ਦੇ ਜਿਹੜੇ ਪਹਿਲਾਂ ਵੀ ਪ੍ਰੋਟੈਸਟ ਨੇ ਉਹ ਪੀਸਫੁਲ ਹੁੰਦੇ ਨੇ ਔਰ ਇਹਨੂੰ ਕੋਈ ਰੋਕਣ ਦੀ ਲੋੜ ਨਹੀਂ, ਪਰ ਇਸ ਸਭ ਦੇ ਬਾਵਜੂਦ ਕਿਵੇਂ ਕਿਹਾ ਗਿਆ ਕਿ ਜੀ ਇੰਡੀਆ ਲਈ ਇਹ ਬਹੁਤ ਸੈਂਸਿਟਿਵ ਇਸ਼ੂ ਹੈ ਕਿਉਂਕਿ ਇੰਦਰਾ ਗਾਂਧੀ ਵੀ ਮਾਰੀ ਗਈ ਔਰ ਦੂਜੇ, ਔਰ ਇਹ ਜਿਹੜਾ ਇਹਨਾਂ ਨੂੰ ਡਿਨਾਈ ਕੀਤੀ ਜਾਏ ਪਰਮਿਸ਼ਨ ਉਹ ਪੂਰੀ ਡੀਟੇਲ ਹੈ, ਔਰ ਉਹਦੇ 'ਚ ਉਹਨਾਂ ਨੇ ਇਹਦਾ ਐਂਡ ਇਹੀ ਕਿਹਾ ਕਿ ਭਾਈ ਇਹ ਭਾਵੇਂ ਜਿਹੜਾ ਜਿਹੜੇ ਆਰਗੇਨਾਈਜ਼ਰ ਨੇ ਐਕਸਪੈਕਟ ਕਰਦੇ ਨੇ ਵੀ ਪਰਮਿਸ਼ਨ ਮਿਲੇਗੀ ਔਰ ਉਹਨੂੰ ਰੋਕਿਆ ਨਹੀਂ ਜਾਣਾ ਚਾਹੀਦਾ, ਪਰ ਇਸ ਸਾਰੇ ਦੇ ਵਿੱਚ ਪੂਰਾ ਇੱਕ ਪੇਜ ਹੈ ਕਿ ਔਰ ਇੱਕ ਸਾਈਡ 'ਤੇ ਹੈ ਕਿ ਸਿੱਖ ਡੈਮੋਨਸਟ੍ਰੇਸ਼ਨ ਇਨ ਹਾਈਡ ਪਾਰਕ, ਦਾ ਸੈਕਟਰੀ ਆਫ ਸਟੇਟ ਫਾਰ ਦਾ ਇਨਵਾਇਰਨਮੈਂਟ ਸੈਡ ਦੈਟ ਹੀ ਹੈਡ ਰਿਸੀਵਡ ਐਨ ਐਪਲੀਕੇਸ਼ਨ ਫਰੋਮ ਏ ਪ੍ਰਾਈਵੇਟ ਬ੍ਰਿਟਿਸ਼ ਸਿਟੀਜ਼ਨ ਮਿਸਟਰ ਖਹਿਰਾ ਟੂ ਹੋਲਡ ਏ ਰੈਲੀ ਅੰਡਰ ਰਿਪਬਲਿਕ ਆਫ ਖਾਲਿਸਤਾਨ ਐਂਡ ਰੈਲੀ ਵੁੱਡ ਓਬਵੀਅਸਲੀ ਬੀ ਯੂਜ਼ ਟੂ ਫਰਦਰ
the interests of those supporting an independent Sikh state under this name. Prime Minister would be in New Delhi later that week. क्योंकि जदों इन्होंने प्रोटेस्ट करना सी उस तो अगले हफ्ते ब्रिटिश प्राइम मिनिस्टर ने जड़ा वो दिल्ली विजिट करना सी उन्होंने कहा जी भी ए एंड इट वाज नोन दैट इंडियन गवर्नमेंट वर वेरी सेंसिटिव अबाउट द ऑपरेशन इन दिस कंट्री ऑफ सिख एक्सट्रीमिस्ट ऑर्गेनाइजेशंस द मेट्रोपॉलिटन पुलिस हैड एडवाइज्ड ऑन द बेसिस ऑफ प्रीवियस सिख रैलीज एंड ऑफ इंफॉर्मेशन प्रेजेंटली अवेलेबल that there was no reason to believe that rally would attract any violent opposition or otherwise give rise to significant public order difficulties eh unna nu keh rahe ne aur is sare nu hun tusi dekho ke bhi ik passe eh apne magna carta right to assemble falana timka lekin ik passe sikhan de naal unna di nasal kushi da bigal vaja ditta june 84 de hamle to baad फिर नवंबर 84 च सिख नसलकुशी हो चुकी है दिल्ली और भारत भर के शहर उस तो चार जड़ा वो आलमोस्ट पांच या छे महीने बाद अप्रैल दे महीने दे विच 8 अप्रैल नू सिख हाइड पार्क दे विच इस दे वजो प्रोटेस्ट करना चाहते हैं और इन्हां नू इंडियन सेंसिटिविटीज नज़र आ रही हैं इंटरेस्ट नज़र आ रहा है कि जी साडे प्राइम मिनिस्टर ने उत्थे होना है और आने बहाने फिर वो कहते हैं जी सानू कारण है पूरा वड्डा डॉक्यूमेंट है कि सानू कारण दसन की लोड़ नहीं है सिखां नू उन्हां नू कहा जाए भी वो खुद ही एप्लीकेशन विदड्रॉ कर लैन नहीं है तो इस नू डिनाई कर दिता जाए और उसे ये भी डिस्कस कर रहे हैं जी सिख कोर्ट च भी जा सकते हैं उन्हें चैलेंज करते हैं बट देर इज ए वैलिड रीजन कि भाई असी इंडिया दी सेंसिटिविटीज नू देखदे आ इस नू परमिट ना करिए हुण असी इमीडिएट उस तो बाद कर रहे जो जून 84 दा हमला हो चुका है नसलकुशी सिखां दी नवंबर 84 हुण असी जिहड़ा जग्गी जौल दे केस वाल आईए जगतार सिंह जौल स्कॉटलैंड दा रहण वाला ब्रिटिश सिटीजन जिहड़ा अपना विआह कराउण लई पंजाब च जांदा है उहदा कसूर इन्ना है कि यूके च हुंदे आ उहने सेंट सोल्जर्स दे नां थले जिहड़ा वैबसाइट जिहदे च जिहड़े मौजूदा दौर च झूठे पुलिस मुकाबलियां च मारे गए जां अपनी कौमी आजादी दी लड़ाई लड़दे योद्धियां ने योगदान पाया उन्हां दीआं पिक्चर्स और दूसरा और किवें उस नूं मार्केट दे विच जदों कि वह अपनी नवव्याही जिहड़ा वह सिंघणी दे नाल शॉपिंग कर रहा उन्हूं चुक लिया जांदा काले शीशियां वालियां गड्डियां जां दूजे और किवें इस कहानी नूं 5 साल बीत चुके ने चार्ज फाइल नहीं किए गए 130 तो ज्यादा ब्रिटिश एमपीज और खास तौर पर क्योंकि स्कॉटलैंड नाल उन्हां दा संबंध है और लोकल जिहड़ा उन्हां दा एमपी और उन्होंने उन्होंने सैकटरी ऑफ स्टेट नूं पार्लीमेंट दे विच और दूसरे ये सारे का जड़ा इस उन्होंने चुकया फिर ये भी गल सामने आई हूँ इसकी गल करन तो पहला कि रिशि सुनक की सरकार किवें पिछे हटी है जग्गी जौल दे केस तो और ये मेरा कहना नहीं है द गार्डियन उन्हां दी अज दी जिहड़ी है 1 मार्च की उन्होंने स्टोरी की है और ये है फॉरन ऑफिस स्केलिंग बैक सपोर्ट फॉर यूके सिख एक्टिविस्ट हेल्ड इन इंडिया कायर स्टारमर ये लेबर पार्टी का है सुनक्स गवर्नमेंट हैज रिफ्यूज टू एको एसर्शन दैट जगतार सिंह जौल इज बीइंग आर्बिट्रेरली डिटेन्ड हुण उहदे च 5 साल पहला जदों चुक्या जांदा है और जिहड़ी एक रिप्रीव लीगल कैंपेन ग्रुप है जिहड़ा जगतार सिंह जौल की फैमिली की मदद कर रहा है सारे दे विच कि किवें उहनूं रिलीज़ करवाया जाए और ये पिछली एक रिपोर्ट आई सी जिन्हों अजे तक डिनाई नहीं किया गया गवर्नमेंट लैवल से कि इनफैक्ट जग्गी जौल नू चकाया ही ब्रिटिश MI6 खुफिया एजेंसी ने कि उन्होंने टिप ऑफ दिती इंडियन गवर्नमेंट नू और हुण ये भी कदे सुनिया एक पासे असी देखते हैं कि भी मुल्क अपने सिटीजन नू बचाण दे लई तां वॉर तक चले जांदे ने दूसरियां दे नाल और ये रिप्रीव दा और इनू वाइड स्प्रेड कवरेज भी मिली सी कि भी ये जड़ा है ये इनफैक्ट टिप ऑफ ही इन्होंने दिता जिन्हों अजे तक कोई डिनाई नहीं किया गया पर ये रिप्रीव ग्रुप की बदौलत सी और खास तौर पर यूनाइटेड नेशनस का जड़ा इस दे उत्ते उन्हां दी रिपोर्ट जड़ी सी उन्होंने हुण आर्बिट्रेरली डिटेंशन का मतलब ही यह होंदा है कि भाई हुण तुसी 5 साल तो चुक्या होया
ना तुसी चार्ज चलान पेश कीता ना कोई तुहाडे कोल सबूत ने और ईवन जग्गी जौल ने बेशक ब्रिटिश हाई कमिशन दिल्ली च जदों जेल च इन टच होया उन्हों फिजिकली भी टॉर्चर किया गया मेंटली भी टॉर्चर किया गया एक ब्रिटिश सिटीजन पांच साल तो बिना ट्रायल चलाया जेल दे अंदर है और यूनाइटेड नेशंस दा जिहड़ा इस महकमे नाल संबंधित ग्रुप है उहदी रिपोर्ट है कि आर्बिट्रेरली उन्हों डिटेन किया होया झूठी डिटेंशन है कोई उहदे ते केस नहीं है और पिछली सरकार बोरिस जॉनसन दी उन्होंने भी यह मान लिया सी यूएन दे इस ग्रुप दी रिकमेंडेशन दे उत्ते कि जग्गी जौल जिहड़ा है उसकी आर्बिट्रेरली डिटेंशन है हुण जदों तुसी ये एडमिशन कर लैंदे हो और यूएन तो वध के तो कोई क्रेडिबल बॉडी नहीं है फिर नैक्सट स्टैप हुंदा है कि भी तुसी डिप्लोमैटिक प्रैशर भी और अदरवाइज भी और जे इहदे लई फिर मौका बनदा है कि भाई तुसी बदल जिहड़ा है अपना हाई कमिशन भी वापस इतों तक मुल्क जाते हैं कि उन्हें रिलीज़ करो साडा सिटीजन तुसी फड़िया होया हुण पर अज गार्डियन की यह खबर ये दस रही है कि रिशि सुनक की सरकार तो ईवन बोरिस जॉन हालांकि बोरिस जॉनसन भी उन्हों का ही उस किस्म का ही समोसे खाने वाला जिहड़ा विकया होया उन्होंने हाथों वो तो रिपब्लिक डे के मौके उत्थे गैसट ऑफ ऑनर बनन जा रहा है ये तो वक्री कहानी है भी किसानों का मूवमेंट चल रही थी और उसनु जिहड़ा उहदे तो विदड्रॉ करना पिया और मैं करैक्ट करा पिछले च मैं दीप सिद्धू दे झंडा चलाण दी गल 2023 नाल जोड़ के कही है स्लिप ऑफ टंग है 2021 दे विच जदों एन पीक दे उत्ते सी मूवमेंट और 26 जनवरी नु जिहड़ा लाल किले दे उत्ते साडा झंडा झूलिया हुण इन्हां दी करतूत बोरिस जॉनसन क्योंकि यूएन दी जदों इस ग्रुप दी रिपोर्ट आई रिप्रीव ने इस केस नु लिया और ऑलरेडी इस दे उत्ते जिहड़ी आ पेशकदमी हुई फिर बोरिस जॉनसन मन गया कि भाई असीं इंडिया दे उत्ते डिप्लोमैटिक प्रेशर बिल्ड कर रहे हैं और यूएन दे इस ग्रुप ने भी कहा कि आर्बिट्रेरली डिटेंशन है पर हुण जिहड़ी इस गार्डियन दी रिपोर्टिंग है कि जदों इन्हां नु पुछया गया सुनक्स गवर्नमेंट हैज रिफ्यूज्ड इनविटेशंस टू एको बोरिस जॉनसन असर्शन दैट इंडियन गवर्नमेंट हैज आर्बिट्रेरली डिटेन्ड जॉल ए टर्म सीन एज सिग्निफिकेंट बिकॉज इट मीन्स द यूके डज नॉट रेकग्नाइज देर इज ए प्रॉपर लीगल बेसिस टू होल्ड हिम कि जिहड़ी गल ईवन बोरिस जॉनसन मन गया सी प्रीवियस प्राइम मिनिस्टर इसे ही पार्टी का कंजरवेटिव था इस गल का ध्यान रहे मार्गरेट थैचर भी कंजरवेटिव सी जिन्हें फरवरी 84 दे विच रिकी दे लई अपने बंदे भेजे सी MI6 दे रिशि सुनक लाल धागा गऊ माता का पूजक हुण जदों ये कोई ये कहिंदा जी नहीं इत्थे जिहड़े हुंदे ने ना जी उन्हां च कोई फिरकू पणा नहीं उन्हें तो नेशन का इंटरस्ट हुंदा हुण इत्थे की बोल रहे बोरिस जॉनसन जिहड़ा बिल्कुल इंडोफाइल सी जे उन्हें भी एक स्टैंड ले लिया सी चाहिदा तो यह सी घट्टो घट उस स्टैंड ते ही कायम रहिंदा है लेकिन ये स्टैप बैक करदे आ उन्हें जदों ये सवाल लेबर लीडर ने पुछया और इस दे जवाब च उन्हें कहा उन्हें सुख्या कि आई वुड लाइक टू आस्क इफ यू कैन कन्फर्म इफ द यूके गवर्नमेंट स्टिल बिलीव्स दैट जगतार इज बीइंग आर्बिट्रेरली डिटेन्ड एंड इफ सो व्हाट फर्दर स्टेप्स योर गवर्नमेंट विल टेक टू सिक्योर ए ब्रेक थ्रू इन द केस द लेबर लीडर रोट उन्हें कहा कि जी ये जो मनिया सी बोरिस जॉनसन ने तू उत्ते खड़े जे खड़े तो तुसी इस दे उत्ते अगे की स्टैप लै रहे हो हुण उस दा जवाब दिंदिया उन्होंने कहा कि भाई ये जड़ा आई टेक द यूएन वर्किंग ग्रुप ऑन आर्बिट्रेरी डिटेंशन ओपीनियन कंसर्निंग मिस्टर जॉल वेरी सीरियसली एज डिड माई प्रीडेसेसर मिस्टर जॉनसन द प्राइम मिनिस्टर ए रिशि सुनक कहा हाँ मैं भी सीरियसली लैंदा इहनूं जिवें मेरे तो पहले बोरिस जॉनसन ने लिया सी लेकिन इत्थे आके रुक जांदा है और स्टार्मर लेबर लीडर ने कहा आई एम देयरफॉर कंसर्नड दैट इन हिज रिस्पॉन्स टू माई लैटर एंड इन डिस्कशंस विद जगतार्ज फैमिली रिशि सुनक्स गवर्नमेंट मे नाउ बी बैक स्लाइडिंग ऑन देयर प्रीवियस स्टैंस टू ईज दीज फियर्स इट्स क्रूशल नंबर 10 एंड द फॉरेन ऑफिस मेक देयर पोजीशन ऑन आर्बिट्रेरी डिटेंशन क्लियर ए उन्हें कहा कि ये रिस्पॉन्स तो लगता है भी ये पिछे चले गए ने और उन्होंने इस तो वो क्लीयर करना अपनी पोजीशन यूएन एक्सपर्ट्स हैव बीन क्लीयर दैट जगतार शुड नॉट बी मेड टू सफर इन प्रिजन ए डे लॉन्गर कि यूनाइटेड नेशंस दे जड़े
ਨਵੇਂ ਐਕਸਪਰਟ ਉਹਨਾਂ ਨੇ ਕਿਹਾ ਵੀ ਇੱਕ ਦਿਨ ਵੀ ਉਹ ਵਾਧੂ ਦੇ ਜੇਲ੍ਹ 'ਚ ਨਹੀਂ ਹੋਣਾ ਚਾਹੀਦਾ। ਉਹਨੇ ਕਿਹਾ ਇਟ ਇਜ਼ ਦਾ ਡਿਊਟੀ ਆਫ ਦਾ ਬ੍ਰਿਟਿਸ਼ ਗਵਰਨਮੈਂਟ ਐਂਡ ਪੋਲੀਟੀਕਲ ਪਾਰਟੀਜ਼ ਇਨ ਵੈਸਟ ਮਿਨਿਸਟਰ ਟੂ ਮੇਕ ਪ੍ਰੋਪਰ ਰਿਪ੍ਰੈਜੈਂਟੇਸ਼ਨਸ ਐਂਡ ਡੂ ਵਟ ਇਟ ਟੇਕਸ ਟੂ ਬ੍ਰਿੰਗ ਹਿਮ ਹੋਮ ਟੂ ਹਿਜ਼ ਫੈਮਿਲੀ ਇਨ ਡੰਬਾਰਟਨ। ਸੋ ਇਸ ਤੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਇਹ ਰਿਸ਼ੀ ਸੁਨਕ ਔਰ ਇਹ ਉਹਦੀ ਪ੍ਰੀਤੀ ਪਟੇਲ ਔਰ ਉਹ ਦੂਜੇ ਸਾਰਿਆਂ ਦੇ ਕੀ ਸਟੈਂਡ ਨੇ ਉਹ ਬੜਾ ਕਲੀਅਰ ਹੈ, ਲੇਕਿਨ ਇਹ ਹੁਣ ਔਨ ਰੈਕਰਡ ਹੈ ਕਿ ਈਵਨ ਆਪਣੀ ਹੀ ਪਾਰਟੀ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਵੱਲੋਂ ਜਿਹੜਾ ਆਰਬਿਟਰੀਲੀ ਡਿਟੈਂਸ਼ਨ ਦਾ ਸਟੈਂਡ UN ਦੇ ਐਕਸਪਰਟਸ ਦੀ ਰਿਪੋਰਟ 'ਤੇ ਆਧਾਰ 'ਤੇ ਲਿਆ ਗਿਆ ਸੀ, ਉਸ ਤੋਂ ਵੀ ਇਹਨਾਂ ਨੇ ਪੈਰ ਪਿੱਛੇ ਖਿੱਚ ਲਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਤੇ ਲੈਣ ਬ੍ਰੇਕ ਵਿਊਅਰਸ, ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 'ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ, 58 ਟ੍ਰਾਇਐਂਗਲ ਡਰਾਈਵ, ਵੇਅਰਸਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਾਤ ਪਾਤ ਵਿੱਚ ਯਕੀਨ ਰੱਖਣ ਵਾਲੇ ਹਿੰਦੂਤਵੀਆਂ ਨੂੰ ਹੁਣ ਕੈਨੇਡਾ ਵਿੱਚ ਵੀ ਇੱਕ ਵੱਡਾ ਝਟਕਾ ਲੱਗਾ ਹੈ। ਸੋ ਟੋਰਾਂਟੋ ਦੇ ਸਕੂਲਾਂ ਵਿੱਚ ਜਾਤ ਪਾਤ ਨਾਲ ਸੰਬੰਧਿਤ ਭੇਦਭਾਵ ਨੂੰ ਉਜਾਗਰ ਕਰਦਾ ਮਤਾ ਪਾਸ ਕੀਤਾ ਹੈ। ਸੋ ਹਿੰਦੂਤਵੀਆਂ ਵੱਲੋਂ ਇਸ ਨੂੰ ਹਿੰਦੂ ਧਰਮ 'ਤੇ ਹਮਲਾ ਦੱਸਿਆ ਜਾ ਰਿਹਾ। ਸੋ ਯਾਦ ਰਹੇ, ਇਸ ਤੋਂ ਪਹਿਲਾਂ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਦੇ ਸਿਆਟਲ ਸ਼ਹਿਰ ਦੀ ਕੌਂਸਲ ਵੱਲੋਂ ਵੀ ਜਾਤ ਪਾਤ ਸੰਬੰਧੀ ਮਤਾ ਪਾਸ ਕੀਤਾ ਗਿਆ ਸੀ। ਸੋ ਹਿੰਦੂਤਵੀਆਂ ਦਾ ਅਸਲੀ ਰੰਗ ਜਿਹੜਾ ਦੁਨੀਆਂ ਵਿੱਚ ਬੇਨਕਾਬ ਹੋ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪੰਜਾਬੀ 'ਚ ਕਹਿੰਦੇ ਨੇ ਪਾਜ ਮਲੰਮਾ ਲੈ ਜਾਏਗਾ ਲੈ ਜਾਏਗਾ ਲੈ ਜਾਏਗਾ। ਸੋ ਜਦੋਂ ਸਿਆਟਲ ਵਾਸ਼ਿੰਗਟਨ ਸਟੇਟ ਦਾ ਪ੍ਰੋਮੀਨੈਂਟ ਸ਼ਹਿਰ ਹੈ, ਉਹਨਾਂ ਦੀ ਸਿਟੀ ਕੌਂਸਲ ਨੇ ਇੱਕ ਸਵਰਨ ਹਿੰਦੂ ਲੇਡੀ ਜਿਹੜੀ ਕੌਂਸਲਮੈਨ ਕੌਂਸਲ ਵੋਮੈਨ ਹੈ, ਉਸ ਦਾ ਮਤਾ ਪਾਸ ਕੀਤਾ ਕਿ ਭਾਈ ਜ਼ਾਤ ਆਧਾਰਿਤ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹ ਇੱਥੇ ਵੀ, ਇਹ ਜ਼ਾਤ ਪਾਤ ਦਾ ਕੋਡ ਬ੍ਰਾਹਮਣਵਾਦੀ ਲੈ ਕੇ ਆਏ ਨੇ, ਔਰ ਉਹ ਪ੍ਰਾਈਵੇਟ ਅਦਾਰੇ ਹੋਣ, ਸਰਕਾਰੀ ਹੋਣ, ਜਾਤ ਸੂਚਕ ਲਫ਼ਜ਼ ਵੀ ਇਸਤੇਮਾਲ ਹੁੰਦੇ ਨੇ ਔਰ ਵਿਤਕਰਾ ਵੀ ਕੀਤਾ ਜਾਂਦਾ, ਔਰ ਇਸ ਨੂੰ ਵੀ ਜਿਹੜਾ ਡਿਸਕ੍ਰਿਮੀਨੇਸ਼ਨ ਦੀ ਕੈਟਾਗਰੀ ਦੇ ਵਿੱਚ ਜਿੱਥੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੁੰਦਾ ਰੈਕਗਨਾਈਜ਼ ਕੀਤਾ ਜਾਂਦਾ ਅੰਡਰ ਦਾ ਲਾਅ, ਉਹਦੇ 'ਚ ਜ਼ਾਤ ਪਾਤੀ ਡਿਸਕ੍ਰਿਮੀਨੇਸ਼ਨ ਨੂੰ ਵੀ ਰੈਕਗਨਾਈਜ਼ ਕੀਤਾ ਜਾਏ। ਔਰ ਅਸੀਂ ਦੇਖਿਆ ਕਿ ਸਿਆਟਲ ਦੇ ਇਸ ਉਸ ਸਿਟੀ ਕੌਂਸਲ ਦੇ ਰੈਜ਼ੋਲਿਊਸ਼ਨ ਨੂੰ ਫੇਲ ਕਰਾਉਣ ਦੇ ਲਈ ਕਿਸ ਲੈਵਲ 'ਤੇ ਹਿੰਦੂਤਵੀਆਂ ਨੇ ਅਮਰੀਕਾ ਭਰ 'ਚ ਲੌਬੀ ਕੀਤੀ, ਹਜ਼ਾਰਾਂ ਸਿਗਨੇਚਰ ਵਾਲੇ ਕੈਂਪੇਨ, ਥਰੈਟਸ, ਔਰ ਜਦੋਂ ਵੀ ਹੀਅਰਿੰਗ ਸਿਟੀ ਕੌਂਸਲ ਦੀ ਹੋਣੀ ਕਿਵੇਂ ਉਹਨਾਂ ਨੇ ਚਾਰ ਚ ਫੇਰਿਓ ਇਹ ਕਿ ਜੀ ਇਹ ਤਾਂ ਹਿੰਦੂ ਧਰਮ 'ਤੇ ਸਿੱਧਾ ਹਮਲਾ ਹੈ, ਇਹ ਕੋਈ ਨਹੀਂ ਇਹ ਜ਼ਾਤ ਪਾਤ ਕਹਿ ਕੇ ਇਹ ਤਾਂ ਹਿੰਦੂ ਫੋਬੀਆ ਹੋ ਜਾਏਗਾ, ਇੱਥੇ ਹੋਰ ਕੇਸਿਸ ਹੋ ਜਾਣਗੇ, ਇਹ ਤਾਂ ਹਿੰਦੂ ਫੋਬੀਆ ਨੂੰ ਐਨਕਰੇਜ ਕਰਨਾ ਦਿਸ ਦੈਟ। ਪਰ ਮੈਂ ਸਮਝਦਾ ਵੀ ਉਹਨਾਂ ਕੌਂਸਲ ਮੈਨ ਜਾਂ ਵਿਮੈਨ ਉਹਨਾਂ ਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਈ ਸੀ, ਔਰ ਇਹਨਾਂ ਦਾ ਮੂੰਹ ਇਹਨਾਂ ਦੇ ਮੂੰਹ 'ਚੋਂ ਝੱਗ ਸੁੱਟਣ ਦੇ ਬਾਵਜੂਦ ਔਰ ਪੂਰਾ ਪ੍ਰੈਸ਼ਰ ਔਰ ਧਮਕੀਆਂ ਔਰ
ਆਪਣੀ ਸਟਰੈਂਥ ਕਿ ਜੀ ਅਸੀਂ ਇੰਨੇ ਮਿਲੀਅਨ ਇੱਥੇ ਹਾਂ, ਹੁਣ ਪਤਾ ਨਹੀਂ ਕਿੱਥੋਂ 2 ਮਿਲੀਅਨ 3 ਮਿਲੀਅਨ ਅਮਰੀਕਾ 'ਚ ਆਪਣੀ ਗਿਣਤੀ ਬਣਾ ਰਹੇ ਹਨ। ਲੇਕਿਨ ਇਹਦੇ ਬਾਵਜੂਦ ਸਿਟੀ ਕੌਂਸਲ ਨੇ ਮਤਾ ਪਾਸ ਕੀਤਾ ਔਰ ਜਿਸ ਦਿਨ ਅਸੀਂ ਉਸ ਨੂੰ ਡਿਸਕਸ ਕੀਤਾ ਸੀ, ਅਸੀਂ ਇਸ ਲਈ ਵੀ ਉਹ ਸਿਟੀ ਕੌਂਸਲ ਦੇ ਮਤੇ ਨੂੰ ਜਿਹੜੀ ਮਹੱਤਤਾ ਦਿੱਤੀ ਸੀ, ਇੰਪੋਰਟੈਂਸ ਦਿੱਤੀ ਸੀ ਕਿ ਸਾਨੂੰ ਸੀ ਕਿ ਵੀ ਇਹ ਹੁਣ ਦਰਵਾਜ਼ਾ ਖੁੱਲ੍ਹ ਗਿਆ, ਇਹਨਾਂ ਦਾ ਪਾਜ ਮਲਮਾ ਲੱਥਣਾ ਸ਼ੁਰੂ ਹੋ ਗਿਆ। ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਸਟੇਟਾਂ, ਹੋਰ ਥਾਵਾਂ ਔਰ ਹੋਰ ਅਦਾਰਿਆਂ ਦੇ ਵਿੱਚ ਵੀ ਇਹ ਜਿੱਥੇ ਜਿੱਥੇ ਬੈਠੇ ਨੇ, ਇਹ ਤਾਂ ਇਹਨਾਂ ਦੇ ਵਿੱਚ ਬਿਲਟ ਇਨ ਹੈ। ਇਹ ਤਾਂ ਇਹਨਾਂ ਦੇ ਅੰਦਰ ਜਿਹੜਾ ਬ੍ਰਾਹਮਣ ਹੈ ਉਹ ਕਦੇ ਉਹ ਜਾ ਹੀ ਨਹੀਂ ਸਕਦਾ। 4000 ਸਾਲ ਦਾ ਬੈਠਾ, ਉਹਨਾਂ ਨੇ ਉਹ ਉੱਚੇ ਪੌੜੀ ਤੇ ਬੈਠੇ ਨੇ, ਉਹ ਕਿਵੇਂ ਸ਼ੂਦਰ ਨੂੰ ਨਾਲ ਬਿਠਾ ਲੈਣ? ਉਹਨਾਂ ਦੀ ਜਿਹੜੀ ਇਹ ਜ਼ਹਿਨੀਅਤ ਹੀ ਇਹ ਹੈ। ਔਰ ਇਹ ਅਜੇ ਕੁਛ ਹਫ਼ਤੇ ਪਹਿਲਾਂ ਦੀ ਗੱਲ ਹੈ ਔਰ ਮੈਂ ਸਮਝਦਾ ਕਿ ਵੀ ਹੁਣ ਨੈਕਸਟ ਮੂਵ ਜਿਹੜਾ ਔਰ ਇਹ ਗਲੋਬਲ ਮੂਵਮੈਂਟ ਬਣੇਗੀ। ਟੋਰਾਂਟੋ ਦੇ ਵਿੱਚ ਆ ਜਿਹੜੀ ਮੇਨ ਖਬਰ ਉਹਨਾਂ ਦਾ ਮੀਡੀਆ ਵੀ ਔਰ ਸਾਡੇ ਮੀਡੀਆ 'ਚ ਵੀ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਜਿਹੜਾ ਬੀਤੇ ਕੱਲ੍ਹ ਜਿਹੜਾ ਹੈਜ਼ ਵੋਟਡ ਟੂ ਰੈਕਗਨਾਈਜ਼, ਔਰ ਇਹਦਾ ਹੈਡਲਾਈਨ ਹੀ ਖਬਰ ਦਾ ਹੈ ਕਿ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੋਟਸ ਟੂ ਰੈਕਗਨਾਈਜ਼ ਦੈਟ ਕਾਸਟ ਓਪਰੈਸ਼ਨ ਐਗਜ਼ਿਸਟਸ ਇਨ ਟੋਰਾਂਟੋ ਸਕੂਲਸ। ਹੁਣ ਇਹ ਜਿਹੜਾ ਸਕੂਲ ਬੋਰਡ ਹੈ ਇਹਦੇ ਥੱਲੇ ਬਹੁਤ ਸਾਰੇ ਸਕੂਲ ਨੇ, ਸੋ ਇਹ ਉਹਨਾਂ ਨੇ ਰੈਜ਼ੋਲੂਸ਼ਨ ਔਰ ਬੜਾ ਪੂਰਾ ਉਹਦੇ 'ਤੇ ਵੋਟਿੰਗ ਹੋਈ ਔਰ ਪੂਰਾ ਇਸ ਦੇ ਉੱਤੇ ਜ਼ੋਰ ਲੱਗਾ ਔਰ 16-5 ਦੇ ਨਾਲ ਪਾਸ ਹੋਇਆ ਕਿ ਇਹਦੇ ਬਾਵਜੂਦ ਕਿ 16 ਮੈਂਬਰ ਹੱਕ ਦੇ ਵਿੱਚ ਖਲੋਤੇ ਪਰ ਹਿੰਦੂ ਤਵੀਆਂ ਨੇ ਲੌਬੀ ਕਰਕੇ 5 ਮੈਂਬਰਾਂ ਤੋਂ ਇਸ ਦਾ ਵਿਰੋਧਤਾ ਵੀ ਕਰਵਾਈ। ਹੁਣ ਇਹ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦਾ ਜਿਹੜਾ ਇਹ ਜਿਹੜਾ ਮਤ ਹੈ ਉਹਦੇ 'ਚ ਉਹਨਾਂ ਨੇ ਓਨਟੈਰੀਓ ਹਿਊਮਨ ਰਾਈਟਸ ਕਮਿਸ਼ਨ ਨੂੰ ਕਿਹਾ ਕਿ ਇੱਕ ਪ੍ਰੋਵਿੰਸ਼ੀਅਲ ਫਰੇਮਵਰਕ ਕ੍ਰੀਏਟ ਕਰੋ ਤਾਂ ਕਿ ਜਿਹੜੀ ਕਾਸਟ ਡਿਸਕ੍ਰਿਮੀਨੇਸ਼ਨ ਐਂਡ ਓਪਰੈਸ਼ਨ, ਇਹ ਲਫ਼ਜ਼ ਵੀ ਨਾਲ ਐਡ ਕਰਾਇਆ ਵੀ ਇਕੱਲਾ ਇਹੀ ਨਹੀਂ ਕਿ ਵੀ ਇਹ ਡਿਸਕ੍ਰਿਮੀਨੇਸ਼ਨ ਹੈ, ਇਹ ਓਪਰੈਸ਼ਨ ਹੈ ਵੀ ਹੁੰਦੀ ਹੈ। ਔਰ ਉਹਨਾਂ ਨੇ ਇਹ ਪਹਿਲਾ ਸਕੂਲ ਬੋਰਡ ਆਊਟਸ ਬਣ ਗਿਆ ਜਿਹਨਾਂ ਨੇ ਜਿਹੜੀ ਹੈ ਕਾਸਟ ਓਪਰੈਸ਼ਨ ਇਨ ਕੈਨੇਡਾ ਨੂੰ ਰੈਕੋਗਨਾਈਜ਼ ਕੀਤਾ। ਔਰ ਇਹ ਜਿਹੜਾ ਉਹਨਾਂ ਦਾ ਟਰੱਸਟੀ ਨੇ ਯਾਲਿਨਕੀ ਰਾਜਕੁਲ ਸਿੰਘਮ, ਉਹਨਾਂ ਨੇ ਇੰਟਰੋਡਿਊਸ ਕੀਤਾ ਮੋਸ਼ਨ ਔਨ ਦਾ ਫਲੋਰ, ਸੈਕੰਡਡ ਬਾਈ ਦਾ ਟਰੱਸਟੀ ਅਨੂ ਸ੍ਰੀ ਕਾਂਦਰਾਜਾ, ਇਹ ਦੋਨੋਂ ਹੀ ਇੰਡੀਅਨ ਨੇਮ ਨੇ। ਸੋ ਜ਼ਾਹਰ ਹੈ ਕਿ ਵੀ ਇਹ ਮੂਵ ਵੀ ਆਬਾਦੀ ਵੀ ਇਹਨਾਂ ਦੀ ਹੋਏਗੀ। ਵਾਇਲ ਦਾ ਮੋਸ਼ਨ ਹੈਡ ਓਰੀਜਨਲੀ ਕਾਲਡ ਫਾਰ ਇਨਕਲੂਡਿੰਗ ਕਾਸਟ ਐਜ਼ ਏ ਪ੍ਰੋਟੈਕਟਡ ਕੈਟਾਗਰੀ ਅਲੋਂਗਸਾਈਡ ਰੇਸ, ਜੈਂਡਰ ਐਂਡ ਸੈਕਚੁਐਲਿਟੀ, ਇਟ ਵਾਜ਼ ਅਮੈਂਡਡ ਬਿਫੋਰ ਬੀਂਗ ਅਪਰੂਵਡ। ਔਰ ਮਿਸਟਰ ਰਾਜਕੁਲ ਸਿੰਘਮ ਕਾਲਡ ਮਿਸਿਸ ਬੀਬੀ ਹੈ, ਇਹਦਾ ਮਤਲਬ ਇਹ ਬੀਬੀਆਂ ਹੀ ਅੱਗੇ ਆ ਰਹੀਆਂ ਨੇ ਸੀਐਟਲ ਵਾਲੀ ਵੀ। ਮਿਸਿਸ ਰਾਜਕੁਲਨ ਸਿੰਘ ਕਾਲਡ ਫਾਰ ਏ ਪਾਰਟਨਰਸ਼ਿਪ ਬਿਟਵੀਨ ਦਾ ਹਿਊਮਨ ਰਾਈਟਸ ਕਮਿਸ਼ਨ ਐਂਡ TDSB TDSB ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਹੈ, ਟੂ ਕਮ ਅਪ ਵਿਦ ਏ ਕੰਕਰੀਟ ਡੈਫੀਨੇਸ਼ਨ ਆਫ ਕਾਸਟ ਓਪਰੈਸ਼ਨ ਐਂਡ ਕ੍ਰੀਏਟ ਏ ਮੀਨਸ ਟੂ ਐਡਰੈਸ ਸੱਚ ਐਂਡ ਸੋ। ਉਹਨਾਂ ਨੇ ਕਿਹਾ ਜੀ ਪਾਰਟਨਰਸ਼ਿਪ ਕਰੋ ਹਿਊਮਨ ਰਾਈਟ ਕਮਿਸ਼ਨ ਦੇ ਨਾਲ, ਸਾਡੇ ਨਾਲ ਕਰੇ ਔਰ ਇਸ ਦੇ ਉੱਤੇ ਇੱਕ ਪ੍ਰੋਪਰ ਸਟ੍ਰੈਟਜੀ ਜਿਹੜੀ ਹੈ ਬਣਾਈ ਜਾਏ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਤੱਕ ਜਿਹੜਾ ਉਹਨਾਂ ਦੀ ਰੈਮਡੀ, ਦੇਰ ਇਜ਼ ਨੋ ਕੈਟਾਗਰੀ ਟੂ ਰਿਕਾਰਡ ਕਾਸਟ ਓਪਰੈਸ਼ਨ, ਸੋ ਇਟਸ ਨੋਟ ਬੀਂਗ ਰਿਕਾਰਡਡ ਐਜ਼ ਕਾਸਟ, ਦਿਸ ਡਜ਼ਨਟ ਮੀਨ ਇਟ ਇਜ਼ ਨੋਟ ਹੈਪਨਿੰਗ। ਉਹਨੇ ਪੂਰਾ ਵਿਵਿਡ ਉਹਨੇ ਮੌਕਾ ਦਿੱਤਾ ਔਰ ਉਹਦੇ 'ਚ ਉਹਨੇ ਕਿਹਾ ਕਿ ਇਨ ਸੀਐਟਲ, ਦੇਖੋ ਸੀਐਟਲ ਬਣ ਗਿਆ ਜਿਹਨੂੰ ਕਹਿੰਦੇ ਨੇ ਇੱਕ ਵਾਰੀ ਐਸਟੈਬਲਿਸ਼ ਹੋ ਜਾਏ ਇਹ ਬੀਬੀ ਕੋਰਟ ਕਾ, ਇਨ ਸੀਐਟਲ 4% ਆਫ ਦਾ ਕਮਿਊਨਿਟੀ ਆਈਡੈਂਟੀਫਾਈ ਐਜ਼ ਸਾਊਥ ਏਸ਼ੀਅਨ, ਐਟ ਤਾਮਿਲ ਡਿਸਟ੍ਰਿਕਟ ਸਕੂਲ ਬੋਰਡ ਵੀ ਆਰ 22%। ਉਹਨੇ ਕਿਹਾ ਜੀ ਜੇ 4% ਵਾਲਿਆਂ ਨੂੰ ਲੱਗਦਾ ਹੈ ਕਿ ਕਾਸਟ ਡਿਸਕ੍ਰਿਮੀਨੇਸ਼ਨ ਔਰ ਓਪਰੈਸ਼ਨ ਹੁੰਦੀ ਹੈ, ਔਰ ਉਹਨਾਂ ਨੇ ਮਤਾ ਕੀਤਾ ਅਸੀਂ ਤਾਂ ਇੱਥੇ 22% ਹੈ। ਦਿਸ ਮੋਸ਼ਨ ਇਜ਼ ਨੋਟ ਅਬਾਊਟ ਡਿਵੀਜ਼ਨ, ਇਟ ਇਜ਼ ਅਬਾਊਟ ਕ੍ਰੀਏਟਿੰਗ ਹੀਲਿੰਗ ਐਂਡ ਐਮਪਾਵਰਿੰਗ ਕਮਿਊਨਿਟੀਜ਼ ਐਂਡ ਪ੍ਰੋਵਾਈਡਿੰਗ ਦੈਮ ਸੇਫਰ ਸਕੂਲਸ ਦੈਟ ਸਟੂਡੈਂਟਸ ਡਿਜ਼ਰਵ। ਕਿ ਭਾਈ ਇਹ ਕੋਈ ਅਸੀਂ ਡਿਵੀਜ਼ਨ ਨਹੀਂ ਹੈ, ਅਸੀਂ ਤਾਂ ਇਹ ਹੈ ਕਿ ਭਾਈ ਜਿਹੜੇ ਬੱਚੇ ਇਹਨਾਂ ਵਿਚਾਰਿਆਂ ਦੇ ਦਲਿਤ ਵਰਗ ਦੇ ਨੇ ਉਹਨਾਂ ਦੇ ਨਾਲ ਇੱਥੇ ਵੀ ਇਹ ਜਿਹੜੇ ਨੇ ਡਿਸਕ੍ਰਿਮੀਨੇਟ ਕਰਦੇ ਨੇ ਕਾਸਟ ਬੇਸਡ, ਤਾਂ ਕਿ ਉਸ ਡਿਸਕ੍ਰਿਮੀਨੇਸ਼ਨ ਤੋਂ ਬਚ ਸਕਣ। ਔਰ ਇਸ ਦੇ ਉੱਤੇ ਫਿਰ ਬਾਕੀਆਂ ਦੇ ਵੀ ਉਹਨਾਂ ਦੀ ਰਾਏ ਹੈ, ਲੇਕਿਨ ਜਿਹੜਾ ਹਿੰਦੂ ਤਵੀਆਂ ਦਾ ਵਿਰੋਧ ਹੈ ਉਹ ਪੂਰੀ ਤਰ੍ਹਾਂ ਇਸ ਤੋਂ ਦੂਜੇ ਪਾਸੇ ਕੈਨੇਡਾ ਦੀਆਂ ਹਿੰਦੂ ਜਥੇਬੰਦੀਆਂ ਨੇ ਇਸ ਮਤੇ ਦਾ ਵਿਰੋਧ ਕੀਤਾ। ਕੈਨੇਡੀਅਨ ਆਰਗੇਨਾਈਜੇਸ਼ਨ ਫਾਰ ਹਿੰਦੂ ਹੈਰੀਟੇਜ ਐਜੂਕੇਸ਼ਨ ਨੇ ਇਸ ਨੂੰ ਹਿੰਦੂ ਧਰਮ 'ਤੇ ਸਿੱਧਾ ਹਮਲਾ ਕਰਾਰ ਦਿੱਤਾ, ਅਟੈਕ ਕਰਤਾ ਸਾਡੇ ਹਿੰਦੂ ਧਰਮ 'ਤੇ। ਇਸ ਸੰਬੰਧੀ ਇੱਕ ਪਟੀਸ਼ਨ ਵੀ ਦਾਇਰ ਕੀਤੀ, ਪਟੀਸ਼ਨ 'ਤੇ ਵੀ ਆ ਗਏ। ਹਿੰਦੂ ਜਥੇਬੰਦੀਆਂ ਦਾ ਮੰਨਣਾ ਹੈ ਕਿ ਕੈਨੇਡਾ 'ਚ ਇਹੋ ਜਿਹਾ ਕੁਝ ਵੀ ਨਹੀਂ ਹੋ ਰਿਹਾ,
ਕੈਨੇਡਾ 'ਚ ਕਿਹੜੀ ਜਾਤ ਪਾਤੀ ਡਿਸਕ੍ਰਿਮੀਨੇਸ਼ਨ, ਇਹ ਤਾਂ ਹਿੰਦੂ ਧਰਮ 'ਤੇ ਹਮਲਾ ਹੈ। ਪਰ ਚੰਗੀ ਗੱਲ ਇਹ ਹੈ ਕਿ ਵੀ ਉੱਥੇ ਵੀ ਸਿਆਟਲ 'ਚ ਵੀ ਔਰ ਟੋਰਾਂਟੋ ਸਕੂਲ ਬੋਰਡ 'ਚ ਵੀ ਜਿਹੜੇ ਰੈਜ਼ੋਲੂਸ਼ਨ ਨੂੰ ਲੀਡ ਕਰਨ ਵਾਲੇ ਨੇ ਉਹ ਹਿੰਦੂ ਬੀਬੀਆਂ ਨੇ। ਸੋ ਜ਼ਾਹਿਰ ਹੈ ਕਿ ਵੀ ਉੱਥੇ ਫਿਰ ਕੋਈ ਇਹ ਨਹੀਂ ਕਹਿ ਸਕਦਾ, ਜੇ ਤਾਂ ਗੋਰੇ ਨੇ ਹੁੰਦਾ ਉਹਨਾਂ ਨੇ ਕਹਿਣਾ ਜੀ ਇਹ ਇਹਨਾਂ ਦਾ ਏਜੰਡਾ, ਇਹ ਮਹਾਨ ਭਾਰਤ ਉਹਦਾ ਗਰਵ ਉਹਨੂੰ ਤੋੜਨਾ ਚਾਹੁੰਦੇ ਨੇ। ਲੇਕਿਨ ਜੇ ਤੁਸੀਂ ਦੇਖੋ ਕਿ ਵੀ ਬਾਹਰ ਇਹ ਰੈਕਗਨੀਸ਼ਨ ਹੋ ਰਹੀ ਹੈ ਤੇ ਮੋਦੀ ਦੇ ਹਿੰਦੂ ਇੰਡੀਆ 'ਚ ਕੀ ਹੋ ਰਿਹਾ, ਨਾਲ ਦੀ ਨਾਲ ਖਬਰ ਉੱਥੋਂ ਦੇ ਹਵਾਲੇ ਨਾਲ ਹੈ, ਐਬਿਊਜ਼ਿੰਗ ਸਮਵਨ ਵਿਦ ਕਾਸਟ ਨੇਮ ਡਿਊਰਿੰਗ ਆਰਗੂਮੈਂਟ ਵਾਂਟ ਲੀਡ ਟੂ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਐਕਟ ਕੇਸ ਓਡੀਸ਼ਾ ਹਾਈ ਕੋਰਟ। A single judge bench of Justice R.K. Patnaik held that intent to humiliate somebody specifically because of scheduled caste or scheduled tribe identity was needed to bring charges under the act. ਹੁਣ ਇਹਦਾ ਤੱਤ ਸਾਰ ਇਹ ਹੈ ਕਿ ਉੜੀਸਾ ਦੇ ਹਾਈ ਕੋਰਟ 'ਚ ਇੱਕ ਸਿੰਗਲ ਜੱਜ ਬੈਂਚ ਨੇ ਫੈਸਲਾ ਦਿੱਤਾ ਕਿ ਜੇ ਕੋਈ ਉੱਚੀ ਜ਼ਾਤ ਵਾਲਾ ਲੜ ਰਿਹਾ ਕਿਸੇ ਸ਼ੂਦਰ ਦੇ ਨਾਲ ਔਰ ਉਹਨੂੰ ਉਹ ਜ਼ਾਤ ਅਪਮਾਨਿਤ ਵਾਲਾ ਸ਼ਬਦ ਕਹਿੰਦਾ ਅਤੇ ਉਹ ਇਸ ਕੈਟਾਗਰੀ 'ਚ ਨਹੀਂ ਆਉਂਦਾ ਕਿ ਹੁਣ ਕਿਉਂਕਿ ਭਾਰਤ ਦੇ ਵਿੱਚ ਲਾਅ ਤਾਂ ਬਣੇ ਹੋਏ ਨੇ ਕਿ ਤੁਸੀਂ ਕਿਸੇ ਨਾਲ ਜਾਤ ਸੂਚਕ ਕੋਈ ਗਾਲ ਕੱਢੋ ਕੋਈ ਨਾ ਵਰਤੋ ਅਤੇ ਉਹ ਐਕਟ ਜਿਹੜੇ ਨੇ ਉਹ ਕਾਫੀ ਸਟਰੋਂਗ ਨੇ, ਸਜ਼ਾਵਾਂ ਨੇ। ਪਰ ਉਹਨੇ ਕਿਹਾ ਜੀ ਜੇ ਤਾਂ ਕੋਈ ਲੜਾਈ ਦੇ ਵਿੱਚ ਇੱਕ ਦੂਜੇ ਨੂੰ ਗਾਲ ਕੱਢਦੇ ਆ ਉਹਦੀ ਜਾਤ ਦਾ ਨਾਂ ਲੈ ਦਿੰਦਾ, ਇਹ ਕੋਈ ਇਹ ਨਹੀਂ ਬਣਦਾ ਵੀ ਉਸ ਐਕਟ ਦੇ ਥੱਲੇ ਨਹੀਂ ਆਉਂਦਾ। ਅਨਟਿਲ ਅਨਲੈਸ ਉਹਦੀ ਪਹਿਲਾਂ ਤੋਂ ਇੰਟੈਂਟ ਹੋਏ ਉਹਨੂੰ ਉਹ ਹਿਊਮੀਲੇਟ ਕਰ ਰਿਹਾ ਉਹਦੀ ਜਾਤ ਕਰਕੇ ਫਿਰ ਉਸੇ ਕਰਕੇ, ਮਤਲਬ ਇਹ ਹੈ। ਹੁਣ ਗੱਲ ਉੱਥੇ ਕੀ ਆ ਜਾਂਦੀ ਹੈ ਕਿ ਵੀ ਜਦੋਂ ਇਹ ਕਿਹਾ ਜਾਂਦਾ ਔਰ ਅਸੀਂ ਅਕਸਰ ਇਹ ਮੈਂ ਟਰਮ ਯੂਜ਼ ਕੀਤੀ ਔਰ ਕਈਆਂ ਨੇ ਇਹਨੂੰ ਐਪਰੀਸ਼ੀਏਟ ਵੀ ਕੀਤਾ, ਮੈਂ ਕਿਹਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਲੈਟਰ ਐਂਡ ਸਪਿਰਿਟ ਆਫ ਦਾ ਕਾਂਸਟੀਟਿਊਸ਼ਨ, ਲੈਟਰਸ ਤਾਂ ਬੜੇ ਖੂਬਸੂਰਤ ਹੋ ਸਕਦੇ ਨੇ, ਡਾਕਟਰ ਬੀ ਆਰ ਅੰਬੇਦਕਰ ਨੇ ਯਕੀਨੀ ਬਣਾਇਆ ਇੰਡੀਅਨ ਕਾਂਸਟੀਟਿਊਸ਼ਨ ਦੇ ਵਿੱਚ ਕਿ ਰਿਜ਼ਰਵੇਸ਼ਨ ਹੈ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬਸ ਲਈ, ਬੈਕਵਰਡ ਕਲਾਸਿਸ ਓ ਬੀ ਸੀ ਲਈ ਬਾਅਦ ਦੇ ਵਿੱਚ ਜ਼ਿਆਦਾ ਹੁੰਦੀ ਹੈ ਓ ਬੀ ਸੀ ਲਈ, ਖਾਸ ਕਰ ਮੰਡਲ ਕਮਿਸ਼ਨ ਤੋਂ ਬਾਅਦ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਈਵਨ ਇਕੱਲੇ ਜਿਹੜਾ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬਸ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਉਹ ਸਿਰਫ ਫੈਡਰਲ ਲੈਵਲ ਦਾ ਕਮਿਸ਼ਨ ਹੀ ਨਹੀਂ ਹੈ, ਹਰ ਭਾਰਤ ਦੇ 29-30 ਸੂਬੇ ਜਿਹੜੇ ਨੇ ਉਹਨਾਂ 'ਚ ਵੀ ਕਮਿਸ਼ਨ ਬਣੇ ਹੋਏ ਨੇ ਔਰ ਉਹਨਾਂ ਤੱਕ ਸ਼ਿਕਾਇਤ ਹੁੰਦੀ ਹੈ ਔਰ ਉਹ ਜ਼ਮਾਨੇ ਗਏ ਕਿ ਤੁਸੀਂ ਕਿਸੇ ਨੂੰ ਕੋਈ ਜ਼ਾਤੀ ਸੂਚਕ ਨਾਂ ਲੈ ਸਕਦੇ ਹੋ। ਹੁਣ ਇਹ ਲੈਟਰ ਆਫ ਦਾ ਕਾਂਸਟੀਟਿਊਸ਼ਨ ਨੇ, ਹੁਣ ਜਿਹੜਾ ਜੱਜ ਬੈਠਾ ਹੈ ਜਿਹਨੇ ਜਦੋਂ ਕੋਲ ਕੇਸ ਲੱਗਣਾ ਹੈ ਕਿ ਬਈ ਇਹਨੇ ਇਹ ਜਾਤੀ ਸੂਚਕ ਅਪਮਾਨਜਨਕ ਸ਼ਬਦ ਕਹਿ ਜਾਂ ਡਿਸਕ੍ਰਿਮੀਨੇਸ਼ਨ ਕੀਤੀ ਜਾਂ ਉਹ ਤਾਂ ਬ੍ਰਾਹਮਣ ਬੈਠਾ ਹੈ। ਹੁਣ 65-70% ਜਿਹੜੇ ਜੱਜਿਸ ਨੇ ਹਾਈ ਕੋਰਟ ਸੁਪਰੀਮ ਕੋਰਟ ਥੱਲੇ ਸੈਸ਼ਨ ਕੋਰਟ ਔਰ ਲੋਅਰ ਕੋਰਟ ਲੈਵਲ 'ਤੇ ਉਹ ਬ੍ਰਾਹਮਣ ਨੇ। ਹੁਣ ਸਪਿਰਿਟ ਆਫ ਦਾ ਕਾਂਸਟੀਟਿਊਸ਼ਨ ਤਾਂ ਇਹ ਹੈ ਕਿ ਜੇ ਤੁਹਾਡੇ ਅੰਦਰ ਤੁਸੀਂ ਮੁਨਸਫ ਦੀ ਕੁਰਸੀ 'ਤੇ ਬੈਠੇ ਹੋ ਜੱਜ ਦੀ ਕੁਰਸੀ 'ਤੇ ਬੈਠੇ ਹੋ, ਤੁਹਾਡੀ ਅਪਰੋਚ ਇਮਾਨਦਾਰੀ ਦੀ ਹੈ, ਤੁਸੀਂ ਜੱਜ ਦਾ ਕੰਮ ਤਾਂ ਕਾਂਸਟੀਟਿਊਸ਼ਨ ਨੂੰ ਇੰਟਰਪ੍ਰੀਟ ਕਰਨਾ, ਉਹ ਕੋਈ ਲਾਅ ਬਣਾਉਂਦਾ ਤਾਂ ਨਹੀਂ, ਪਰ ਉਹਦੇ ਅੰਦਰ ਬੈਠਾ ਬ੍ਰਾਹਮਣ ਹਿੰਦੂ ਜਾਂ ਹਿੰਦੂਤਵਾ ਦਾ ਜਿਹੜਾ ਅੰਸ਼ ਹੈ ਉਹਦੇ ਥੱਲੇ ਜਸਟਿਸ ਤਾਂ ਨਹੀਂ ਹੋ ਸਕਦਾ ਕਦੇ ਵੀ। ਜੇ ਇਵੇਂ ਨਾ ਹੁੰਦਾ ਤਾਂ ਫਿਰ ਜੂਨ 84 ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀ 38-39 ਸਾਲ ਬਾਅਦ ਵੀ ਬਾਹਰ ਨਾ ਹੁੰਦੇ। ਜੇ ਇਵੇਂ ਹੁੰਦਾ ਤਾਂ ਫਿਰ 2002 'ਚ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲਾ ਮੋਦੀ ਔਰ ਅਮਿਤ ਸ਼ਾਹ ਭਾਰਤ ਦਾ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਨਾ ਹੁੰਦਾ, ਇਹ ਜਿਹੜੇ ਨੇ ਉਹ ਕਾਲੇ ਪਾਣੀ ਦੀ ਜੇਲ੍ਹ 'ਚ ਹੁੰਦੇ। ਲੇਕਿਨ ਔਰ ਫਿਰ ਕੰਧਮੂਲ ਜਿਹੜਾ ਉੜੀਸਾ ਦੇ ਵਿੱਚ ਹੋਇਆ ਔਰ ਜੋ ਹੁਣ ਲਗਾਤਾਰਤਾ ਨਾਲ ਹੋ ਰਿਹਾ, ਜੁਡੀਸ਼ਰੀ ਕਿੱਥੇ ਹੈ? ਆਹ ਹਾਥਰਸ ਕੇਸ ਦਲਿਤ ਬੱਚੀ ਦੇ ਨਾਲ ਜੋ ਹੁੰਦਾ ਔਰ ਉਹ ਕਰਨ ਵਾਲੇ 4 ਸਵਰਨ ਜਾਤੀਆਂ ਦੇ ਲੋਕ ਨੇ ਉਹ ਸਾਰੇ ਬਰੇ। ਸੋ ਮੈਂ ਜਦੋਂ ਇਹ ਦੇਖਿਆ ਮੈਂ ਕਿਹਾ ਇੱਕ ਪਾਸੇ ਡਾਇਸਪੋਰਾ ਕਮਿਊਨਿਟੀ ਦੇ ਵਿੱਚ ਇਸ ਗੱਲ ਨੂੰ ਰੈਕਗਨਾਈਜ਼ ਕਰਦੇ ਹੈ, ਉਹ ਤਾਂ ਉਹਨੂੰ ਰੇਸ ਦੇ ਬਰਾਬਰ ਡਿਸਕ੍ਰਿਮੀਨੇਸ਼ਨ ਤੇ ਲਿਆ ਰਹੇ ਨੇ, ਤੇ ਇੱਥੇ ਜਿਹੜਾ ਲਾਅ ਬਣਿਆ ਹੋਇਆ ਜੱਜ ਉੜੀਸਾ ਹਾਈ ਕੋਰਟ ਦਾ ਕਹਿੰਦਾ ਕਿ ਜੀ ਜੇ ਲੜਾਈ 'ਚ ਲੜਦਿਆਂ ਕਿਸੇ ਨੇ ਕਿਸੇ ਨੂੰ ਉਹਦੀ ਜਾਤ ਦਾ ਨਾਂ ਲੈ ਕੇ ਗਾਲ ਕੱਢ ਦਿੱਤੀ ਤੇ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਡਿਸਕ੍ਰਿਮੀਨੇਸ਼ਨ ਐਕਟ ਦੇ ਥੱਲੇ ਨਹੀਂ ਆਏਗਾ, ਇਹ ਹੈ ਮੋਦੀ ਕਾ ਭਾਰਤ, ਇਹ ਹੈ ਜਿਹੜਾ ਹਿੰਦੂਤਵਾ ਜਾਂ ਹਿੰਦੂ ਨੇਸ਼ਨ ਜਿਹੜਾ ਉਹ ਬਣਾਉਣਾ ਚਾਹੁੰਦੇ ਨੇ, ਉਹ ਜਿਹੜੇ ਨੇ ਇਸ ਡਾਇਰੈਕਸ਼ਨ ਵਾਲਾ ਹਿੰਦੂ ਨੇਸ਼ਨ ਮਨੂ ਸਮ੍ਰਿਤੀ ਜਿਸ ਦਾ ਕਾਂਸਟੀਟਿਊਸ਼ਨ ਹੈ
ਉਹ ਹਿੰਦੂ ਨੇਸ਼ਨ ਹੀ ਇਹਨਾਂ ਨੂੰ ਐਕਸੈਪਟੇਬਲ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ ਆਪਣੀ ਪੂੰਜੀ ਨੂੰ ਕੰਮ ਤੇ ਲਗਾਓ ਸਾਡੇ ਨਾਲ ਇਨਵੈਸਟ ਕਰੋ ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਇਸਟੇਟ ਵਿੱਚ ਮਾਹਿਰ ਹਾਂ ਪ੍ਰਾਪਰਟੀ ਮੈਨੇਜਮੈਂਟ ਲੀਜ਼ਿੰਗ ਐਸੈਟ ਮੈਨੇਜਮੈਂਟ ਕਮਰਸ਼ੀਅਲ ਰੀਅਲ ਇਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਾਰਤ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰੱਸਟ 701 ਨਾਰਥ ਪੋਸਟ ਪੋਸਟ ਰੋਡ ਸੁਈਟ ਨੰਬਰ 204 ਹਿਊਸਟਨ ਟੈਕਸਸ ਤੁਸੀਂ ਸਾਨੂੰ ਸਾਡੇ ਫੋਨ ਨੰਬਰ 713-686-1277 ਤੇ ਸੰਪਰਕ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ ਹੈਵੀ ਡਿਊਟੀ ਰਿਪੇਅਰ ਆਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ ਕੰਪਿਊਟਰ ਡਾਇਗਨੋਸਟਿਕ DPF ਕਲੀਨਿੰਗ ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ ਬ੍ਰੇਕਫਾਸਟ ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ ਵੇਅਰਸ ਕੇਵ ਵਰਜੀਨੀਆ 24486 ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅੱਜ 4 ਰੋਜ਼ਾ ਭਾਰਤ ਦੇ ਦੌਰੇ ਤੇ ਹਨ ਔਰ ਅਹਿਮਦਾਬਾਦ ਵਿੱਚ ਮੋਦੀ ਤੇ ਐਂਥਨੀ ਦੋਹਾਂ ਨੇ ਆਸਟ੍ਰੇਲੀਆ ਤੇ ਭਾਰਤ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਮੈਚ ਨੂੰ ਕੁਝ ਸਮੇਂ ਲਈ ਦੇਖਿਆ ਸੋ ਮੋਦੀ ਕਿਸ ਕਦਰ ਆਪਣੀ ਸਿਫਤ ਕਰਾਉਣ ਦਾ ਮਾਨਸਿਕ ਰੋਗੀ ਹੈ ਇਸ ਦਾ ਸਬੂਤ ਉਦੋਂ ਮਿਲਿਆ ਜਦੋਂ ਮੋਦੀ ਨੂੰ ਅਮਿਤ ਸ਼ਾਹ ਦੇ ਪੁੱਤਰ ਨੇ ਮੋਦੀ ਦੀ ਜਿਹੜੀ ਫੋਟੋ ਹੈ ਮੋਦੀ ਨੂੰ ਭੇਟ ਕੀਤੀ ਸੋ ਯਾਦ ਰਹੇ ਅਹਿਮਦਾਬਾਦ ਦੇ ਕ੍ਰਿਕਟ ਸਟੇਡੀਅਮ ਦਾ ਨਾਮ ਵੀ ਨਰਿੰਦਰ ਮੋਦੀ ਰੱਖਿਆ ਗਿਆ ਹੈ ਸੋ ਇਹੋ ਜਿਹਾ ਹੀ ਹਾਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਹੈ ਡੈਮੋਕ੍ਰੇਸੀ ਦੇ ਭੇਖ ਵਿੱਚ ਇਹ ਦੋਵੇਂ ਡਿਕਟੇਟਰ ਆਪਣੇ ਮੁਲਕਾਂ ਦਾ ਬੇੜਾ ਗਰਕ ਕਰ ਰਹੇ ਹਨ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਜਿਹੜੇ ਸਾਡੇ ਵੀਰ ਭੈਣਾਂ ਲਾਈਵ ਚੈਟ ਦੇ ਉੱਤੇ ਯੂਟਿਊਬ ਤੇ ਨੇ ਉਹਨਾਂ ਨੂੰ ਰੈਕਗਨਾਈਜ਼ ਕਰਦੇ ਜੀ ਜ਼ੁਬੇਰ ਯਾਕੂਬ ਸਾਹਿਬ ਅੱਜ ਕੱਲ ਪੂਰੀ ਐਨਰਜੀ ਦੇ ਨਾਲ ਪੂਰਾ ਆਲਵੇਜ਼ ਹੁੰਦਾ ਔਰ ਉਹਨਾਂ ਨੇ ਲਿਖਿਆ ਕਿ ਵੀ ਟੋਰਾਂਟੋ ਸੇ ਮੇਰਾ ਦੋਸਤ ਸੁਲੇਮਾਨ ਆਪਕੋ ਸਲਾਮ ਬੋਲ ਰਹਾ ਹੈ ਸੁਲੇਮਾਨ ਆਪਕਾ ਬਹੁਤ ਬੜਾ ਫੈਨ ਹੈ ਔਰ ਆਪਣੇ ਆਪ ਕੋ ਖਾਲਿਸਤਾਨੀ ਬੋਲਤਾ ਹੈ ਸੁਲੇਮਾਨ ਮੈਨੇ ਤੇਰਾ ਪੈਗਾਮ ਪਹੁੰਚਾ ਦਿਆ ਹੈ ਸ਼ੁਕਰੀਆ ਜ਼ੁਬੇਰ ਸਾਹਿਬ ਔਰ ਸਾਡੇ ਵੱਲੋਂ ਵੀ ਸੁਲੇਮਾਨ ਸਾਹਿਬ ਨੂੰ ਸਲਾਮ ਔਰ ਇਹ ਕਹਿਣਾ ਕਿ ਭਾਈ ਤੁਹਾਡੇ ਵਰਗੇ ਭਰਾਵਾਂ ਦੇ ਸਹਾਰੇ ਹੀ ਅਸੀਂ ਤੁਰੇ ਹੋਏ ਹਾਂ ਔਰ ਅਲਟੀਮੇਟਲੀ ਖਾਲਿਸਤਾਨ ਔਰ ਪਾਕਿਸਤਾਨ ਦੋ ਗੁਆਂਢੀ ਮੁਲਕ ਇਵੇਂ ਜਿਵੇਂ ਕੈਨੇਡਾ ਔਰ ਅਮਰੀਕਾ ਚ ਅਸੀਂ ਬੈਠੇ ਹਾਂ ਇਵੇਂ ਦੇ ਸਾਡੇ ਰਿਸ਼ਤੇ ਹੋਣਗੇ ਰਾਜਨਪ੍ਰੀਤ ਸਿੰਘ ਫਤਿਹ ਬੁਲਾਉਂਦੇ ਨੇ ਮਾਨੀ ਸਿੰਘ ਥੈਂਕਸ ਡਾਕਟਰ ਸਾਹਿਬ ਜੀ ਐਂਡ ਸਿਸਟਰ ਜੀਤ ਸਿੰਘ ਕਹਿੰਦੇ ਨੇ ਮਨੂ ਸਮ੍ਰਿਤੀ ਵਗੈਰਾ ਸਾਰੇ ਖਤਮ ਹੋਣਗੇ ਤੇ ਸੱਚਾਈ ਨੇ ਹੀ ਐਂਡ ਕਰਨਾ ਹੈ ਪਾਪੀਓ ਕੋ ਦੰਡ ਦੀ ਓਰੇ ਇਹ ਗੁਰਬਾਣੀ ਦੇ ਤੁੱਕ ਹੈ ਕਿ ਭਾਈ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦੀ ਓਏ ਪਰਜੀਤ ਸਿੰਘ ਜੀ ਇਸ ਦੇ ਲਈ ਜੂਝਣਾ ਪੈਂਦਾ ਹੈ ਖਲੋਣਾ ਪੈਂਦਾ ਇਹਦੇ ਵਿੱਚ ਠੀਕ ਹੈ ਕਿ ਅਲਟੀਮੇਟਲੀ ਜ਼ੁਲਮ ਦਾ ਨਾਸ਼ ਹੋਏਗਾ ਪਰ ਸਾਨੂੰ ਕਹਿਣਾ ਪਏਗਾ ਲੜਨਾ ਪਏਗਾ ਅੜਨਾ ਪਏਗਾ ਔਰ ਇਹੀ ਸਾਡੀ ਜਿੱਤ ਦਾ ਮੰਤਰ ਹੈ ਮਹਿੰਦਰ ਸਿੰਘ ਲਿਖਦੇ ਨੇ ਸਾਡੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ 47 ਤੋਂ ਬਾਅਦ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਪਰ ਮਨੂ ਸਮ੍ਰਿਤੀ ਦਾ ਗ੍ਰੰਥ ਉਵੇਂ ਦਾ ਉਵੇਂ ਹੈ ਕਿਉਂਕਿ ਇਹਨਾਂ ਦਾ ਰੋਟੀ ਪਾਣੀ ਉੱਥੇ ਹੀ ਚੱਲਦਾ ਹੈ ਮਨੂ ਸਮ੍ਰਿਤੀ ਇਹਨਾਂ ਦੇ ਮਨਾਂ ਚੋਂ ਕਦੇ ਵੀ ਨਹੀਂ ਬਿਲਕੁਲ ਠੀਕ ਹੈ 4000 ਸਾਲ ਤੋਂ ਤੁਸੀਂ ਦੇਖੋਗੇ ਕਿ ਕਿਸੇ ਨੇ ਔਰ ਅਨਫੋਰਚੁਨੇਟਲੀ ਪਾਰਟ ਇਹ ਹੈ ਵੀ ਜਿਹੜੇ ਉਸ ਖਿੱਤੇ ਦੇ ਸਿੱਖ ਮੁਸਲਮਾਨ ਈਸਾਈ ਵੀ ਨੇ ਉਹਨਾਂ 'ਚ ਵੀ ਕਿਤੇ ਨਾ ਕਿਤੇ ਪਰਸੈਂਟੇਜ ਵਾਈਜ਼ ਥੋੜ੍ਹਾ ਬਹੁਤ ਫਰਕ ਹੋਏਗਾ ਮਨੂ ਨਿਕਲਿਆ ਨਹੀਂ ਹੈ ਜਾਤ ਪਾਤੀ ਜਿਹੜੀ ਇਹ ਕੋਡ ਹੈ ਇਹਨੂੰ ਅਸੀਂ ਲੋਕ ਵੀ ਨਹੀਂ ਛੱਡ ਸਕੇ ਔਰ ਇਸ ਤੋਂ ਖਹਿੜਾ ਛਡਾਉਣ ਦੀ ਲੋੜ ਹੈ ਇੱਕ ਹਕੀਕਤ ਹੈ ਔਰ ਰਾਜਕੁਮਾਰ ਖਾਲਿਸਤਾਨ
जिंदाबाद कहंदे ने और तुहानू उन्हां ने बीबी निर्मल जी बना दिता है। चलो चलो कोई ना, ਸਾਨੂੰ ਬਾਬਾ ਬਣਾਤਾ ਤਾਂ ਚੰਗਾ ਲੱਗਦਾ। ਬਾਬਾ ਬਾਪੂ ਨੀਲਮ ਕੌਰ ਮੇ ਵੀ ਇਹਨਾਂ ਨੇ ਨਾਮ ਨਹੀਂ ਦੇਖਿਆ ਨਾ ਥੱਲੇ ਪੜਿਆ, ਪਿਆਰ ਨਾਲ ਹੀ ਹੁੰਦਾ। ਸੋ ਨਾਈਸ, ਨੋ ਪ੍ਰੋਬਲਮ। ਔਰ ਰਾਜਦੀਪ ਸਿੰਘ ਫਿਰ ਖਾਲਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਮੈਸੇਜਸ ਤਾਂ ਬਹੁਤ ਜ਼ਿਆਦਾ ਨੇ, ਮੈਂ ਤਾਂ ਘਟੜੀ ਲੱਗੀ ਹੋਈ ਅੱਜ ਪੂਰੀ। ਤੇ ਅਸੀਂ KW ਦੀ ਆਈਡੀ ਤੋਂ ਕਹਿੰਦੇ ਨੇ, ਅਮੇਜ਼ਿੰਗ ਹਿਸਟਰੀ ਐਟ ਇਟਸ ਬੈਸਟ, ਨੋ ਵਨ ਇਜ਼ ਬੈਟਰ ਦੈਨ ਐਕਸਪਲੇਨਿੰਗ ਦਾ ਟਰੂਥ ਬਟ ਦਾ ਗ੍ਰੇਟ ਡਾਕਟਰ। ਬਹੁਤ ਬਹੁਤ ਸ਼ੁਕਰੀਆ, ਅਸੀਂ ਵੀ ਤੁਹਾਡੇ ਵਾਂਗ ਜਿਹੜਾ ਉਹ ਤਾਲੀਮ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਤਾਲਿਬੇ ਇਲਮ ਹੋਣ ਦੇ ਨਾਤੇ, ਵਿਦਿਆਰਥੀ ਹੋਣ ਦੇ ਨਾਤੇ। ਲਖਵਿੰਦਰ ਔਲਖ ਉਹਨਾਂ ਨੇ ਵੀ ਖਾਲਿਸਤਾਨ ਜ਼ਿੰਦਾਬਾਦ ਔਰ ਫਤਿਹ ਬੁਲਾਈ ਹੈ ਸੋਨ ਮਾਲ, ਜਿਹੜੇ ਫੇਸਬੁੱਕ ਤੇ ਵੀ ਹੁੰਦੇ ਨੇ, ਔਰ ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਭੈਣ ਜੀ ਸੁਰਜੀਤ ਕੌਰ ਖਾਲਿਸਤਾਨ ਜ਼ਿੰਦਾਬਾਦ, ਅੰਗਰੇਜ਼ੀ ਦਾ ਲਫ਼ਜ਼ ਅਸੀਂ ਅੱਗੇ ਵੀ ਆਪਣੇ ਪ੍ਰੋਗਰਾਮ 'ਚ ਮੋਦੀ ਲਈ ਇਸਤੇਮਾਲ ਕੀਤਾ ਸੀ। ਅੱਜ ਅਸੀਂ ਦੋ ਨਾਰਸਿਸਿਸਟ ਜਿਹੜੇ ਇਸ ਵੇਲੇ ਦੋ ਡੈਮੋਕਰੇਸੀ ਦੇ ਨਾਂ ਥੱਲੇ ਆਪਣੇ ਮੁਲਕਾਂ ਦੀਆਂ ਜੜ੍ਹਾਂ ਕੱਟ ਰਹੇ ਨੇ, ਲੇਕਿਨ ਇਨਸਾਨੀਅਤ ਨੂੰ ਤਕਲੀਫ ਦੇ ਰਹੇ ਨੇ, ਉਹਨਾਂ 'ਚ ਇੱਕ ਨਰਿੰਦਰਾ ਮੋਦੀ ਤੇ ਦੂਸਰਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੇਤਨਯਾਹੂ। ਹੁਣ ਨਾਰਸਿਸਿਸਟ ਲਈ, ਕਿਉਂਕਿ ਸਾਡੇ ਕੁਛ ਵੀਰ ਖਾਸ ਤੌਰ ਤੇ ਕਹਿਣਗੇ ਜੀ ਤੁਸੀਂ ਕਈ ਵਾਰ ਅੰਗਰੇਜ਼ੀ ਦੇ ਲਫ਼ਜ਼ ਜ਼ਿਆਦਾ ਵਰਤਦੇ ਹੋ, ਇਹ ਵੀ ਮੈਂ ਵੈਸੇ ਦੱਸਦਿਆਂ ਔਰ ਅਸੀਂ ਜ਼ਿਕਰ ਵੀ ਕਰਾਂਗੇ ਕਿ ਗੱਲ ਜਿਹੜੀ ਅਹਿਮੀਅਤ ਵਾਲੀ ਜਾਂ ਇੰਪੋਰਟੈਂਟ ਹੁੰਦੀ ਹੈ, ਮੈਸੇਜ ਜਾਣ ਦੀ ਹੁੰਦੀ ਹੈ ਕਿ ਸੁਨੇਹਾ ਪਹੁੰਚਣਾ ਚਾਹੀਦਾ। ਔਰ ਜੇ ਅਸੀਂ ਬੜੇ ਫਖਰ ਨਾਲ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ 'ਚ 22-23 ਜ਼ਬਾਨਾਂ ਦੇ 100 ਤੋਂ ਦੇ ਕਰੀਬ ਡਾਇਲੈਕਟਸ ਦੇ ਅਲਫਾਜ਼ ਨੇ, ਸੋ ਗੁਰੂ ਸਾਹਿਬ ਨੇ ਜਿੱਥੇ ਜਿੱਥੇ ਉਹ ਗਏ, ਬਾਣੀ ਤਾਂ ਤੁਰਕੀ ਬਾਣੀ ਹੈ, ਪਰ ਉਹਨਾਂ ਲਫ਼ਜ਼ਾਂ ਨੂੰ ਜਾਂ ਉਹਨਾਂ ਦਾ ਸਿੰਬੋਲਿਜ਼ਮ ਜਿਹੜੇ ਜਿਹੜੇ ਜੇ ਜੋਗੀਆਂ 'ਚ ਗਏ ਉਹਨਾਂ ਦੇ ਕੀਤਾ। ਸੋ ਗੱਲ, ਹਾਂ ਜੇ ਮੈਂ ਕੋਈ ਗਿਆਨੀ ਦਾ ਜਾਂ ਕਿ ਕਦੇ ਵਿਦਵਾਨੀ ਬੁੱਧੀਮਾਨੀ ਇਹ ਸਬਜੈਕਟ ਹੁੰਦੇ ਸੀ ਉਹਨਾਂ ਦਾ ਇਮਤਿਹਾਨ ਦੇ ਰਿਹਾ ਹੋਵਾਂ, ਤੇ ਫਿਰ ਜ਼ਰੂਰ ਉਹਨਾਂ ਦੇ ਗਿਆਨੀ ਟੀਚਰ ਨੰਬਰ ਲਾਉਣ ਵੇਲੇ ਦੇਖੇਗਾ ਵੀ ਕੀ ਹੈਗਾ। ਅਸੀਂ ਜਿਸ ਪਲੇਟਫਾਰਮ ਤੋਂ ਹਾਂ, ਸਾਡੇ ਵਿਊਜ਼ ਦੇ ਵਿੱਚ ਜ਼ਾਹਰ ਹੈ, ਸਾਡੇ ਆਪਣੇ ਸਿੱਖ ਭੈਣ ਭਰਾ ਨੇ, ਇੱਕ ਵੱਡਾ ਹਿੱਸਾ ਜਿਹੜਾ ਲਹਿੰਦੇ ਪੰਜਾਬ ਨਾਲ ਸੰਬੰਧਿਤ ਹੈ, ਉਹਨਾਂ ਦੀ ਪੰਜਾਬੀ ਦੇ ਵਿੱਚ ਅਲਫਾਜ਼, ਹੁਣ ਮੈਂ ਸ਼ਬਦ ਕਵਾਂ, ਮੈਂ ਸ਼ਬਦ ਵੀ ਲਫ਼ਜ਼ ਇਸਤੇਮਾਲ, ਤੇ ਉਹਨਾਂ ਤੱਕ ਬਹੁਤੇ ਸਮਝ ਨਹੀਂ ਸਕਦੇ ਕਿਉਂਕਿ ਉਹ ਲਫ਼ਜ਼ ਔਰ ਲਫ਼ਜ਼ਾਂ ਦਾ ਪਲੂਰਲ ਅਲਫਾਜ਼। ਸੋ ਮੇਰਾ ਇਹ ਯਤਨ ਹੁੰਦਾ ਕਿ ਮੈਸੇਜ ਕਨਵੇ ਹੋਏ ਦੋਨੋਂ ਪਾਸਿਓਂ, ਔਰ ਮੈਂ ਸਮਝਦਾ ਵੀ ਇਹ ਵੀ ਗੱਲ ਸੱਚੀ ਹੈ ਕਿ ਸਾਡਾ ਇੱਕ ਤਬਕਾ ਤਾਂ ਸਕ੍ਰਿਪਟ ਦੇ ਉੱਤੇ ਹੀ ਲੜਦਾ ਜਾਂ ਲੜਦਾ ਰਿਹਾ ਕਿ ਜੀ ਗੁਰਮੁਖੀ ਦੇ ਵਿੱਚ ਹੀ ਲਿਖਿਆ ਜਾਏ ਜੇ ਇਸ ਨੂੰ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੇ ਡਿਸਆਨ ਕੀਤਾ, ਜਾਂ ਅਰੇਬਿਕ ਜਿਹੜੀ ਪਰਸ਼ੀਅਨ ਸਕ੍ਰਿਪਟ 'ਚ ਲਿਖਿਆ ਜਾਂਦਾ ਜਿਹਨੂੰ ਅਸੀਂ ਉਰਦੂ 'ਚ ਕਹਿੰਦੇ। ਅਸੀਂ ਤਾਂ ਕੋਈ ਨਿਰਣਾ ਨਹੀਂ ਕਰ ਸਕੇ, ਪਰ ਇਸ ਵੇਲੇ ਜੇ ਕਮਿਊਨੀਕੇਸ਼ਨ ਦੋਨਾਂ ਪੰਜਾਬਾਂ ਦੀ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਰਾਹੀਂ ਹੋਈ ਤੇ ਉਹ ਰੋਮਨ ਦੇ ਵਿੱਚ ਲਿਖ ਕੇ, ਨਾ ਅਸੀਂ ਪੰਜਾਬੀ ਪਰਸ਼ੀਅਨ 'ਚ ਲਿਖਣੀ ਸਿੱਖੀ, ਨਾ ਗੁਰਮੁਖੀ 'ਚ ਲਿਖਣੀ ਸਿੱਖੀ, ਪਰ ਉਹ ਰੋਮਨ ਵਾਲੇ ਆ ਗਏ, ਮੈਸੇਜ ਉਹਨਾਂ ਨੇ ਜਿਹੜਾ ਉਹ ਕਨਵੇ ਕਰ ਦਿੱਤਾ। ਸੋ ਮੈਂ ਸਮਝਦਾ ਵੀ ਇਸ ਗੱਲ ਦੇ ਉੱਤੇ, ਕਿਉਂਕਿ ਕਈ ਸਾਡੇ ਮੈਸੇਜ 'ਚ ਵੀ ਲਿਖਣਗੇ ਕਿ ਜੀ ਅੰਗਰੇਜ਼ੀ ਵਾਲੇ ਮੈਸੇਜ ਕਿਉਂ ਲਿਖਦੇ ਨੇ ਲੋਕ, ਇਸ ਨੂੰ ਪਲੇਟਫਾਰਮ ਨੂੰ ਅਸੀਂ ਇਵੇਂ ਹੀ ਰੱਖਣਾ ਚਾਹੁੰਦੇ ਹਾਂ ਤਾਂ ਕਿ ਕੌਜ਼ ਦੀ ਨੇੜਤਾ ਹੋਏ, ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਫਿਰ ਜਦੋਂ ਸਾਡੀ ਕੰਸੈਂਸਸ, ਔਰ ਬਹੁਤ ਸਾਰੇ ਲਫ਼ਜ਼ ਜਿਹੜੇ ਅੱਜ ਕਾਮਨ ਇਸਤੇਮਾਲ ਦੇ ਨੇ ਅੰਗਰੇਜ਼ੀ ਦੇ, ਉਹ ਸਖੈਣ ਹੋ ਚੁੱਕੇ ਨੇ, ਜੇ ਉਹਦੇ ਕੋਲੋਂ ਅਸੀਂ ਜਿਹੜੇ ਸਾਡੇ ਉੱਥੇ ਬੈਠੇ ਐਕਸਪਰਟਸ ਨੇ ਉਹਦੀ ਪੰਜਾਬੀ ਬਣਾਈ ਹੈ ਜਾਂ ਹਿੰਦੀ ਬਣਾਈ ਹੈ, ਜੇ ਤੁਸੀਂ ਦੇਖੋ ਤਾਂ ਉਹ ਤਾਂ ਇਵੇਂ ਹੁੰਦਾ ਵੀ ਤੁਹਾਡੇ ਮੂੰਹ ਦੇ ਵਿੱਚ ਜਿਵੇਂ ਨਵਾਲਾ ਫਸ ਗਿਆ ਹੋਏ, ਤੁਸੀਂ ਉਹ ਖੁਦ ਹੀ ਨਹੀਂ ਉਹਨੂੰ ਪ੍ਰੋਨਾਊਂਸ ਕਰ ਸਕਦੇ, ਯਾਦ ਉਹਨੂੰ ਕੀ ਰੱਖਣਾ ਹੈ। ਸੋ ਇਸ ਲਈ ਇਹ ਅਸੀਂ ਕਹਿ ਸਕਦੇ ਹਾਂ ਕਿ ਭਾਈ ਹੁਣ ਨਾਰਸਿਸਿਸਟ ਦਾ ਲਫ਼ਜ਼ ਜੇ ਕਹਿਣਾ ਹੋਏ ਕਿ ਭਾਈ ਇਹ ਦੋਨੋਂ ਹੀ ਤਾਕਤ ਦੇ ਨਸ਼ੇ 'ਚ ਅੰਨੇ, ਸਿਰਫ ਤੇ ਸਿਰਫ ਆਪਣੀ ਸਿਫਤ ਸੁਣਨ ਵਾਲੇ, ਪਾਵਰ ਦੇ ਭੁੱਖੇ, ਸਿਰੇ ਦੇ ਕਰਪਟ। ਨੇਤਨਯਾਹੂ ਦੇ ਖਿਲਾਫ਼ ਤਾਂ ਕਰਪਸ਼ਨ ਦੇ ਕੇਸ ਉਹਨਾਂ ਦੇ ਆਪਣੇ ਸੁਪਰੀਮ ਕੋਰਟ 'ਚ ਚੱਲ ਰਹੇ ਨੇ, ਇੱਥੇ ਮੋਦੀ ਦਾ ਜੇ ਸਿੱਧਾ ਤਾਂ ਕੋਈ, ਕਿਉਂਕਿ ਉਹਨੇ ਤਾਂ ਯਾਰ ਜਾਏ ਨੇ, ਉਹਨਾਂ ਦੀ ਜੇਬ 'ਚ ਹੱਥ ਪਾਇਆ ਹੁੰਦਾ, ਉਹਨੇ ਅਡਾਨੀ ਜਿਹਦੇ ਜਹਾਜ਼ਾਂ 'ਚ ਘੁੰਮਦਾ ਹੈ, ਜਿਹਦੇ $130 ਬਿਲੀਅਨ ਡਕਾਰ ਗਿਆ, ਲੱਭਿਆ ਹੀ ਨਹੀਂ, ਜਿਹਨੂੰ 30,000 ਕਰੋੜ ਦਾ ਰਫੇਲ ਜਹਾਜ਼ਾਂ ਦਾ ਠੇਕਾ ਦਿੱਤਾ, ਅੰਬਾਨੀਆਂ ਨਾਲ ਕੀ ਹੈ, ਅਡਾਨੀਆਂ ਨਾਲ ਕੀ ਹੈ। ਸੋ ਸਿਰੇ ਦੇ ਦੋਨੋਂ ਕਰਪਟ, ਕਰਪਸ਼ਨ ਮੈਂਟਲ ਲੈਵਲ ਦੀ, ਦੋਨੋਂ ਹੀ ਸਿਰੇ ਦੇ ਰੇਸਿਸਟ, ਜਿਵੇਂ ਨੇਤਨਯਾਹੂ ਫਲਸਤੀਨੀਆਂ ਨਾਲ ਡੀਲ ਕਰ ਰਿਹਾ, ਜਿਸ ਕਿਸਮ ਦੀ ਨਫ਼ਰਤ
और वैसट बैंक और हूँ सैटलमेंट्स और ये वो करन दी लाइन उत्थे नवी ते मोदी ने 2002 च गुजरात दे विच मुसलमाना दा की हाल कीता और हूँ भी उदियां सारियां आरएसएस दियां नीतियां जड़ियां ने वो हिंदू हिंदी हिंदुस्तान की है ऑलरेडी इस दे उत्ते वो काफ़ी करीब पहुँच गए ने माइनॉरिटीज़ दा पूरा करन दे लई लेकिन दोनों नूं ही फिर भी इहदे बावजूद के पॉपुलर ना दे थल्ले वोट टैक्नीक इस्तेमाल करके डिवाइड करके लोगों नूं पोलराइज करके पावर च आ गए पर फिर भी इन्हां दोनों मुल्कां दे विच वो जुडिशरी होए वो मीडिया होए जां इंडिपेंडेंट पोलिटिकल डिसीडेंट वाले लोग वो मौजूद ने और ये नारसिसिस्ट उस लैवल ते जाना चाहुंदे ने कि इन्हां दा टिल एटर्निटी ये बैठे रहन इन्हां नूं कोई चैलेंज ना होए और दोनों ही नहीं अपनी इन्हां इंस्टीट्यूशनस नूं सबवर्ट करन दे लई कानून दा सहारा लै रहे ने असीं इंडिया च देखिया सुप्रीम कोर्ट ने जिहड़ा अपना जिसनूं जिहदे जिस प्रोसैस राहीं उह जज मुकर करदे ने कॉलीजियम कहिंदे ने उहनां च उहनां दे अपने जस्टिस हुंदे ने दूजे और किवें किरण रिजिजू राहीं किन्नी वारी उहनां नूं चैलेंज करवाया और ऑलरेडी सुप्रीम कोर्ट तो जिन्हां ने जिवें इन्हां ने अपनी फेवर च डिसीजन लए ने जिवें रंजन गोगोई जिसने बाबरी मस्जिद नूं मंदिर बना के हिंदुआं दे हवाले कर दिता है वो रिटायरमेंट के 6 महीने के विच राज्यसभा का मैंबर बना लिया जाता है इस किस्म के डिसीजन जड़े ने असी बाकी दे मामले च भी देख रहे हैं पर ईवन इनू भी वो खत्म करना चाहते हैं और जिवें एक मोदी सरकार का ये ऑर्डर कि जी पार्लियामेंट सुप्रीम है ये अपना कदम ना वधाण जुडिशरी वाले सो आने वाले पीरियड च फुल कंट्रोल ता मीडिया तो वैसे ही 600 to 800 चैनल इन्हां दे कंट्रोल च ने जे कोई थोड़ी बहुत डाइसेंटिंग आवाज सी ते किवें ईवन NDTV जिहड़ा है वो अडानी ने बाय कर लिया तां कि जिहड़ा थोड़ा बहुत सवाल पुछण वाले ने वो बाहर निकल जाण ये पार्ट च और एग्जैक्टली जदों असीं अज इजराइल दी गल कर रहे हैं इजराइल दी पार्लियामेंट दे विच इक कानून नेतन्याहू पास करवा रहा है जिदे थल्ले जे जुडिशरी ने कोई फैसला स्ट्राइक डाउन भी कर दिता है तो पावर पार्लियामेंट दे कोल होएगी कि वीटो होएगी पार्लियामेंट कोल के वो जुडिशरी दे उस फैसले नूं रद्द कर दे नतीजे दे तौर ते इस वेले और जिंदा इस वेले 10 मिलियन दे लगभग आबादी है इजराइल दी लखां लोग सड़कां ते निकले हुए ने अज उन्हें तेल भी आना सी उस सड़क राही आ नहीं सकिया फ्लाई करके आया उन्हें अगों जहाज लैना नेतन्याहू ने और उन्होंने ईवन उन्होंने सिक्योरिटी के सबका हैड ऑफ द स्टेट सबका जज मीडिया उन्होंने ये नज़र आ रहा इजराइल नूं कि भाई ये क्योंकि वो अपने खिलाफ करप्शन चार्जिज ने हूँ किवें अडानी के मुद्दे से मोदी तो बोलिया नहीं पार्लियामेंट च एक लाइन भी और दूसरे पास जो उन्होंने जो सुप्रीम कोर्ट ने हूँ कहा जी ठीक है उत्ते सुनवाई कुछ नहीं निकलना है क्योंकि ऑलरेडी इजराइल दे विच फिर भी दे बावजूद के जे भारत दे विच 20 करोड़ मुसलमान ने ते इजराइल दे विच 20% आबादी जिहड़ी है ओह अरब ओरिजन दे मुसलमाना दी है और ये पार्लियामेंट राही ऑलरेडी जे ये पास हो जांदा जिहड़ा उन्हें इस वेले सिंपल मेजोरिटी नाल पास करवाउणा चाहुंदा फिर जिहड़े 20% अरब ने मुसलमान इजराइल दे उन्हां नूं डीफ्रेंचाइज करता जाएगा पहला ही उन्होंने कॉन्स्टिट्यूशन थले फौज से भी नहीं भर्ती हो सकते वोट का हक भी उन्होंने तो ले लिया जाएगा यही काम इंडिया दे विच मोदी जिहड़ा सुब्रमण्यम स्वामी ने यह कहा सी कि इन्हां नूं डीफ्रेंचाइज करो इन्हां तो वोट का हक खोवो जे तुसी इस हद तक चले जाओगे और इस वेले हुण इजराइल दुनिया का 4th-5th वड्डा आम सप्लाई करने वाला मुल्क है इंडिया के हवाले नाल 4th इकोनमी बन गई है दुनिया की 1,500,000,000 लोग उत्थे रहिंदे ने दोनों ही वोटां राहीं चुण के आए ने ना तो नेतन्याहू ने कोई फौजी कू कीता ना मोदी ने कीता सो जिन्हों जमहूरीयत जमहूरीयत करके बड़ा जड़ा वो उभारिया जांदा सी अज ये है कि भाई यही और जदों इस दे उत्ते ईवन नेतन्याहू दी लाइन दे उत्ते उन्हां दा अज एक वड्डा ओपीनियन CNN डैन पैरी दा बड़ा खूबसूरत राइटअप है CNN ते नेतन्याहू दे रिफॉर्म्स आर थ्रेटनिंग द वेरी फाउंडेशंस ऑफ इजराइल्स डेमोक्रेसी उन्हां दा बेड़ा गर्क कर रहे और कल्ला तुसी नारसिसिस्ट दा अंदाजा लाओ हालां हुण मिस्टर एल्बनी इजराइल दे प्राइम मिनिस्टर 4 रोज़ा दौरे ते ने अहमदाबाद उतरे कल असी साबरमती ते फलाणे दी गल कीती सी अज नरेंद्र मोदी क्रिकेट स्टेडियम
ਮਰਿਆਂ ਦੇ ਉੱਤੇ ਤਾਂ ਨਾਂ ਰੱਖਦੇ ਨੇ, ਜਿਉਂਦਿਆਂ ਵੀ ਕਿਸੇ ਨੇ ਦੇਖਿਆ। ਔਰ ਦੁਨੀਆ ਦਾ ਸਭ ਤੋਂ ਵੱਡਾ ਕਿ ਜੀ ਇੱਕੋ ਵੇੜੇ ਉੱਥੇ 1.5 ਲੱਖ ਬੰਦਾ ਬਹਿ ਸਕਦਾ, ਜਿਵੇਂ ਉਹ ਉਹਨੂੰ ਸਾਬਕਾ ਟਰੰਪ ਨੂੰ ਭੀੜ ਦਿਖਾਈ ਸੀ, ਟਰੰਪ ਇੱਥੇ ਆ ਕੇ ਕਹਿੰਦਾ ਮੈਂ ਇੰਨੇ ਲੋਕ ਤਾਂ ਕਦੇ ਦੇਖੇ ਹੀ ਨਹੀਂ ਔਰ ਮੇਰਾ ਇੰਨਾ ਸਵਾਗਤ। ਹੁਣ ਇਹ ਸਭ ਨੂੰ ਪਹਿਲਾਂ ਉੱਥੇ ਲੈ ਕੇ ਜਾਂਦਾ ਅਹਿਮਦਾਬਾਦ, ਗੁਜਰਾਤੀਆਂ ਨੂੰ ਵੀ ਦੱਸਦਾ ਦੇਖੋ ਜੀ ਮੋਦੀ ਜੀ ਤਾਂ ਵਿਸ਼ਵ ਗੁਰੂ ਬਣ ਗਏ। ਹੁਣ ਜਿਹੜੀ ਅੱਜ ਜਿਹੜੇ ਖਾਸ ਤੌਰ 'ਤੇ ਡਿਸੈਂਟਿੰਗ ਚੈਨਲ ਨੇ ਉਹਨਾਂ 'ਤੇ ਚੱਲ ਰਿਹਾ ਸੀ ਕਿ ਵੀ ਦੇਖੋ ਕਿਆ ਹੋਰ ਨਾਰਸਿਸਿਸਟ ਨੂੰ ਕਿਵੇਂ ਡਿਫਾਈਨ ਕੀਤਾ ਜਾਏ। ਹੁਣ ਸਟੇਡੀਅਮ ਨਰਿੰਦਰ ਮੋਦੀ ਦੇ ਨਾਂ 'ਤੇ, ਕ੍ਰਿਕਟ ਬੋਰਡ ਦਾ ਜਿਹੜਾ ਜਿਹਨੂੰ ਚੇਅਰਮੈਨ ਲਾਇਆ ਹੋਇਆ ਉਹ ਅਮਿਤ ਸ਼ਾਹ ਦਾ ਮੁੰਡਾ ਜੈ ਸ਼ਾਹ, ਔਰ ਜੈ ਸ਼ਾਹ ਉਸ ਸਟੇਡੀਅਮ 'ਚ ਜਿੱਥੇ ਕਿ ਐਲਬਨੀ ਆ ਕੇ ਬੈਠਾ ਮੋਦੀ ਨੂੰ ਇੱਕ ਫੋਟੋ ਭੇਟ ਕਰ ਰਿਹਾ, ਔਰ ਉਹ ਫੋਟੋ ਨਰਿੰਦਰ ਮੋਦੀ ਦੀ। ਹੁਣ ਨਰਿੰਦਰ ਮੋਦੀ ਦੀ ਫੋਟੋ ਨਰਿੰਦਰ ਮੋਦੀ ਨੂੰ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਭੇਟ ਕੀਤੀ ਜਾ ਰਹੀ ਹੈ, ਔਰ ਲੋਕ ਜਿਹੜੇ ਨੇ ਤਾੜੀਆਂ ਮਾਰ ਰਹੇ। ਹੋਰ ਇਹ ਨਾਰਸਿਸਿਜ਼ਮ ਹੁੰਦਾ, ਔਰ ਇਸ ਬਹੁਤਿਆਂ ਨੂੰ ਭੁੱਲ ਜਾਂਦਾ ਹੈ ਕਿ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਆਪਣੀ ਪਹਿਲੀ ਵਿਜ਼ਿਟ ਵੇਲੇ ਦਿੱਲੀ ਗਏ ਤੇ ਮੋਦੀ ਨੇ ਜਿਹੜਾ ਕਿੰਨੇ ਕਰੋੜ ਦਾ ਸੂਟ ਪਾਇਆ ਹੋਇਆ ਸੀ ਉਹਦੇ 'ਤੇ NMNM ਲਿਖਿਆ ਹੋਇਆ ਸੀ, ਉੱਤੋਂ ਥੱਲੇ ਤੱਕ ਨਰਿੰਦਰ ਮੋਦੀ ਨਰਿੰਦਰ ਮੋਦੀ ਨਰਿੰਦਰ ਮੋਦੀ ਜਦੋਂ ਦਾ ਰੌਲਾ। ਇਹ ਹੈ ਕਿਉਂਕਿ ਜਿੰਨੇ ਨਾਰਸਿਸਿਸਟ ਹੁੰਦੇ ਨੇ ਇਹ ਸਾਰੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੁੰਦੇ, ਇਨਫੋਰਟੀ ਕੰਪਲੈਕਸ ਦਾ ਸ਼ਿਕਾਰ। ਇਨਫੋਰਟੀ ਕੰਪਲੈਕਸ ਹੈ ਉਹਦੇ 'ਚ ਤੁਸੀਂ ਆਪਣੀ ਫੋਟੋ ਆਪਣੇ ਨਾਂ ਦਾ ਸਟੇਡੀਅਮ ਰਖਾਇਆ ਔਰ ਤੁਸੀਂ ਜਿਹੜਾ ਉਹ ਜੈ ਜੈਕਾਰ ਕਰ ਰਹੇ ਹੋ। ਜਦੋਂ ਪਾਵਰ ਇਹਨਾਂ ਲੋਕਾਂ ਦੇ ਹੱਥ 'ਚ ਆਉਂਦੀ, ਇਹੀ ਹਾਲ ਹਿਟਲਰ ਦਾ ਸੀ, ਇਹੀ ਮਸੋਲਨੀ ਦਾ ਸੀ, ਇਹੀ ਇੰਦਰਾ ਗਾਂਧੀ ਦਾ ਸੀ, ਔਰ ਜਦੋਂ ਐਮਰਜੈਂਸੀ ਲਾਈ ਔਰ ਐਮਰਜੈਂਸੀ ਤੋਂ ਬਾਅਦ ਕਮਿਸ਼ਨ ਬੈਠਾ ਸੀ ਤਾਂ ਉਹਨੂੰ ਉਹਨਾਂ ਨੇ ਕਿਸੇ ਨੇ ਪੁੱਛਿਆ ਕਿ ਵੀ ਕੀ ਸੀ ਮਾਹੌਲ, ਕੀ ਸੀ ਐਮਰਜੈਂਸੀ ਵੇਲੇ, ਉਹਨੇ ਕਿਹਾ ਜੀ ਮਾਹੌਲ ਤਾਂ ਇਹ ਸੀ ਕਿ ਵੀ ਡੀ ਕੇ ਬਰੂਆ ਕਾਂਗਰਸ ਪ੍ਰੈਜ਼ੀਡੈਂਟ ਸੀ, ਉਹ ਕਹਿੰਦਾ ਸੀ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ, ਜਿਵੇਂ ਅੱਜ ਮੋਦੀ ਇਜ਼ ਇੰਡੀਆ ਐਂਡ ਇੰਡੀਆ ਇਜ਼ ਮੋਦੀ, ਵਿਸ਼ਵ ਗੁਰੂ ਬਣ ਗਿਆ। ਔਰ ਤੁਸੀਂ ਉਹਨਾਂ ਦੇ ਮੀਡੀਆ 'ਤੇ ਦੇਖੋ, ਐਸ ਜੈਸ਼ੰਕਰ ਦਾ ਦੇਖੋ ਕਿ ਮੋਦੀ ਹੁਣ ਗਾਈਡ ਕਰ ਰਿਹਾ ਪੁਤਿਨ ਨੂੰ ਕਿ ਕੀ ਕਰਨਾ, ਮੋਦੀ ਬਾਈਡਨ ਨੂੰ ਗਾਈਡ ਕਰ, ਇਹ ਲੋਕ ਵੀ ਉਹਨਾਂ ਦੀ ਹੋਮੇ ਨੂੰ ਫਿਊਲ ਕਰ ਰਹੇ ਨੇ ਕਿਉਂਕਿ ਇਹ ਵਪਾਰੀ ਲੋਕ ਨੇ, ਇਹਨਾਂ ਨੂੰ ਇਹੀ ਪਾਰਟ ਹੈ। ਉਹਨੇ ਕਿਹਾ ਜੀ ਬੜੂਆ ਇਹ ਕਹਿੰਦਾ ਸੀ, ਉਹ ਕਹਿੰਦੇ ਬਾਕੀ ਕੀ, ਕਹਿੰਦਾ ਜੀ ਉਸ ਵੇਲੇ ਇਹ ਸੀ ਕਿ ਦੇਸ਼ ਕੀ ਨੇਤਾ ਇੰਦਰਾ ਗਾਂਧੀ, ਯੁਵਕੋਂ ਕਾ ਨੇਤਾ ਸੰਜੇ ਗਾਂਧੀ, ਨਿਆਣਿਆਂ ਦਾ ਨੇਤਾ ਰਾਹੁਲ ਗਾਂਧੀ, ਬਾੜ ਮੇਂ ਜਾਏ ਮਹਾਤਮਾ ਗਾਂਧੀ, ਕਹਿੰਦਾ ਆਹ ਮਾਹੌਲ ਸੀ। ਹੁਣ ਤੁਸੀਂ ਇਹ ਦੇਖੋ ਕਿ ਮੋਦੀ ਅਮਿਤ ਸ਼ਾਹ ਤੋਂ ਬਿਨਾਂ ਕਿਹੜੇ ਵਜ਼ੀਰ ਦਾ ਨਾਂ, ਈਵਨ ਰਾਜਨਾਥ ਸਿੰਘ ਜਾਂ ਗਡਕਰੀ ਵਰਗੇ ਜਿਹੜੇ ਨੇ ਉਹਨਾਂ ਦਾ ਨਾਂ ਤੁਹਾਨੂੰ ਕਿਤੇ ਮੀਡੀਆ 'ਚ ਨਜ਼ਰ। ਇਹ ਵੀ ਇੱਕ ਇਸੇ ਨਾਰਸਿਸਿਜ਼ਮ ਦਾ ਹਿੱਸਾ ਹੁੰਦਾ ਜਿਹਦੇ 'ਚ ਇਸ ਲੈਵਲ ਤੱਕ ਜਾ ਕੇ ਤੁਸੀਂ ਕਰਦੇ ਹੋ, ਅਤੇ ਜਦੋਂ ਫਿਰ ਇਹਨਾਂ ਲੋਕਾਂ ਦੇ ਹੱਥ ਪਾਵਰ ਆਉਂਦੀ, ਜਦੋਂ ਅਸੀਂ ਕਿਹਾ ਕਿ ਇੰਡੀਆ ਔਰ ਇਜ਼ਰੀਲ ਦੀਆਂ ਜੜ੍ਹਾਂ 'ਚ ਤੇਲ ਦੇ ਰਹੇ ਨੇ, ਜੜ੍ਹਾਂ ਪੱਟ ਰਹੇ ਨੇ, ਜੋ ਫਿਰ ਹਾਲ ਨਾਜ਼ੀ ਜਰਮਨੀ ਦੇ ਥੱਲੇ, ਹਿਟਲਰ ਦੇ ਥੱਲੇ ਜਰਮਨਾਂ ਦਾ ਹੋਇਆ ਪੋਸਟ ਸੈਕਿੰਡ ਵਰਲਡ ਵਾਰ, ਜੋ ਮਸੋਲਨੀ ਦੇ ਥੱਲੇ ਹੋਇਆ, ਅਤੇ ਜੋ ਫਿਰ ਇੰਦਰਾ ਗਾਂਧੀ ਦਾ ਅੰਤ ਹੋਇਆ, ਔਰ ਕਾਂਗਰਸ ਜਾ ਕੇ ਕਿੱਥੇ ਡਿੱਗੀ ਅੱਜ ਤੱਕ, ਇਹ ਇਸ ਤੋਂ ਵੀ ਵਰਸਟ ਇਹ ਇਜ਼ਰੀਲ ਵੀ ਨਹੀਂ ਰਹੇਗਾ, ਔਰ ਅਲਟੀਮੇਟਲੀ ਇੰਡੀਆ ਵੀ ਜਿਹੜਾ ਉਹ ਕਈ ਟੁਕੜਿਆਂ 'ਚ ਜਾਏਗਾ, ਔਰ ਅਲਟੀਮੇਟਲੀ ਇਹਨਾਂ ਦੀਆਂ ਜਿੱਥੇ ਇਹਨਾਂ ਨੂੰ ਫੂਕਿਆ ਹੋਏਗਾ ਉੱਥੇ ਜਾ ਕੇ ਵੀ ਲੋਕ ਜਿਹੜੇ ਨੇ ਉਹ ਛਿੱਤਰ ਮਾਰਨਗੇ, ਔਰ ਕਹਿਣਗੇ ਜੀ ਇੱਕ ਤੋਂ ਸ਼ੁਰੂ ਕਰੋ 99 ਦੇ ਆ ਕੇ ਗਿਣਤੀ ਭੁੱਲ ਜਾਓ, ਫਿਰ ਇਹਨਾਂ ਦੇ ਛਿੱਤਰ ਮਾਰੋ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਤ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ, ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ, ਫੋਰ ਸਮਾਲ ਫੀ, ਨੋ ਕੰਟਰੈਕਟ, ਨੋ ਰਿਜ਼ਰਵ ਐਂਡ ਨੋ ਹਿਡਨ ਫੀਸ। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084, ਅਗੇਨ 410-204-2084। ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਕਿਵੇਂ ਖਬਰਾਂ ਨੂੰ ਹਿੰਦੂਤਵੀ ਅੰਦਾਜ਼ ਵਿੱਚ ਰੋਲਦਾ ਹੈ। ਇਸ ਦਾ ਇੱਕ ਹੋਰ ਸਬੂਤ ਵਾਸ਼ਿੰਗਟਨ DC ਵਿੱਚ ਸਟੇਟ ਡਿਪਾਰਟਮੈਂਟ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਹੈ। ਸੋ ਖਾਲਿਸਤਾਨ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਨੇ ਜਿਹੜਾ ਜਵਾਬ ਦਿੱਤਾ ਉਸ ਨੂੰ ਭਾਰਤੀ ਨਿਊਜ਼ ਏਜੰਸੀ ANI ਨੇ ਦਹਿਸ਼ਤਗਰਦੀ ਨਾਲ ਜੋੜ ਕੇ ਪੇਸ਼ ਕੀਤਾ। ਸੋ ਇਸ ਬਾਰੇ ਆਪਾਂ
विचार चर्चा करन जा रहे हैं। सो असी चाहवांगे कि तुसा इस तरह बड़े रहना देखण सुन लई ऐ लिखणी तुरा सब दा बहुत बहुत धन्यवाद जी। राज साहब की विचार ने असी जिहड़े वीर पैणा फेसबुक ते जुड़े ने उन्हां नूं रेकग्नाइज़ करना चाहुंदे आ। सोहण सिंह मायल उन्होंने मैनू भी तुहानू भी फतेह बुलाई है। फतेह जी निर्मल सिंह ढिल्लों जगदीप सिंह संधु उन्होंने भी फतेह बुलाई है। भुपिंदर सिंह उन्होंने करैक्ट किया है कि उपर 8 मार्च लिखा है। ये वैसे साडी टैक्निकल टीम कई बार डेट चेक मार्च लिखा है। नहीं तुसी यूट्यूब देख रहे हो फेसबुक से 8 मार्च है। पंजाब पंजाबी उन्होंने फिर कहा कि इट्स रिपीट। हरजीत सिंह और ने फतेह बुलाई है। भैन जी बलप्रीत कौर सरन फतेह अर्ज करते हैं। जगबीर सिंह पुछते ने फतेह फ्रॉम आस्ट्रेलिया जी डॉट साहब वैन वुड वैसटर्न कंट्री स्टॉप सपोर्टिंग इंडिया अनकंडीशनली डू यू सी एनी डाउनफॉल इन दिस ट्रेंड इन नियर टाइम। जगबीर सिंह जी ये वैसटर्न कंट्रीज दुकानदार ने बाणिए ने किराड़ ने इन्होंने अपने फाइनैशियल हित देखने ने ह्यूमन राइट्स की तो एवं एक स्टिक इन्होंने रखी हुई है अपने राइवल नू जिहड़ा इन्हां दे नाल इन लाइन फॉल ना करे उन्होंने लिए। सो असी यही समझते हैं भी सानू अपने गुरु के बलबूते दे उत्ते ही गुरु दे फेथ रख के कहू किसी को राज ना दे हैं जो लै हैं निज बल से लै हैं। हाँ हालात उत्थे इवें दे क्रिएट हो गए बालकनाइजेशन वल गल वध गई फिर इन्हां नू लगा कि भाई इन्हां दे हित च की है फिर साडियां जिहड़ियां दित्ते इन्हां नू मेमोरेंडम ने दूजे ने वह सारे कढ़ लैणगे फिर कहणगे जी सिख बहुत परसीक्यूट होए बड़े विक्टम ने इन्हां नू जिहड़ा घर चाहीदा है। इस तो बियॉन्ड वीर जसबीर सिंह लिखते ने नाउ मोदी अफ्रेड फ्रॉम बीबीसी चाइना एंड रेफरेंडम खालिस्तान। बहुत बहुत शुक्रिया सारे वीर भैणों का। और हुण असीं आंदे आ कि भाई हिंदू तो भी ट्विस्ट हिंदू तो भी ट्विस्ट की जदों गल हुंदी है ऑलरेडी डिसइनफो लैब जी यूरोपियन यूनियन की एन जी ओ राही लंबी रिसर्च तो बाद और हुण 2 साल बाद उन्हां दी फॉलोअप रिपोर्ट भी आई उहदे च असीं देखिया जिहड़ी फॉलोअप रिपोर्ट सी उहदे च आया कि ANI जिहड़ी भारत की मेन न्यूज़ एजेंसी है जिहड़ी कि रॉ दा ही फ्रंट है वह किवें डिसइनफॉर्मेशन प्लांट करती है किवें जिहड़े एग्जिस्ट ही नहीं करते स्कॉलर उन्हां दे नां जिहड़ियां एग्जिस्ट ही नहीं करदियां एन जी ओ रहे रिपोर्ट कुछ हफ्ते पहले ही असीं डिस्कस कीती। और अज जदों मैं इह खबर देखी कि बई ऑन खालिस्तान एक्टिविस्ट Activists, US says we condemn terrorism in all its forms. और उत्ते नेड प्राइस जिहड़ा स्पोक्सपर्सन है US डिपार्टमेंट ऑफ स्टेट दा उहदी पिक्चर है। तो मैनूं लग्या कि भई ये तो कदे इस किस्म की पोजिशन लैंदे नहीं है की है। हुण तुसीं जदों उहदी खबर की डिटेल देखते हो फिर तुसीं देखते हो कि भई जिहड़े कॉरसपोंडेंट तो इदां दा कोई सवाल पुछाया हुंदा है वह भी इन्हां नहीं पुछाया हुंदा इन्हां दीआं एजेंसियां दा बंदा हुंदा है और सवाल नू फ्रेम करके उनू इस ढंग नाल घुमाया जांदा है कि जिहड़ा जवाब देण वाला है वह किसे पासों भी जवाब दे वह इन्हां नू लगेगा जां इह अपने ढंग नाल उहदी इंटरप्रिटेशन करनगे। हुण इह ANI दी खबर है होर बाकी मैं सोर्सिस तों नहीं देख सकिया भी अमेरिकन मीडिया ने तो नहीं कवर कीती होनी जां है भी नहीं किते। द यूनाइटेड स्टेट्स कंडेम्ड टैररिज्म इन ऑल ऑफ इट्स फॉर्म्स इनकलूडिंग दोज who resort to violence to achieve their ends whether they are political or otherwise. hun is statement vi plain statement hai ke bhai united states us har qisam di dehshatgardi nu condemn karda hai usdi nikhedi karda hai jehdi kise bhi violence da sahara lai ke oh paave siyasi violence hai ja otherwise hai us nu ide ch ta koi jehda koi vi assi vi condemn karde hai ke bhai ਕਿਸੇ ਵੀ ਕਿਸਮ ਦੀ ਜਿਹੜੀ ਵਾਇਲੈਂਸ ਬੇਮਤਲਬ ਹੈ। ਹਾਂ ਜਿਹੜੀ ਪੋਲੀਟੀਕਲ ਮੀਨਸ ਲਈ ਜਿਸ ਨੂੰ UN ਦਾ ਚਾਰਟਰ ਜਾਂ ਜਿਹਨੂੰ ਕਦੇ ਅਮਰੀਕਾ ਖੁਦ ਫਰੀਡਮ ਫਾਈਟਰ ਕਹਿ ਕੇ ਜਿਹਨਾਂ ਨੂੰ ਸਪੋਰਟ ਕਰਦਾ ਰਿਹਾ ਉਹ ਇੱਕ ਵੱਖਰੀ ਕੈਟਾਗਰੀ ਹੈ। ਹੁਣ ਇਹਨੂੰ ਦੇਅਰ ਇਜ਼ ਨੈਵਰ ਏ ਜਸਟਿਸ ਹੁਣੇ ਉਹਨੂੰ ਮਿਸਟਰ ਪ੍ਰਾਈਸ ਨੈਡ ਪ੍ਰਾਈਸ ਨੂੰ ਕੋਟ ਕੀਤਾ ਹੈ ਦੇਅਰ ਇਜ਼ ਨੈਵਰ ਏ ਜਸਟੀਫਿਕੇਸ਼ਨ ਟੂ ਰਿਜ਼ੋਰਟ ਟੂ ਵਾਇਲੈਂਸ ਰਿਗਾਰਡਲੈਸ ਆਫ ਦਾ ਮੋਟੀਵੇਸ਼ਨ regardless of the perpetrator we take the threat of terrorism around the world whether that is to regional peace and security or to our own security extraordinarily seriously price said in the press hun eh jehdi dusri statement hai ohde ch bhi koi aisa hai unne keha ji bilkul assi koi kise qisam di hinsa di koi justification nahi hai ohda motive ki hai karn wala kaun hai assi dehshatgardi nu around the world seriously lende hain ਉਹ ਭਾਵੇਂ
ਕਿਸੇ ਖਿੱਤੇ ਦੀ ਦਾ ਅਮਨ ਹੈ ਜਾਂ ਸਾਡੇ ਆਪਣੀ ਮੁਲਕ ਦੀ ਸਿਕਿਉਰਿਟੀ ਦੇ ਨਾਲ ਜਿਹੜਾ ਉਸ ਦਾ ਤਾਲੁਕ ਹੋਏ। ਹੁਣ ਇਹ ਜਨਰਲ ਉਹਦਾ ਜੋ ਹੀ ਵਾਜ਼ ਆਸਕਡ ਟੂ ਸ਼ੇਅਰ ਹਿਜ਼ ਵਿਊਜ਼ ਔਨ ਖਾਲਿਸਤਾਨ ਐਕਟਿਵਿਸਟ ਹੀ ਵਾਜ਼ ਆਸਕਡ ਟੂ ਸ਼ੇਅਰ ਹਿਜ਼ ਵਿਊਜ਼ ਔਨ ਖਾਲਿਸਤਾਨ ਐਕਟਿਵਿਸਟ ਦੈਟ ਆਰ ਐਕਟਿਵ ਇਨ ਨੌਰਥ ਅਮੈਰੀਕਾ ਐਂਡ ਹੂ ਆਰ ਰਿਸਪੋਂਸੀਬਲ ਫਾਰ ਦਾ ਬੋਂਬਿੰਗ ਆਫ ਏਅਰ ਇੰਡੀਆ ਇਨ 1985। ਹੁਣ ਤੁਸੀਂ ਇਹ ਦੇਖੋ ਵੀ ਸਵਾਲ ਕਿੱਧਰ ਦਾ ਲੋਡਿਡ ਹੈ। ਪਹਿਲੀ ਗੱਲ ਜਿਹੜੇ 1985 'ਚ ਜੰਮੇ ਵੀ ਨਹੀਂ, 1985 ਨੂੰ ਤਾਂ ਕਿੰਨੇ ਸਾਲ ਹੋ ਗਏ ਨੇ, 38 ਸਾਲ। ਇਹ ਜਦੋਂ ਹੁਣ ਦੇ ਖਾਲਿਸਤਾਨੀ ਐਕਟਿਵਿਸਟ ਦੀ ਗੱਲ ਕਰ ਰਿਹਾ ਜਿਹੜੇ ਕਿ ਸਿਰਫ ਤੇ ਸਿਰਫ ਖਾਲਿਸਤਾਨ ਰੈਫਰੈਂਡਮ ਜਾਂ ਪੀਸਫੁਲ ਨੇ, ਉਹਨਾਂ ਨੂੰ ਬੋਂਬਿੰਗ ਨਾਲ ਜੋੜ ਰਿਹਾ ਕਿ ਵੀ ਜਿਵੇਂ ਖਾਲਿਸਤਾਨੀਆਂ ਨੇ ਅੱਗੋਂ ਵੀ ਖਾਲਿਸਤਾਨੀ ਜਿਹੜੇ ਨੇ, ਕਿਉਂਕਿ ਉਹ ਕੰਮ ਵੀ ਇਹਨਾਂ ਦਾ ਆਪਣਾ ਸੀ 1985 ਔਰ ਇਸ ਦੇ ਉੱਤੇ ਸਭ ਤੋਂ ਪਾਵਰਫੁਲ ਸਾਫਟ ਟਾਰਗੇਟ ਕੰਮ ਗਲੋਬ ਐਂਡ ਮੇਲ ਐਂਡ ਟੋਰਾਂਟੋ ਸਟਾਰ ਦੇ ਦੋ ਜਰਨਲਿਸਟ ਹੈ। ਹੁਣ ਇਹ ਲੋਡਿਡ ਸਵਾਲ ਇਹਨੂੰ ਨੈੱਡ ਪ੍ਰਾਈਸ ਨੂੰ ਪੁੱਛਿਆ ਜਾਂਦਾ ਹੈ ਕਿ ਭਾਈ ਇਹ ਜਿਹੜਾ ਸਵਾਲ ਇਹ ਹੈ, ਹੀ ਵਾਜ਼ ਆਸਕਡ ਟੂ ਸ਼ੇਅਰ ਹਿਜ਼ ਵਿਊਜ਼ ਔਨ ਖਾਲਿਸਤਾਨ ਐਕਟਿਵਿਸਟ ਦੈਟ ਆਰ ਐਕਟਿਵ ਇਨ ਨੌਰਥ ਅਮੈਰੀਕਾ ਕਿ ਜਿਹੜੇ ਐਕਟਿਵ ਨੇ ਐਂਡ ਹੂ ਵਰ ਰਿਸਪੋਂਸੀਬਲ ਫਾਰ ਦਾ ਬੋਂਬਿੰਗ ਆਫ ਏਅਰ ਇੰਡੀਆ 1985। ਹੁਣ ਜਿਹੜਾ ਜਵਾਬ ਉਹਨੇ ਦਿੱਤਾ ਨੈੱਡ ਪ੍ਰਾਈਸ ਨੇ, ਉਹਨੇ ਖਾਲਿਸਤਾਨੀ ਐਕਟਿਵਿਜ਼ਮ ਜਾਂ ਨੌਰਥ ਇੰਡੀਆ ਜਾਂ ਪੀਸਫੁਲ ਰੈਫਰੈਂਡਮ ਉਹਦੇ ਬਾਰੇ ਕੋਈ ਕਮੈਂਟ ਨਹੀਂ ਕੀਤਾ। ਵਾਇਲੈਂਸ ਉਹਨੇ ਕੰਡੈਮ ਕੀਤੀ ਕਿ ਜੇ ਉਦੋਂ, ਪਰ ਕਿਉਂਕਿ ਉਹਦੇ ਨਾਲ ਕੋਈ ਤਾਲੁਕ ਨਹੀਂ ਹੈ, ਪਰ ਇਹਨਾਂ ਨੇ ਖਬਰ ਇਹ ਬਣਾ ਕੇ ਦਿੱਤੀ ਕਿ ਔਨ ਖਾਲਿਸਤਾਨ ਐਕਟਿਵਿਸਟ USA ਵੀ ਕੰਡੈਮ ਟੈਰਰਿਜ਼ਮ ਇਨ ਆਲ ਇਟਸ ਫਾਰਮ, ਕਿ ਜਿਵੇਂ ਖਾਲਿਸਤਾਨ ਜਿਹੜਾ ਹੈ ਇਹਦਾ ਮਤਲਬ ਟੈਰਰਿਜ਼ਮ ਹੈ। ਔਰ ਉਹਨਾਂ ਨੇ ਜਿਹੜਾ ਅੱਗੇ ਫਿਰ ਆਪਣੀ ਕਹਾਣੀ ਜਿਹੜੀ ਹੈ, ਦੇਰ ਹੈਵ ਬਿਨ ਫੀਅਰਸ ਆਫ ਐਨ ਅਪਟਰਨ ਇਨ ਐਕਟੀਵਿਟੀਜ਼ ਬਾਈ ਸੈਪਰੇਟਿਸਟ ਆਊਟਫਿਟਸ ਆਫਟਰ ਸਸਪੈਕਟਡ ਖਾਲਿਸਤਾਨ ਸਪੋਰਟਰਸ ਵੈਂਡਲਾਈਜ਼ ਟੈਂਪਲਸ ਇਨ ਆਸਟ੍ਰੇਲੀਆ ਦਿਸ ਉਹਨੂੰ ਆਸਟ੍ਰੇਲੀਆ ਨਾਲ ਜੋੜਿਆ, ਉਸ ਨੂੰ 85 ਨਾਲ ਜੋੜਿਆ, ਔਰ ਉਹਦਾ ਜਿਹੜਾ ਇੱਕ ਇਨੋਸੈਂਟ ਜਵਾਬ ਹੈ ਕਿਸੇ ਵੀ ਕਿਸਮ ਦੇ ਟੈਰਰਿਜ਼ਮ ਦੇ ਉੱਤੇ ਉਹਨੂੰ ਇਵੇਂ ਪ੍ਰੈਜੈਂਟ ਕੀਤਾ। ਜੇ ਤੁਸੀਂ ਇਸ ਬਾਹਮਣ ਦਿਮਾਗ ਨੂੰ ਨਾ ਸਮਝਦੇ ਹੋਵੋ ਤਾਂ ਇਵੇਂ ਲੱਗੇਗਾ, ਅੱਛਾ US ਸਟੇਟ ਡਿਪਾਰਟਮੈਂਟ ਨੇ ਵੀ ਕੰਡੈਮ ਕਰਤਾ ਖਾਲਿਸਤਾਨ ਨੂੰ, ਉਹਨੇ ਖਾਲਿਸਤਾਨ ਲਫ਼ਜ਼ ਵੀ ਟੱਚ ਨਹੀਂ ਕੀਤਾ। ਔਰ ਪਰ ਕਿਉਂਕਿ ਇਹਨਾਂ ਦਾ ਲੋਡਿਡ ਸਵਾਲ ਸੀ ਕਿ ਜੀ ਇਹ ਜਿਹੜਾ ਤੁਹਾਡਾ ਖਾਲਿਸਤਾਨੀ ਐਕਟਿਵਿਜ਼ਮ ਹੈ ਜਿਹਨਾਂ ਨੇ 1985 'ਚ ਬੰਬ ਬਲਾਸਟ, ਉਹਦੇ ਵਾਇਲੈਂਸ ਆਫ ਆਲ ਕਾਇੰਡਸ, ਵੈਦਰ ਰਿਜ਼ਲਟ ਕੀ ਹੈ, ਪੋਲੀਟੀਕਲ ਹੈ ਨੋਨ ਪੋਲੀਟੀਕਲ ਹੈ, ਉਹਨੂੰ ਅਸੀਂ ਫਿਰ ਇਹਨੇ ਲੰਬਾ ਚੌੜਾ ਪੂਰਾ ਉਹਨੂੰ ਜੋੜ ਕੇ ਆਸਟ੍ਰੇਲੀਆ ਦੇ ਨਾਲ, ਔਰ ਇਹ ਜਿਹੜਾ ਫਿਰ ਉਸ ਸਾਰੇ ਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਜਦੋਂ ਅਸੀਂ ਵਾਰ ਵਾਰ TV84 ਜਾਂ ਜਿਹੜੇ ਹੋਰ ਪੰਥਕ ਅਦਾਰੇ ਇਸ ਫੀਲਡ ਦੇ ਵਿੱਚ ਕੁਛ ਕਰਦੇ ਨੇ, ਉਹਨਾਂ ਦੀ ਹਮਾਇਤ ਦੀ ਗੱਲ ਕਰਦੇ ਹਾਂ, ਤੇ ਇਹ ਨੈਰੇਟਿਵ ਇਹਨਾਂ ਦਾ ਕਿਸੇ ਹੋਰ ਨੇ ਕਾਊਂਟਰ ਨਹੀਂ ਕਰਨਾ। ਗੱਲਾਂ ਅਸੀਂ ਆਪਣੇ ਡਰਾਇੰਗ ਰੂਮ 'ਚ ਬਹਿ ਕੇ ਕਰ ਲਈਏ, ਗੁਰਦੁਆਰਿਆਂ 'ਚ ਬਹਿ ਕੇ ਕਰ ਲਈਏ, ਸਮੋਸਿਆਂ ਦੀਆਂ ਪਲੇਟਾਂ ਹੱਥ 'ਚ ਫੜ ਕੇ ਕਰ ਲਈਏ ਜੀ, ਉੱਥੇ ਬਹੁਤ ਹੁਣ ਕੀ ਹੋਏਗਾ ਜੀ, ਉਹਦੇ ਲਈ ਸਾਨੂੰ, ਔਰ ਸਾਨੂੰ ਖੁਸ਼ੀ ਹੈ ਕਿ ਪਿਛਲੇ ਪੀਰੀਅਡ 'ਚ ਖਾਸ ਤੌਰ 'ਤੇ ਪਿਛਲੇ ਦਿਨਾਂ ਦੇ ਜਿਹੜੇ ਪ੍ਰੋਗਰਾਮ ਅਸੀਂ ਪੰਜਾਬ ਦੇ ਹਵਾਲੇ ਨਾਲ, ਮਨੀਕਰਨ ਦੀ ਇੰਸੀਡੈਂਟ ਦੇ ਹਵਾਲੇ ਨਾਲ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਜਿਸ ਅੰਦਾਜ਼ ਦੇ ਵਿੱਚ ਜਿਹੜਾ ਉਹ ਬਿਲਕੁਲ ਜਿਹੜਾ ਉਹ ਬਿਲ ਉਹਨਾਂ ਤੋਂ ਉਹਨਾਂ ਦਾ ਅਕਸ ਵਿਗਾੜਿਆ ਜਾ ਰਿਹਾ, ਡਿਮਨਾਈਜ਼ ਕੀਤਾ ਜਾ ਰਿਹਾ, ਔਰ ਇਹ ਵੀ ਸਾਡੇ ਹਿਊਸਟਨ ਤੋਂ ਵੀ ਸਰ ਗੁਰਚਰਨ ਸਿੰਘ ਅੱਜ ਉਹ ਕਹਿ ਵੀ ਰਿਹਾ ਸੀ ਕਿ ਭਾਈ ਇਹਨਾਂ ਨੇ ਜਿਸ ਕਿਸਮ ਦਾ ਚੱਲ ਰਿਹਾ, ਉਹਨਾਂ ਦੇ 8-9 ਸਾਥੀ ਜਿਹੜੇ ਨੇ ਉਹਨਾਂ ਦੇ ਵੀ ਜਿਹੜਾ ਉਹਨਾਂ ਦਾ ਅਸਲਾ ਲਾਇਸੈਂਸ ਕੈਂਸਲ ਕਰਨ ਦੀ ਲਾਈਨ ਹੈ, ਵੇਰਵੇ ਮੰਗੇ ਗਏ ਨੇ। ਇਹ ਵੀ ਆਇਆ ਕਿ ਉਹਨਾਂ ਦਾ ਸਾਥੀ ਜਿਹੜਾ ਸ਼ਾਇਦ ਲੰਡਨ ਤੋਂ ਜਾ ਰਿਹਾ ਸੀ, ਜਿਹਨੇ ਜਹਾਜ਼ ਚੜ੍ਹਨ ਲਈ ਗਿਆ ਤਾਂ ਉਹਨੂੰ ਫੜ ਲਿਆ ਉਹਨਾਂ ਨੇ ਜ਼ਮਾਨਤ ਕਰਕੇ, ਜਿਹੜਾ ਮਤਲਬ ਵਾਪਸ ਜਾ ਨਹੀਂ ਸਕਦਾ। ਸੋ ਇਹ ਇੱਕ ਫੀਅਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ, ਅੰਮ੍ਰਿਤਪਾਲ ਸਿੰਘ ਹੋਰਾਂ ਦਾ ਔਰ ਬਾਕੀ ਸਿੱਖ ਨੌਜਵਾਨੀ ਦਾ ਇਹ ਨੁਕਸਾਨ ਕਰ ਸਕਦੇ ਨੇ। ਸੋ ਉਹਨਾਂ ਦਾ ਫਿਕਰ ਸੀ ਕਿ ਭਾਈ ਇੱਥੇ ਸਾਰਿਆਂ ਨੂੰ ਜਿਹੜਾ ਸਾਨੂੰ ਸੂਚਿਤ ਕਰਨਾ ਚਾਹੀਦਾ, ਅਸੀਂ ਇਸ ਦੇ ਉੱਤੇ ਸਟੇਟ ਡਿਪਾਰਟਮੈਂਟ ਦੇ ਨਾਲ ਮੀਟਿੰਗ ਵੀ ਸੀਕ ਕਰ ਰਹੇ ਹਾਂ। ਪਰ ਤੁਸੀਂ ਦੇਖੋ ਕਿ ਵੀ ਇਹ ਆਸਟ੍ਰੇਲੀਆ ਦੇ ਵਿੱਚ ਕਿਵੇਂ ਇਹਨਾਂ ਨੇ ਵੈਂਡਲਿਜ਼ਮ ਕਰਕੇ ਫਿਰ ਹੁਣ, ਕਿਉਂਕਿ ਅਮਰੀਕਾ ਸਟੇਟ ਡਿਪਾਰਟਮੈਂਟ ਤੋਂ ਇਹ ਸਵਾਲ ਪੁਛਵਾ ਰਹੇ ਨੇ, ਅਤੇ ਜਿਹੜਾ ਉਹਨਾਂ ਦਾ ਪਰਥ ਦੇ ਇੱਕ ਮੰਦਰ ਵਾਲਾ ਜਿਹੜਾ ਉਹ ਰੌਲਾ ਪਾ ਰਿਹਾ ਉਹਨਾਂ ਦਾ ਪ੍ਰਧਾਨ ਵੀ, ਅਤੇ ਦੂਜਾ ਵੀ ਕਿ ਸਾਨੂੰ ਗੁਰਉਪਦੇਸ਼ ਸਿੰਘ ਦਾ ਕਾਲ ਆਈ ਅਮਰੀਕਾ ਤੋਂ ਕਿ ਕੀ ਹੈ, ਔਰ ਉੱਥੇ ਦੇ ਜਿਹੜੇ ਲਾਈ ਲੱਗ ਜਾਏ ਗੁਰਦੁਆਰੇ ਦਾ ਇੱਕ ਦੇ ਦਾ ਪ੍ਰਧਾਨ, ਉਹ ਵੀ ਮੰਦਰ 'ਚ ਜਾ ਕੇ ਬਹਿ ਗਿਆ ਉਹਨਾਂ ਦੇ ਨਾਲ, ਔਰ ਉਹਨਾਂ ਦਾ ਕੌਂਸਲ ਜਨਰਲ ਕਹਿ ਰਿਹਾ ਜੀ ਬੜੀ ਖੁਸ਼ੀ ਹੋਈ, ਹੋਲੀ ਮਨਾਈ, ਅਸੀਂ ਇੱਥੇ ਵੀ ਮੱਥਾ ਟੇਕਿਆ, ਅਸੀਂ ਉੱਥੇ ਵੀ ਮੱਥਾ ਟੇਕਿਆ। ਔਰ ਇਹ ਜਦੋਂ ਹੁਣ ਇਸ ਕਹਾਣੀ 'ਚ
ਉਹਨੂੰ ਰੈਫਰ ਕਰ ਰਿਹਾ ਕਿ ਜੀ ਉਹਨੇ ਇਹ ਕਿਹਾ ਮਿਸਟਰ ਜਿਹੜੇ ਸਪੋਕਸਮੈਨ ਨੇ ਨਾਲ ਆਸਟ੍ਰੇਲੀਆ ਦੇ ਵਿੱਚ ਟੈਂਪਰ ਵੈਂਡ ਲਾਏ ਸੋ ਇਹਨਾਂ ਦਾ ਇਸ ਵੇਲੇ ਗਲੋਬਲ ਨੈਟਵਰਕ ਕਿਉਂਕਿ ਪੰਜਾਬ 'ਚ ਇਹਨਾਂ ਨੇ ਸਟ੍ਰਾਈਕ ਕਰਨੇ ਸਿੱਖ ਨਸਲਕੁਸ਼ੀ ਦਾ ਅਗਲਾ ਜਿਹੜਾ ਉਹ ਸਟੈਪ ਲੈਣਾ ਔਰ ਆਲਰੇਡੀ ਉਸ ਦਾ ਬਾਹਰ ਦੇ ਸਿੱਖ ਜਿਹੜੇ ਨੇ ਉਹ ਰੌਲਾ ਨਾ ਪਾਉਣ ਇਸ ਲਈ ਉਹਨਾਂ ਨੇ ਬਾਹਰਲੇ ਸਿੱਖਾਂ ਨੂੰ ਪਹਿਲਾਂ ਹੀ ਜਿਹੜਾ 1985 ਨਾਲ ਵੀ ਜੋੜ ਰਹੇ ਨੇ ਇਹਨੂੰ ਉਹਦੇ ਨਾਲ ਜੋੜ ਰਹੇ ਨੇ ਇੱਥੋਂ ਗੁਰਪ੍ਰਦੇਸ਼ ਸਿੰਘ ਕੋ ਆ ਗਿਆ ਜਿਹਨੂੰ ਆਲ ਦਾ ਵੇ ਆਸਟ੍ਰੇਲੀਆ ਕਾਲ ਕਰਨ ਦਾ ਫਿਕਰ ਪਿਆ ਹੋਇਆ ਔਰ ਉਹਨੂੰ ਨਾਂ ਦੱਸ ਰਿਹਾ ਜੀ ਮੇਰਾ ਨਾਂ ਗੁਰਪ੍ਰਦੇਸ਼ ਹੈ ਦੇਖੋ ਇਹ ਸਾਰਾ ਜਿਹੜਾ ਔਰ ਕੋਈ ਪੁਲਿਸ ਰਿਪੋਰਟ ਨਹੀਂ ਜਿਹੜੇ ਉੱਥੇ ਲੋਕਲ ਕੌਂਸਲਰ ਨੇ ਜਾਂ ਉਹਨਾਂ ਨੇ ਕਿਹਾ ਜੀ ਚਲੋ ਜੇ ਹੈ ਕਰੀਏ ਉਹ ਤੋਂ ਭੱਜ ਗਏ ਕਿਉਂਕਿ ਸਿਰਫ ਤੇ ਸਿਰਫ ਮੈਜ਼ ਇੱਕ ਪ੍ਰੋਪੇਗੈਂਡੇ ਲਈ ਜਿਹੜਾ ਇਹ ਸਾਰਾ ਕੁਝ ਇਸਤੇਮਾਲ ਹੋ ਰਿਹਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇਸ ਤਰ੍ਹਾਂ ਆਪਣੀ ਵੀਅਰਸ ਕੋਲੇ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ tv4 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ